सवाल कर ले ताकि भाई साहब ने भी थोड़ा क्लीयर मतलब ना उन्होंने क्लीयर ना कोई सवाल पहुँच सके आप टर्न बाई टर्न हाथ खड़ा कर लो उस हिसाब ना अपना जो जो नाम ठीक है जी। हाँ जी हाँ जी आपका नाम दस दौ तो सवाल पूछो। हाँ जी हाँ जी सवाल पढ़ो। हाँ जी हाँ जी मेरा नाम लतीफ है और मेरा बैकग्राउंड साइकोलॉजी का। हाँ जी हाँ जी मैं जो गलत सिखा रहे थे थोड़े जे जो टर्म्स में जान लिया उन्हें जान में रिलेट करना चाह रही थी। तुसी गल कर रहे थे कि कलेक्टिव जो अनकॉन्शियस है हाँ जी कम्युनिटी में हाँ जी उसको असली रियलाइज करता है। हाँ जी नॉट रॉन्ग। हाँ जी सो उधर जो तुसी कह रहे हो कि लैंग्वेज जो है वो एक वेक्टर बनेगी है हाँ जी लैंग्वेज में भी इमेज तो उधर जिस मैं तुम पूछना चाहूँगी कि बैरियर्स की होंगे गिवन द टाइम पीरियड वी आर इन जिन जैसे सब में रह रहे हैं बैरियर्स की होंगे क्योंकि उसकी टाइम परस्पेक्टिव की गल की थी जो कभी पक्की लोग होंगे उन्हें तो टाइम परस्पेक्टिव डिफरेंट होंगे है ना। सो यूजली वो स्टे डिफरेंट होंगे है जिधर की जो सी लिटरेचर को जानते हैं कि वो डिस्क्रिमिनेशन जी है या जी एजेंसी है इवेंट्स को कंट्रोल करने वाली वो अपने अपने विच रखते हैं वॉर से नहीं बोलते हैं जी ਉਹਨਾਂ ਦਾ ਇਹ ਫਰਕ ਹੁੰਦਾ ਹੈ ਟਾਈਮ ਪਰਸਪੈਕਟਿਵ ਦਾ ਕਿ ਸਾਈਕਲਿਕਲ ਨਹੀਂ ਦੇਖਦੇ ਵੀ ਕਰਮਾ ਦਾ ਹੋਏਗਾ ਲੀਨੀਅਰ ਹੁੰਦਾ ਉਹਨਾਂ ਦਾ ਟਾਈਮ ਪਰਸਪੈਕਟਿਵ ਜਿਹਦਾ ਬੈਸਟ ਹੁੰਦਾ ਹੈ। ਸੋ ਇੱਦਾਂ ਦੇ ਬਹੁਤ ਲੋਕ ਹੋਣਗੇ ਪੰਜਾਬੀ ਸੈਕਸ਼ਨ 'ਚ ਜਿਹਨਾਂ ਦਾ ਇਹ ਹੋਵੇਗਾ ਟਾਈਮ ਪਰਸਪੈਕਟਿਵ ਹੋਵੇਗਾ। ਸੋ ਤੁਸੀਂ ਐਗਜੈਕਟਲੀ ਕਲੈਕਟਿਵ ਅਨਕੋਸ਼ੀਅਸ ਦੇ ਕਿਹੜੇ ਐਸਪੈਕਟ ਨੂੰ ਤੁਸੀਂ ਉਜਾਗਰ ਕਰਨਾ ਚਾਹੁੰਦੇ ਹੋ ਉਹਨੂੰ ਕਿੱਦਾਂ ਕਰੋਗੇ ਲੈਂਗੁਏਜ ਨੂੰ ਰੀਇਨਵੈਂਟ ਕਰਕੇ ਇਹਨਾਂ ਤੋਂ ਥੋੜ੍ਹਾ ਪੁੱਛਣਾ ਚਾਹੁੰਦੇ ਸੀ ਕਿਉਂਕਿ ਇੰਨੇ ਡਿਫਰੈਂਸਿਸ ਹੈ ਲੋਕਾਂ 'ਚ ਹੁਣ ਟੈਕਨੋਲੋਜੀ ਵੀ ਆ ਗਈ ਹੈ ਹੈ ਨਾ ਜਿਹੜੇ ਟਾਈਮ ਕੰਸਟ੍ਰੇਂਟ ਨੇ ਅੱਜ ਕੱਲ੍ਹ ਦੀ ਦੁਨੀਆ ਦੇ ਔਰ ਜਿਹੜੇ ਪਰਸਨਲ ਕੰਸਟ੍ਰੇਂਟ ਨੇ ਜਿੱਦਾਂ ਲੋਕਲ ਦੀ ਓਰੀਐਂਟੇਸ਼ਨ ਹੋ ਗਈ ਪੋਲੀਟੀਕਲ ਓਰੀਐਂਟੇਸ਼ਨ ਹੋ ਗਈ ਉਹ ਉਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਕਿੱਦਾਂ ਕਾਊਂਟਰ ਕਰਾਂਗੇ। ਹਾਂਜੀ ਦੇਖੋ ਜੀ ਦੋ ਹਿੱਸੇ ਸਾਡੀ ਲਾਈਫ ਦੇ ਪਹਿਲਾ ਅਸੀਂ ਕਮਾਈ ਕਰਦੇ ਹਾਂ ਆਪਦਾ ਜੀਵਨ ਚਲਾਉਂਦੇ ਹਾਂ ਲੋੜਾਂ ਪੂਰੀਆਂ ਕਰਦੇ ਹਾਂ ਸਾਡਾ ਘਰ ਹੈ ਰੋਟੀ ਖਾਣੀ ਜਿਹੜਾ ਫੂਡ ਹੈ। ਸੈਕਿੰਡ ਹੈ ਵੀ ਜਿਹੜਾ ਅਸੀਂ ਲਾਈਫ ਦੇ ਵਿੱਚ ਕੋਈ ਸੈਲੀਬ੍ਰੇਸ਼ਨ ਲੈ ਕੇ ਆਉਂਦੇ ਹਾਂ ਸਾਡੀਆਂ ਸੋਸ਼ਲ ਗੈਦਰਿੰਗ ਹੈ ਵੀਕਐਂਡ ਪਾਰਟੀਜ਼ ਹੈ ਜਨਮਦਿਨ ਹੈ ਵੈਡਿੰਗਸ ਹੈ ਉੱਥੇ ਅਸੀਂ ਖਾਸ ਤਰ੍ਹਾਂ ਦੇ ਮਹਿੰਗੇ ਕੱਪੜੇ ਗਹਿਣੇ ਪਾਉਂਦੇ ਹਾਂ ਰੈਸਟੋਰੈਂਟਾਂ 'ਚ ਜਾਂਦੇ ਹਾਂ ਫੈਮਿਲੀ ਨਾਲ ਦੋਸਤਾਂ ਨਾਲ ਉੱਥੇ ਚੰਗੇ ਜਿਹੜੇ ਵਧੀਆ ਭੋਜਨ ਆ ਉਹ ਖਾਂਦੇ ਹਾਂ ਉਸ ਟਾਈਮ ਨੂੰ ਇੰਜੋਏ ਕਰਦੇ ਹਾਂ। ਇਹ ਦੋ ਪੱਖ ਜਿਹੜਾ ਦੂਜਾ ਪੱਖ ਹੈ ਉਹ ਪਹਿਲਾ ਪੱਖ ਸਾਡੀ ਬਾਡੀ ਦੀਆਂ ਲੋੜਾਂ ਜਿਉਂਦੇ ਰਹਿਣ ਲਈ ਦੂਜਾ ਸਾਡੀ ਜਿਹੜੀ ਡਿਜ਼ਾਇਰ ਹੈ ਉਹਦੀ ਫੁਲਫਿਲਮੈਂਟ। ਹੁਣ ਕਿਸੇ ਦੀ ਡਿਜ਼ਾਇਰ ਦੀ ਫੁਲਫਿਲਮੈਂਟ ਕਿਵੇਂ ਹੁੰਦੀ ਹੈ ਇਹ ਮੈਂ ਨਹੀਂ ਦੱਸ ਸਕਦਾ ਇਹ ਹਰ ਇੰਡੀਵਿਜੁਅਲ ਫੈਸਲਾ ਕਰੂਗਾ ਵੀ ਕਿਹਦੀ ਡਿਜ਼ਾਇਰ ਦੀ ਫੁਲਫਿਲਮੈਂਟ ਕਿਹੜੇ ਤਰੀਕੇ ਨਾਲ ਹੁੰਦੀ ਹੈ ਅਤੇ ਕਿਹੜੀ ਜਗ੍ਹਾ 'ਤੇ ਹੁੰਦੀ ਹੈ। ਮੈਂ ਇਹ ਕਹਿ ਰਿਹਾ ਵੀ ਜਿਹੜੀ ਹਿਊਮਨ ਡਿਜ਼ਾਇਰ ਆ ਉਹਦੇ 'ਚ ਕੋਈ ਸਾਂਝਾ ਸਬਲਾਈਮ ਐਲੀਮੈਂਟ ਆ ਜਿਹਦੇ 'ਚੋਂ ਲੋਕ ਆਪਣੇ ਅੰਦਰੋਂ ਕੁਛ ਇਨਵੋਕ ਕਰਨਾ ਚਾਹੁੰਦੇ ਆ। ਜਿਵੇਂ ਮੰਨ ਲਓ ਜਿਹੜੇ ਫਾਈਨੈਂਸ਼ੀਅਲੀ ਵੈਲ ਸੈਟਲ ਲੋਕ ਆ ਉਹ ਲੋੜਾਂ ਪੂਰੀਆਂ ਕਰਨ ਤੋਂ ਬਾਅਦ ਪਹਿਨਣ ਖਾਣ ਦੇ ਸੋਸ਼ਲਾਈਜ਼ ਕਰਨ ਦੇ ਟੂਰਿਜ਼ਮ ਦੇ ਬਾਕੀ ਸ਼ੌਕ ਵੀ ਪਾਲ ਰਹੇ ਹੈ ਪਰ ਉਹਦੇ ਬਾਵਜੂਦ ਉਹਨਾਂ 'ਚੋਂ ਕਿੱਡੀ ਵੱਡੀ ਪਰਸੈਂਟੇਜ ਜਿਹੜੀ ਹੈ ਉਹ ਥੈਰੇਪੀ ਦੇ ਉੱਤੇ ਹੈ। ਥੈਰੇਪੀ ਜਿਹੜੀ ਹੈ ਉਹ ਜਿਮ ਵਾਂਗੂ ਇੱਕ ਫਿਜ਼ੀਕਲ ਵਰਕਆਊਟ ਵਾਂਗੂ ਲਾਈਫ ਦਾ ਰੂਟੀਨ ਹਿੱਸਾ ਬਣਦੀ ਜਾ ਰਹੀ ਹੈ ਤੁਹਾਨੂੰ ਮੇਰੇ ਨਾਲ ਜ਼ਿਆਦਾ ਪਤਾ ਹੋਊਗਾ ਇਹਦਾ ਅਤੇ ਉਹ ਲੋਕਾਂ ਨੂੰ ਥੈਰੇਪੀ ਲੈਣ ਦੀ ਕੀ ਲੋੜ ਹੈ ਕੁਛ ਉਹਨਾਂ ਦੇ ਮਨ 'ਚ ਜਿਹੜਾ ਉਹਨਾਂ ਦੀ ਲਾਈਫ 'ਚ ਸਿੱਧਾ ਨਹੀਂ ਚੱਲ ਰਿਹਾ ਜਿਹਦੇ ਕਰਕੇ ਉਹ ਆਪਣੇ ਅੰਦਰਲੀਆਂ ਐਂਗਜ਼ਾਇਟੀਜ਼ ਨੂੰ ਡੀਪਰ ਲੈਵਲ 'ਤੇ ਐਕਸਪਲੋਰ ਕਰਕੇ ਕੋਈ ਰਾਹ ਬਣਾਉਣਾ ਚਾਹੁੰਦੇ ਆ। ਹੁਣ ਜੇ ਇਹਨੂੰ ਦੂਜੇ ਸ਼ਬਦਾਂ 'ਚ ਕਹਿਣਾ ਹੋਵੇ ਅਸੀਂ ਸਿੱਖ ਹੋਈਏ ਹਿੰਦੂ ਹੋਈਏ ਮੁਸਲਿਮ ਹੋਈਏ ਈਸਾਈ ਹੋਈਏ ਜੋ ਮਰਜ਼ੀ ਹੋਈਏ ਜਾਂ ਨਾਸਤਿਕ ਹੋਈਏ ਸਾਡੇ ਅੰਦਰਲਾ ਸਫ਼ਰ ਤਾਂ ਕੋਈ ਨਾ ਕੋਈ ਹੈਗਾ ਹੀ ਹੈ ਨਾ। ਸੋ ਬਤੌਰ ਸਿੱਖ ਮੈਂ ਸਾਂਝਾ ਕਰ ਰਿਹਾ
ਬਤੌਰ ਸਿੱਖ ਜਿਹੜੀ ਮੇਰੀ ਕਨੈਕਟੀਵਿਟੀ ਆ ਉਹ ਲੈਂਗੁਏਜ ਦੇ ਨਾਲ ਆ ਜਿਹੜੀ ਗੁਰਬਾਣੀ ਅਤੇ ਸਿੱਖ ਟ੍ਰੈਡੀਸ਼ਨ ਦੇ ਵਿੱਚ ਗਰਾਊਂਡਡ ਆ ਉਹ ਲੈਂਗੁਏਜ ਦੇ ਅੰਦਰਲੇ ਮਿਊਜ਼ਿਕ ਦੇ ਨਾਲ ਉਹ ਲੈਂਗੁਏਜ ਦੀ ਰਿਵਾਈਵਲ ਦੇ ਲਿਟਰੇਚਰ ਦੇ ਵਿੱਚ ਮੈਂ ਤਿੰਨ ਮੇਜਰ ਤੁਹਾਡੇ ਨਾਲ ਐਗਜ਼ਾਮਪਲਸ ਸਾਂਝੀਆਂ ਕੀਤੀਆਂ ਭਾਈ ਵੀਰ ਸਿੰਘ ਪੂਰਨ ਸਿੰਘ ਹਰਿੰਦਰ ਸਿੰਘ ਮਹਿਬੂਬ ਦੀ ਕਵਿਤਾ ਅਤੇ ਮੇਰੀ ਆਪਦੀ ਵੀ ਇਹ ਕੋਸ਼ਿਸ਼ ਹੈ ਜਿਹੜੀ ਲੈਂਗੁਏਜ ਹੈ ਉਹਦੇ ਅੰਦਰ ਪਏ ਜਿਹੜੇ ਅਨੁਭਵ ਆ ਉਹਨਾਂ ਦੇ ਵਿੱਚੋਂ ਆਪਣਾ ਆਪਾ ਆਪਣਾ ਸਫ਼ਰ ਅਤੇ ਆਪਣੀ ਪਬਲਿਕ ਸਪੇਸ ਜਿਹੜੀ ਹੈ ਉਹ ਤਲਾਸ਼ ਕਰਨੀ ਹੈ ਸੋ ਤੁਹਾਡੇ ਕੁਐਸਚਨ ਦਾ ਆਂਸਰ ਕਰਨ ਲਈ ਇਹ ਹੈਗਾ ਸਾਰਾ ਕੁਛ ਸਟ੍ਰਿਕਟਲੀ ਸਬਜੈਕਟਿਵ ਅਤੇ ਮੈਂ ਸਬਜੈਕਟਿਵ ਨੂੰ ਨੈਗੇਟਿਵਲੀ ਨਹੀਂ ਲੈ ਰਿਹਾ ਮੈਂ ਕਹਿੰਦਾ ਜਿਹੜੀਆਂ ਮਲਟੀਪਲ ਸਬਜੈਕਟਿਵਿਟੀਜ਼ ਆ ਉਹਨਾਂ ਨੂੰ ਆਪਣੇ ਆਪ ਨੂੰ ਐਕਸਪਲੋਰ ਕਰਨ ਦਾ ਮੌਕਾ ਮਿਲਣਾ ਚਾਹੀਦਾ ਸਬਜੈਕਟਿਵਿਟੀ ਸਿੰਗੂਲਰ ਨਹੀਂ ਹੋ ਸਕਦੀ ਹਮੇਸ਼ਾ ਹੀ ਮਲਟੀਪਲ ਸੋ ਮਲਟੀਪਲ ਸਬਜੈਕਟਿਵਿਟੀਜ਼ ਤੋਂ ਭਾਵ ਇਹ ਹੈ ਜੇ ਕਿਸੇ ਦਾ ਨਮਾਜ਼ ਪੜ੍ਹਨ ਨੂੰ ਜੀ ਕਰਦਾ ਉਹਨੂੰ ਹੱਕ ਹੋਣਾ ਚਾਹੀਦਾ ਮੇਰੇ ਘਰੇ ਆ ਕੇ ਨਾ ਪੜ੍ਹੇ ਆਪਦੀ ਮਸੀਹ 'ਚ ਪੜ੍ਹ ਲਵੇ ਜੇ ਕਿਸੇ ਦਾ ਯੋਗਾ ਕਰਨ ਨੂੰ ਜੀ ਕਰਦਾ ਉਹਨੂੰ ਹੱਕ ਹੋਣਾ ਚਾਹੀਦਾ ਮੈਨੂੰ ਯੋਗਾ ਕਰਨ ਦੀ ਲੋੜ ਨਹੀਂ ਲੱਗਦੀ ਗੁਰਬਾਣੀ ਦਾ ਪਾਠ ਕਰਨਾ ਕੀਰਤਨ ਸੁਣਨਾ ਚੰਗਾ ਲੱਗਦਾ ਇਹ ਮੇਰੀ ਸਬਜੈਕਟਿਵਿਟੀ ਹੈ ਮੇਰੀ ਸਬਜੈਕਟਿਵ ਪ੍ਰੈਫਰੈਂਸ ਹੈ ਸੋ ਸਾਡੀਆਂ ਜਿਹੜੀਆਂ ਲੈਂਗੁਏਜਿਸ ਹੈ ਉਹ ਸਾਡੇ ਸਬਕੌਂਸ਼ੀਅਸ ਦੇ ਵਿੱਚ ਪਈਆਂ ਉਹਨਾਂ ਨਾਲ ਸਾਡੇ ਕਨੈਕਸ਼ਨਸ ਹੈ ਜਦੋਂ ਉਹ ਰਿਵਾਈਵ ਹੁੰਦੀਆਂ ਟਾਈਮ ਦੇ ਪ੍ਰੋਸੈਸ ਨੇ ਇਨਵੇਡਿੰਗ ਜਿਹੜੀਆਂ ਫੋਰਸਿਸ ਹੈ ਕੋਲੋਨਾਈਜ਼ਰਸ ਵਗੈਰਾ ਉਹਨਾਂ ਨੇ ਜਿਹੜੀ ਪਬਲਿਕ ਸਪੇਸ ਸਾਡੀ ਹੁੰਦੀ ਸੀ ਉਹ ਸਾਥੋਂ ਖੋਹ ਕੇ ਉਹਨੂੰ ਟ੍ਰਾਂਸਫਾਰਮ ਕੀਤਾ ਆਪਦੇ ਹਿਸਾਬ ਨਾਲ ਉਹ ਪਬਲਿਕ ਸਪੇਸ ਰੀਇਨਵੈਂਟ ਹੁੰਦੀ ਹੈ ਸਪੋਂਟੇਨੀਅਸਲੀ ਪਰ ਪਬਲਿਕ ਸਪੇਸ ਕੀ ਹੈ ਮੈਂ ਇਹ ਗੱਲ ਛੱਡਦਾ ਇੰਡੀਵਿਜੁਅਲਸ ਤੇ ਆਪਣੇ ਲੋਕ ਫੈਸਲਾ ਕਰਨ ਕਿਹੜੀ ਕਿੱਥੋਂ ਕਿਹਨੂੰ ਸ਼ਾਂਤੀ ਮਿਲਦੀ ਮਤਲਬ ਮੈਂ ਫਾਰਮੂਲਾ ਨਹੀਂ ਦੇ ਸਕਦਾ ਵੀ ਆਹ ਕੰਮ ਕਰੋ ਅਤੇ ਸਾਰੀ ਦੁਨੀਆਂ ਨੂੰ ਸ਼ਾਂਤੀ ਮਿਲੂਗੀ ਮੈਂ ਇਹਦੇ ਖਿਲਾਫ ਹਾਂ ਸਾਰੀ ਦੁਨੀਆਂ ਦੀ ਲਾਈਫ ਉਹਨਾਂ ਦਾ ਪ੍ਰਾਈਵੇਟ ਬਿਜ਼ਨਸ ਹੈ ਮੇਰੀ ਲਾਈਫ ਮੇਰਾ ਪ੍ਰਾਈਵੇਟ ਬਿਜ਼ਨਸ ਹੈ ਸੋ ਮੈਂ ਲਿਖ ਕੇ ਜਿਹੜਾ ਮੇਰਾ ਅੰਦਰਲਾ ਸਫ਼ਰ ਹੈ ਵਾਇਲੈਂਸ ਨਾਲ ਮੇਰਾ ਐਕਸਪੀਰੀਅੰਸ ਏਲੀਅਨੇਸ਼ਨ ਨਾਲ ਮੇਰਾ ਐਕਸਪੀਰੀਅੰਸ ਮਾਰਜਨਲਾਈਜੇਸ਼ਨ ਨਾਲ ਐਗਜ਼ਾਈਲ ਨਾਲ ਉਸ 'ਚ ਮੈਂ ਟਾਈਮ ਨਾਲ ਅਤੇ ਲੈਂਗੁਏਜ ਨਾਲ ਕਿਵੇਂ ਕਨੈਕਟ ਕਰ ਰਿਹਾ ਉਹਦਾ ਐਸੈਂਸ਼ੀਅਲੀ ਲਿਟਰਲੀ ਸਬਜੈਕਟਿਵ ਐਕਸਪੀਰੀਅੰਸ ਮੈਂ ਇੱਕ ਸਾਂਝਾ ਕਰ ਰਿਹਾ ਅਤੇ ਉਹਦੇ 'ਚੋਂ ਸ਼ਾਇਦ ਜਿਹੜੇ ਪਾਠਕ ਹੈ ਉਹ ਇਹਦੇ ਨਾਲ ਕਨੈਕਟ ਕਰਨ ਸ਼ਾਇਦ ਕਿਸੇ ਪਾਠਕ ਨੂੰ ਲੱਗੇ ਵੀ ਉਹਨੂੰ ਆਪ ਨਵੀਂ ਕਵਿਤਾ ਲਿਖਣ ਦੀ ਲੋੜ ਹੈ ਅਤੇ ਨਵੇਂ ਕਵੀ ਜਿਹੜੇ ਹੈ ਉਹ ਜੁਗਾਂ ਜੁਗਾਂ ਤੋਂ ਲਗਾਤਾਰ ਪੈਦਾ ਹੁੰਦੇ ਆ ਰਹੇ ਹੈ ਅਤੇ ਹਰ ਕਵੀ ਦੀ ਜਿਹੜੀ ਆਪਣੀ ਲੀਡਰਸ਼ਿਪ ਵੀ ਹੁੰਦੀ ਹੈ ਇਹ ਇੰਨਾ ਕਰ ਦੇਖੋ ਮੈਂ ਜਦੋਂ ਪੀ ਐਚ ਡੀ ਕਰਦਾ ਸੀ ਨਾ ਯੂ ਕੇ 'ਚ ਆਕਸਫੋਰਡ 'ਚ
ਉੱਥੇ ਮੇਰੀ ਜਿਹੜਾ ਸੋਸ਼ਲ ਇੰਟਰੈਕਸ਼ਨ ਹੈ ਉਹ ਇੰਗਲਿਸ਼ ਸਪੀਕਿੰਗ ਲੋਕਾਂ ਨਾਲ ਸੀ ਅਤੇ ਮੈਂ ਇੰਗਲਿਸ਼ ਲਿਟਰੇਰੀ ਮੀਟਿੰਗਾਂ ਜਾਂਦਾ ਸੀ ਅਤੇ ਮੈਂ ਇੰਗਲਿਸ਼ 'ਚ ਪੋਇਟਰੀ ਲਿਖਦਾ ਸੀ ਹੁਣ ਛਪਾਊਂਗਾ ਵੀ ਪਰ ਉਹ ਹੋਰ ਕਵਿਤਾ ਇਹ ਹੋਰ ਆ ਦੋਵਾਂ 'ਚ ਕੋਈ ਨਾ ਕੋਈ ਰਿਸ਼ਤਾ ਹੈਗਾ ਪਰ ਮੈਨੂੰ ਲੱਗਿਆ ਮੈਨੂੰ ਪਹਿਲਾਂ ਮੇਰੀ ਕਵਿਤਾ ਪੰਜਾਬੀ 'ਚ ਪਾਉਣੀ ਚਾਹੀਦੀ ਹੈ ਸੋ ਇਹਦੇ 'ਚੋਂ ਲੈਂਗੁਏਜ ਨਾਲ ਕੋਈ ਖਾਸ ਨਾਤਾ ਬਣਦਾ ਜਾਂ ਨਹੀਂ ਬਣਦਾ ਇਹ ਪਾਠਕਾਂ ਨੇ ਫੈਸਲਾ ਕਰਨਾ ਜਦੋਂ ਕੋਈ ਕਵੀ ਲਿਖਦਾ ਕਈ ਵਾਰ ਉਹਨਾਂ ਦੇ ਪਿੱਛੇ ਸਕੂਲਸ ਆਫ ਲਿਟਰੇਚਰ ਖੜ੍ਹੇ ਹੁੰਦੇ ਆ ਬਹੁਤ ਸਾਰੇ ਨਵੇਂ ਬੰਦੇ ਉਹਨੂੰ ਲਿਖਦੇ ਆ ਕਵੀ ਜਿਹੜੇ ਆ ਸਦੀਆਂ ਤੱਕ ਯਾਦ ਰੱਖੇ ਜਾਂਦੇ ਆ ਸਾਈਟ ਹੁੰਦੇ ਆ ਪੜ੍ਹੇ ਜਾਂਦੇ ਆ ਕਈ ਕਵੀ ਆ ਜਿਹੜੇ ਉਹਨਾਂ ਨੂੰ ਲੋਕ ਉਹਨੇ ਜਿਉਂਦੇ 'ਚ ਭੁੱਲ ਜਾਂਦੇ ਆ ਇਹ ਤਾਂ ਕਵਿਤਾ ਦੇ ਅੰਦਰਲੇ ਜ਼ੋਰ ਨੇ ਨਿਸ਼ਚਿਤ ਕਰਨਾ ਹੈ ਉਹ ਇੱਕ ਲੈਂਗੁਏਜ ਨੂੰ ਹਾਈਲਾਈਟ ਕਰਨ ਦੀ ਜਾਂ ਉਹਦੇ ਅੰਦਰਲੇ ਐਕਸਪੀਰੀਅੰਸ ਨੂੰ ਹਾਈਲਾਈਟ ਕਰਨ ਦੀ ਕੈਪੇਬਿਲਿਟੀ ਰੱਖਦੀ ਹੈ ਕਿ ਨਹੀਂ ਰੱਖਦੀ ਆਪਣਾ ਕੰਮ ਤਾਂ ਲਿਖਣਾ ਹੈ ਜਿਹੜੀਆਂ ਡਿਫਰੈਂਟ ਓਰੀਐਂਟੇਸ਼ਨਸ ਹੈ ਜਿਹਨਾਂ ਦਾ ਤੁਸੀਂ ਜ਼ਿਕਰ ਕੀਤਾ ਉਹ 'ਚ ਮੇਰਾ ਵਿਚਾਰ ਇਹ ਹੈ ਵੀ ਜਿਹੜੀਆਂ ਕਲਚਰਲ ਫੋਰਮੇਸ਼ਨਸ ਹੈ ਉਹ ਲੋਅ ਨਾਲ ਨਹੀਂ ਹੋਣੀਆਂ ਚਾਹੀਦੀਆਂ ਫਰੀਡਮ ਦੇਣੀ ਚਾਹੀਦੀ ਹੈ ਲੋਕਾਂ ਨੂੰ ਪਰ ਲੋਅ ਨਾਲ ਨਹੀਂ ਕਹਿਣਾ ਚਾਹੀਦਾ ਲੋਅ ਬਣਾ ਕੇ ਵੀ ਆਹ ਠੀਕ ਹੈ ਅਤੇ ਆਹ ਗਲਤ ਹੈ ਆਹ ਰਾਈਟ ਹੋਣੇ ਚਾਹੀਦੇ ਆ ਨਹੀਂ ਹੋਣੇ ਚਾਹੀਦੇ ਕਲਚਰਲ ਓਰੀਐਂਟੇਸ਼ਨਸ ਜਿਹੜੀਆਂ ਉਹ ਕਿਸੇ ਬਹੁਤ ਸਹਿਜ ਸਪੋਂਟੇਨੀਅਸ ਨੋਨ ਓਪਰੈਸਿਵ ਐਜੂਕੇਸ਼ਨਲ ਨੈਟਵਰਕਸ ਆ ਜਿਹੜੇ ਉਹਨਾਂ ਦੇ ਰਾਹੀਂ ਹੋਣੀਆਂ ਚਾਹੀਦੀਆਂ ਲਿਖਾ ਖਿੱਚ ਕੇ ਨਹੀਂ ਵੀ ਆਹ ਬਾਉਂਡਰੀਜ਼ ਹੈ ਇਹਦੇ 'ਚ ਰਹੋਗੇ ਤਾਂ ਠੀਕ ਹੈ ਨਹੀਂ ਤਾਂ ਖੰਭੇ ਨਾ ਬੰਨ ਕੇ ਪੱਥਰ ਮਾਰਾਂਗੇ ਇਹ ਗੱਲ ਗਲਤ ਆ ਨਹੀਂ ਮੈਂ ਕਹਿੰਦਾ ਹੁੰਦਾ ਮੈਂ ਕਹਿੰਦਾ ਹਮੇਸ਼ਾ ਹੁੰਦਾ ਜਿਹੜੇ ਅਸੀਂ ਬਹੁਤ ਦੁਨੀਆ ਭਰ ਦੇ ਵਿੱਚ ਲੋਕ ਕਲਾਸਿਕਸ ਪੜ੍ਹਦੇ ਆ ਸਦੀਆਂ ਤੋਂ ਪੜ੍ਹਦੇ ਆ ਰਹੇ ਆ ਸਾਡੀ ਮਤਲਬ ਗ੍ਰੀਸ ਨਾਲ ਯੂਨਾਨ ਨਾਲ ਕੋਈ ਖਾਸ ਸਾਂਝ ਨਹੀਂ ਗੀ ਪਰ ਅਸੀਂ ਹੋਮਰ ਦੇ ਇਲੀਅਡ ਤੇ ਓਡੀਸੀ ਪੜ੍ਹਦੇ ਆ ਦਾਂਤੇ ਦੀ ਡਿਵਾਈਨ ਕਮੇਡੀ ਪੜ੍ਹਦੇ ਆ ਪੋਲੀਟੀਕਲ ਕਰੈਕਟਨੈਸ ਸਰੜੀ ਉਹ ਕੀ ਹੈ ਉਹ ਬੇਸਿਕਲੀ ਕਲਚਰਲ ਨੋਰਮਸ ਨੂੰ ਥਰੂ ਲਾਅ ਸੋਸਾਇਟੀ ਦੇ ਉੱਤੇ ਵਾਇਲੈਂਟਲੀ ਇੰਪੋਜ਼ ਕਰਨ ਦੀ ਇੱਕ ਕੋਸ਼ਿਸ਼ ਹੈ ਨਹੀਂ ਤਾਂ ਜਿਵੇਂ ਹੁਣ ਆਪਾਂ ਨੂੰ ਘਰਾਂ ਦੇ ਵਿੱਚੋਂ ਹੀ ਇੱਕ ਸਿੱਖਿਆ ਮਿਲਦੀ ਹੈ ਮੰਨ ਲਓ ਕਿ ਕੁੜੀ ਦਾ ਅੰਗਹੀਣ ਹੈ ਉਹਦੇ ਵਾਸਤੇ ਹਰ ਬੋਲੀ ਦੇ ਵਿੱਚ ਕੁਛ ਗਲਤ ਸ਼ਬਦ ਵੀ ਹੁੰਦੇ ਆ ਨਾ ਜਿਵੇਂ ਆਪਣੇ ਪੰਜਾਬੀ 'ਚ ਵੀ ਕੁਛ ਇਹੋ ਜਿਹੇ ਸ਼ਬਦ ਹੈਗੇ ਆ ਜਿਹੜੇ ਜੇ ਆਪਾਂ ਅਗਲੇ ਨੂੰ ਕਹੀਏ ਤਾਂ ਅਗਲਾ ਹਰਟ ਹੋਊਗਾ ਨਾ ਉਹ ਆਪਾਂ ਨੂੰ ਘਰਾਂ ਦੇ ਵਿੱਚ ਹੀ ਆਪਾਂ ਜਦੋਂ ਬੱਚੇ ਨੂੰ ਉਹਦੇ ਮਾਂ ਪਿਓ ਹੀ ਇਹ ਦੱਸਦੇ ਆ ਵੀ ਨਹੀਂ ਆਹ ਸ਼ਬਦ ਨਹੀਂ ਵਰਤੀਦਾ ਗਾ ਇਸ ਸੈਂਸ ਦੇ ਵਿੱਚ ਠੀਕ ਹੈ ਵੈਸਟ ਦੇ ਵਿੱਚ ਇਹ ਨਹੀਂ ਗਾ ਇਹਨਾਂ ਨੇ ਹਰ ਚੀਜ਼ ਨੂੰ ਲੋ ਕਾਨੂੰਨ ਬਣਾ ਦੇਣਾ ਵੀ ਜੇ ਆਹ ਹੀ ਕਰੋਗੇ ਤਾਂ ਸਜ਼ਾ ਮਿਲੂ ਠੀਕ ਹੈ ਨਾ ਵੀ ਇਸ ਕਰਕੇ ਨਹੀਂ ਆਪਾਂ ਕਿਸੇ ਦਾ ਦਿਲ ਨਹੀਂ ਦਿਖਾਉਣਾ ਕਿਉਂਕਿ ਦਿਲ ਦਿਖਾਉਣਾ ਮਾੜੀ ਗੱਲ ਹੈ ਇਹਨਾਂ ਨੇ ਇਹ ਬਣਾਤਾ ਵੀ ਇਸ ਕਰਕੇ ਤੁਸੀਂ ਕਿਸੇ ਦਾ ਦਿਲ ਨਹੀਂ ਦਿਖਾਉਣਾ ਕਿਉਂਕਿ ਜੇ ਤੁਸੀਂ ਦਿਲ ਦਿਖਾਓਗੇ ਤੁਹਾਨੂੰ ਉਸ ਗੱਲ ਦੀ ਸਜ਼ਾ ਮਿਲੂਗੀ ਜਿਹੜੇ ਮੂਸਾ ਦੇ ਕਾਨੂੰਨ ਹੈ ਮੋਸੇਸ ਦੇ ਲਾਅ ਉਹ ਸਾਰੇ ਦਾ ਫੰਡਾਮੈਂਟ ਸਾਰੇ ਗੱਲ ਦੀ ਫਾਊਂਡੇਸ਼ਨ ਹੈ ਉਹ ਅੱਗੇ ਦੀ ਅੱਗੇ ਕਿਸੇ ਨਾਲ ਜਿਹੜੀ ਸਾਰੀ ਅਬ੍ਰਾਹਮਿਕ ਟ੍ਰੈਡੀਸ਼ਨ ਹੈ ਉਹਨੂੰ ਰੀਡਿਫਾਈਨ ਕਰਦੇ ਆ ਕਿਸੇ ਨਾ ਕਿਸੇ ਤਰੀਕੇ ਨਾਲ ਸੋ ਜਿਹੜਾ ਇਹ ਵੈਸਟਰਨ ਅਸਟੈਬਲਿਸ਼ਮੈਂਟ ਹੈ ਉਹ ਜਿਹੜੀ ਅਬ੍ਰਾਹਮਿਕ ਰਿਲੀਜੀਅਸ ਕਨਵੈਨਸ਼ਨਸ ਹੈ ਉਹਨਾਂ ਦੇ ਵਿੱਚੋਂ ਨਿਕਲਦੀ ਹੈ ਜਿਹੜੀ ਫੋਰਸ ਆਫ ਲਾਅ ਇਹ ਲੈ ਕੇ ਆ ਰਹੇ ਹੈ ਉਹ ਇਹਨਾਂ ਦੇ ਆਪਣੇ ਰਿਲੀਜੀਅਸ ਫੰਡਾਮੈਂਟਲਿਜ਼ਮ ਦੇ ਵਿੱਚ ਗਰਾਊਂਡਡ ਹੈ ਬਣਾ ਕੇ ਉਹਨੂੰ ਪੇਸ਼ ਕਰ ਰਹੇ ਹੈ ਫੋਰਸ ਆਫ ਸੈਕੂਲਰ ਲਾਅ ਸੋ ਇਹ ਗੱਲ ਇੱਕ ਤੋਂ 6 ਮਹੀਨੇ ਦੇ ਵਿੱਚ ਵਿੱਚ ਅਡਾਪਟ ਹੋ ਜਾਂਦੇ ਨੇ
ਉਹਨਾਂ ਦੇ ਵਿੱਚ ਆਪਣੀ ਮਾਂ ਬੋਲੀ ਵਾਸਤੇ ਲੈਂਗੁਏਜ ਸਟ੍ਰਕਚਰ ਬ੍ਰੇਕ ਹੁੰਦੇ ਨੇ अपनी इंटेलेक्चुअल इनपुट है इस एडिशन दे रही ओदे लई बहुत मेहरबानी हाँ जी आपां कोशिश करांगे नेक्स्ट मीटिंग दे विच इह इशू होर एक्सप्लोर करांगे हाँ जी दयाल साहब देखो सी जो भी कविता के रूप में पेश किया या जो तुसी व्याख्या की है सारी मैनू ये लगता भी वो थोड़ा जो दृष्टिकोण है वो सिख पॉइंट ऑफ व्यू तो हाँ वो पंजाबी बोली वरत रहे हैं जो मेरा मेरी समझ है और जो तुसी कहा भी लैंग्वेज की जिदा साढ़े को पंजाब दे विच भी एक सिखा ने पंजाबी बोली वरत्या एक लैफ्ट वाले वरत रहे हैं दावा वो कर रहे हैं देखने भी लगता भी असं भी पंजाबी बोली के समर्थक हैं तुम भी पंजाबी जब तो भाई वीर सिंह होना ने भी की पिछले कुछ लैफ्ट वाले ने की पर पंजाब का या सिखा का दृष्टिकोण वो पेश कर रहे हैं या नहीं पेश कर रहे देखो मैं वक्री गल कह रहा मैं कहना भी जी लैंगुएज है वो अपने आप सिंगुलर एंटिटी नहीं होंगी एक लैंगुएज मल्टीपल लैंगुएज होंगे जी मुसलमान पंजाबी लिखते हैं वो होर आ हिंदू पंजाबी लिखते घट है पर जी पंजाब के हिंदू पंजाबी बोलते हैं वो पंजाब के पिंडां दे शहरां दे सिखां नालों वो बिल्कुल वक्री है जिहड़ी खब्बे पक्खी पंजाबी लिखते है वह होर है जिहड़े सिख लिखते वो होर है मैं कहना लैंगुएज के विद इन मल्टीपल लैंगुएजिज है उन्होंने विचों एक सिख पंजाबी है जिदे मैं उदाहरण दे के कविता दियां ते उन्हूं मैं एलैबोरेट करने की कोशिश की है पॉइंट मैं ये बनाया जी स्पैसीफिकली सिख लैंगुएज की रिवाइवल दे नाल सिख पब्लिक स्पेस रिवाइव हुई है टाइम के जिहड़े एलीएनेटिंग प्रोसैस सीगे वो जिहड़े है वह सबवर्ट हुए है ते साडी कल्चरल स्पेस जिहड़ी है वो रीइनवेंट हुई है वाया लैंगुएज यह मेरी गल सी हाँ जी नहीं मैं उन्होंने थोड़ा गांह होर तोरना चाहता क्योंकि जो साढ़े मूहरे प्रैक्टिस चल रही है मान लो भी इतने भी रहने हम इतने भी कुछ संस्थावान बनिया भी पंजाबी लैंगुएज के नाँ के उत्ते प्लीज साढ़े बनी हुई हो रहा मेरा कहना मतलब जो पक्ष रखना पंजाब का क्योंकि ओबियसली आप जिस खिते रहने वो भावें सिखा का होता जो इतने नेटवान का हो किसी का भी हो बोली ने उन्होंने मूहरे लेके आना पर जोड़ा साडा पक्ष रखा जा रहा उस पंजाब का ठीक है सिखा ने आप किसी का भी रखते हैं लैंगुएज के राही मान लो वो जो लैफ्ट वाले जो अं इतने उन्होंने देखते हैं जो इतने यू बी सी के चेयर स्थापित किए या इतने दुनिया के उन्होंने कॉलेजों के उत्ते पंजाब के जोड़ा उत्थे वो पंजाब का पक्ष तो पेश नहीं हो रहा ना वो कविता दे पेश हो रहा उन्होंने वालों ना वो मान लो सिद्धांतक पक्ष साडा पेश किया रहा जी उन्होंने वेस्ट की समस्या आ मान लो उन्होंने मूहरे धर्म की प्र मान लो उन्होंने सानू इस तरह पेश किया जाता जो भी जे हिंदुइज़म के कोल उन्हों को मनुसिमृति आ इस्लाम को शरिया आ जा इन्हों को चर्च दी समस्यावान जा मजोरिटी लैफ्ट को चर्च की ही प्रैक्टिस आ उन्हों समस्यावान साढ़े उत्ते साढ़े सिद्धांतों पर थोप के मान लो सानू भी उस कैटेगरी धक्क के भी मान लो जी व्याख्या गुरु नानक पातशाह तो लैके अपने एक नैरेटिव सिरज देंगे आप शुरू जो गल कर रही थी ये गल करके ਆਪਾਂ ਗੱਲ ਗਾਂ ਇਉਂ ਤੋਰੀ ਸੀ ਵੀ ਸਰਫੇਸ ਲੈਵਲ ਦੀ ਰਿਐਲਿਟੀ ਇਹ ਹੈ ਪਰ ਗੱਲ ਇੰਨੀ ਸਿੱਧੀ ਨਹੀਂ ਜਿਹੜੇ ਪ੍ਰੋਸੈਸਿਸ ਹੈ ਉਹ ਸੂਖਮ ਪੱਧਰ 'ਤੇ ਚੱਲ ਰਹੇ ਆ ਖੱਬੇ ਪੱਖੀ ਕਹਿੰਦੇ ਆ ਪੰਜਾਬ ਦੇ ਪਰੰਪਰਕ ਛੰਦਾਂ ਦੇ ਵਿੱਚ ਨਿਹਿਤ ਸੰਗੀਤ ਤੋਂ ਆਪਣੇ ਆਪ ਨੂੰ ਤੋੜੋ ਅਤੇ ਸੰਗੀਤ ਵਿਹੂਣੀ ਕਵਿਤਾ ਲਿਖੋ ਜਿਹੜਾ ਸਿੱਖ ਹੈ ਉਹਨੂੰ ਬੋਲੀ ਦੇ ਅੰਦਰ ਪਿਆ ਸੰਗੀਤ ਵਾਰ ਵਾਰ ਧੂਪ ਆ ਰਿਹਾ ਉਹ ਉਸੇ 'ਚ ਲਿਖ ਰਿਹਾ ਮੈਂ ਤਾਂ ਪੁਆਇੰਟ ਇਹ ਬਣਾ ਰਿਹਾ ਸੀ ਆਪਾਂ ਹਿਸਟੋਰੀਕਲ ਗੱਲਾਂ ਹੋ ਗਈਆਂ ਆਪਾਂ ਕਰ ਲਈਆਂ ਅਤੇ ਆਪਾਂ ਸਹਿਮਤ ਵੀ ਹਾਂ ਮੈਂ ਤਾਂ ਗੱਲ ਇਹ ਕਰ ਰਿਹਾ ਸੀ ਵੀ ਜਿਹੜੇ ਆ ਸਰਫੇਸ ਲੈਵਲ ਦੀਆਂ ਗੱਲਾਂ ਹੈ ਇੱਥੋਂ ਤੱਕ ਗੱਲ ਸੀਮਤ ਨਹੀਂ ਜਿਹੜੇ ਪ੍ਰੋਸੈਸਿਸ ਹੈ ਲਿਟਰੇਰੀ ਫੋਰਮੇਸ਼ਨਸ ਦੇ ਅਤੇ ਉਸ ਤੋਂ ਬਾਅਦ ਕਲਚਰਲ ਫੋਰਮੇਸ਼ਨਸ ਦੇ ਉਹ ਬਹੁਤ ਸੂਖਮ ਲੈਵਲ 'ਤੇ ਓਪਰੇਟ ਕਰ ਰਹੇ ਸੀ ਬਈ ਮੈਂ 15-16 ਸਾਲ ਦੀ ਉਮਰ 'ਚ ਲਿਖ ਰਿਹਾ
ਤੇ 16 ਸਾਲ ਦੀ ਉਮਰ 'ਚ ਮੈਨੂੰ ਕੋਈ ਬਹੁਤ ਜ਼ਿਆਦਾ ਸਮਝਦਾ ਹੈ ਨਹੀਂ ਪਰ ਮੇਰੇ ਅੰਦਰ ਕੋਈ ਗੱਲਬਾਤ ਆ ਵੀ ਆਹ ਗੱਲ ਮੈਨੂੰ ਚੰਗੀ ਲੱਗਦੀ ਹੈ ਮੇਰੇ ਦਿਲ ਨੂੰ ਅਪੀਲ ਕਰਦੀ ਹੈ ਉਹ ਗੱਲ ਜਿਹੜੀ ਅਪੀਲ ਹੈ ਉਹਨੂੰ ਮੈਂ ਕਹਿ ਰਿਹਾ ਮੇਰੇ ਅਨਕੌਂਸ਼ੀਅਸ ਦਾ ਮੇਰੇ ਸਬਕੌਂਸ਼ੀਅਸ ਦਾ ਕਨੈਕਸ਼ਨ ਆ ਉਹਦੇ ਨਾਲ ਜਿਹਨੂੰ ਮੈਂ ਥਿਓਰੈਟੀਕਲੀ ਆਰਟੀਕੁਲੇਟ ਕਰਨ ਦੀ ਸਮਰੱਥਾ 'ਚ ਨਹੀਂ ਸੀ ਉਸ ਵੇਲੇ ਪਰ ਮੈਂ ਉਹਨੂੰ ਪਰਸੂ ਕਰਨ ਦੀ ਪ੍ਰੇਰਨਾ ਮੇਰੇ ਅੰਦਰ ਸੀ ਇਹ ਆਪਾਂ ਗੱਲ ਕਰ ਰਹੇ ਸੀ ਹਾਂਜੀ ਅਜੇ ਸਰ ਹਾਂਜੀ ਭਾਜੀ ਜਿਵੇਂ ਜਨਰੇਸ਼ਨ ਦਾ ਹੁਣ ਅਤੇ ਪਹਿਲਾਂ ਵਾਲੀ ਜਨਰੇਸ਼ਨ ਤੋਂ ਲੈਂਗੁਏਜ ਦਾ ਯੂਜ਼ ਦਾ ਵਰਡਸ ਨਾਲ ਕਨੈਕਸ਼ਨ ਦਾ ਸਾਰੀ ਚੀਜ਼ ਦਾ ਫਰਕ ਆ ਕਈ ਵਾਰ ਉਹ ਸ਼ਬਦ ਉਵੇਂ ਹਿੱਟ ਨਹੀਂ ਕਰਦੇ ਆ ਉਹਨਾਂ ਨੂੰ ਉਵੇਂ ਦਿਲ ਨੂੰ ਟੁੰਬਦੇ ਜਿਹੜੇ ਪਹਿਲਾਂ ਇੱਕ ਜਨਰੇਸ਼ਨ ਆਮ ਯੂਜ਼ ਕਰਦੀ ਹੁੰਦੀ ਆ ਪੋਪ ਕਲਚਰ ਦਾ ਅਸਰ ਆਇਆ ਹੋਰ ਜੋ ਮਰਜ਼ੀ ਕਹਿ ਲਓ ਵੀ ਆਪਾਂ ਨੋਰਮਲ ਬੋਲੀ ਦੇ ਜਿਵੇਂ ਇੰਗਲਿਸ਼ ਦੇ ਵਰਡਸ ਨੇ ਹੋਰ ਇੱਦਾਂ ਦਾ ਬੋਲੀ ਦੇ ਜਮ੍ਹਾਂ ਫਰਕ ਪੈ ਗਿਆ ਜੇ ਆਪਾਂ ਪੁਰਾਣੇ ਪੰਜਾਬ ਦੀ ਬੋਲੀ ਦੇਖੀਏ ਤਾਂ ਹੁਣ ਦੀ ਜਨਰੇਸ਼ਨ ਦੀ ਕਾਫ਼ੀ ਵਿੱਚ ਫਰਕ ਲੱਗਦਾ ਮੈਨੂੰ ਅਤੇ ਉਹ ਹੁਣ ਜਿਵੇਂ ਤੁਸੀਂ ਗੱਲ ਕਰੀ ਆ ਵੀ ਲਹਾ ਜਿਹੜੀ ਪੋਇਟਰੀ ਆ ਪੋਇਟਰੀ ਦੇ ਵਿੱਚ ਹੁਣ ਕਈ ਬਾਹਲੀ ਵਾਰ ਸ਼ਬਦ ਜਿਵੇਂ ਨਵੀਂ ਜਨਰੇਸ਼ਨ ਨੂੰ ਜੇ ਉਹ ਉੱਦਾਂ ਦੇ ਨਹੀਂ ਹੈਗੇ ਜਿਹੜੇ ਉਹਨਾਂ ਨੂੰ ਟੁੰਬਦੇ ਨਹੀਂ ਆ ਹੋਰ ਉੱਦਾਂ ਦੀ ਉਹਨਾਂ ਨੂੰ ਫਿੱਟ ਨਹੀਂ ਉਵੇਂ ਕਰਦੇ ਵੀ ਉਹ ਫਿਰ ਜਿਹੜਾ ਅਨਕੌਂਸ਼ੀਅਸ ਦਾ ਜਾਂ ਦੁਆਰੇ ਲੈਂਗੁਏਜ ਦਾ ਰਿਵਾਈਵਲ ਆ ਵੀ ਉਹਦਾ ਫਿਰ ਕਿਵੇਂ ਮਤਲਬ ਉਹ ਕਿਵੇਂ ਹੋਊਗਾ ਦੇਖੋ ਗੱਲ ਇਹ ਹੈ ਲਿਟਰੇਚਰ ਦੀਆਂ ਗੱਲਾਂ ਕਰਨੀਆਂ ਇਹਦੇ ਅੰਦਰਲੇ ਸੂਖਮ ਅਨੁਭਵ ਨਾਲ ਜੁੜਨਾ ਇਹਦੇ ਅੰਦਰਲੇ ਆਤਮਕ ਸਫ਼ਰ ਨਾਲ ਜੁੜਨਾ ਜ਼ਰੂਰੀ ਹੈ ਚੰਗੀ ਗੱਲ ਹੈ ਪਰ ਆਪਾਂ ਇਹਨੂੰ ਆਈਦਰ ਔਰ ਨਹੀਂ ਬਣਾਇਆ ਵੀ ਲਿਟਰੇਚਰ ਦੀ ਗੱਲ ਕਰੋ ਅਤੇ ਪੋਲੀਟਿਕਸ ਦੀ ਨਾ ਕਰੋ ਆਪਾਂ ਕਹਿੰਦੇ ਹਾਂ ਜਿਹੜੀ ਪਬਲਿਕ ਸਪੇਸ ਹੈ ਦਸ ਦਾ ਸੰਸਾਰ ਹੈ ਟੈਂਪਰੈਲਿਟੀ ਹੈ ਦਸ ਦੇ ਸੰਸਾਰ ਦੀ ਉਹਦੇ ਵਿੱਚ ਹੀ ਸਾਰਾ ਕੁਛ ਹੈ ਜਿਹੜੀ ਸਪੇਸ ਦੀ ਟੈਂਪਰੈਲਿਟੀ ਹੈ ਸਥੂਲ ਹੈ ਜਿਹੜਾ ਜਗਤ ਉਹਦੇ ਵਿੱਚ ਹੀ ਅਕਾਲ ਪੁਰਖ ਹੈ ਉਹਦੇ 'ਚ ਹੀ ਕਰਤਾ ਉਹ ਸਾਰਾ ਕੁਛ ਉਹਦੇ ਵਿੱਚ ਹੈ ਸਥੂਲ ਸ਼ੰਕਰ ਦੇ ਅਦਵੈਤ ਵਾਂਗੂ ਮਾਇਆ ਨਹੀਂ ਗਾ ਜੀ ਤੋਂ ਡਿਸਗਸਟਡ ਹੋਣ ਦੀ ਲੋੜ ਹੈ ਜੀ ਤੋਂ ਟਰਾਂਸੈਂਡ ਕਰਨ ਦੀ ਲੋੜ ਹੈ ਇੱਥੇ ਹੀ ਹੈ ਸਾਰਾ ਕੁਛ ਜਿਹੜੀ ਪੋਲੀਟਿਕਸ ਹੈ ਉਹ ਕੋਈ ਵਰਜਿਤ ਜਾਂ ਇਨਫੀਰੀਅਰ ਟੌਪਿਕ ਨਹੀਂ ਜਿਹੜਾ ਪੋਲੀਟੀਕਲ ਹੈ ਉਹਦੇ ਨਾਲ ਇੰਗੇਜ ਕਰਨਾ ਉਹਦੀ ਪੂਰੀ ਸਿਗਨੀਫਿਕੈਂਸ ਹੈ ਅਤੇ ਸਿੱਖਾਂ ਨੂੰ ਆਪਦੀ ਡਿਸਟਿੰਕਟ ਪੋਲੀਟੀਕਲ ਸਪੇਸ ਇੰਡੀਪੈਂਡੈਂਟ ਸੋਵਰਨ ਸਟੇਟ ਦੇ ਰੂਪ 'ਚ ਚਾਹੀਦੀ ਹੈ ਸਪੇਸ ਹੋਊਗੀ ਅਤੇ ਜਿਹੜੀ ਲੈਂਗੁਏਜ ਹੈ ਉਹਦੇ ਜਿਹੜੇ ਗੁਆਚ ਰਹੇ ਰੂਪ ਹੈ ਉਹ ਦੁਬਾਰਾ ਫਲਰਿਸ਼ ਹੋਣਗੇ ਦੁਬਾਰਾ ਸਾਹਮਣੇ ਆਉਣਗੇ ਲੈਂਗੁਏਜ ਮਰਦੀ ਥੋੜ੍ਹਾ ਵਾ ਲੈਂਗੁਏਜ ਤਾਂ ਹੁਣ ਔਨ ਸਲੋਟ ਹੈ ਮੀਡੀਆ ਦਾ ਲਗਾਤਾਰ ਹਿੰਦੀ ਮੀਡੀਆ ਜਿਹੜਾ ਉਹ ਪੰਜਾਬ 'ਚ ਚੱਲੀ ਜਾਂਦਾ ਦਿਨ ਰਾਤ ਅਤੇ ਉਹਨੇ ਲੋਕਾਂ ਦੇ ਅੰਦਰੋਂ ਸ਼ਬਦ ਬਦਲਦੇ ਹੁਣ ਮੈਂ ਕਦੇ ਨਹੀਂ ਸੁਣਿਆ ਕਿਸੇ ਨੂੰ ਕਹਿੰਦਾ ਮੈਂ ਇਹ ਕਰ ਨਹੀਂ ਪਾਊਂਗਾ ਜਾਂ ਤਾਂ ਲੋਕ ਕਹਿੰਦੇ ਸੀ ਮੈਂ ਕਰ ਨਹੀਂ ਸਕਦਾ ਜਾਂ ਲੋਕ ਕਹਿੰਦੇ ਸੀ ਮੈਥੋਂ ਨਹੀਂ ਇਹ ਹੋਣਾ ਜਾਂ ਮੇਰੇ ਵੱਸ ਦੀ ਗੱਲ ਨਹੀਂ ਪਾਇਆ ਮੈਂ ਜਾ ਨਹੀਂ ਪਾਇਆ ਮੈਂ ਕਰ ਨਹੀਂ ਇਹਦੇ ਹੁਣ ਹਰ ਬੰਦਾ ਬੋਲਦਾ ਅਸੀਂ ਨਸ਼ੇੜੀ ਸ਼ਬਦ ਕਦੇ ਨਹੀਂ ਸੁਣਿਆ ਪੰਜਾਬੀ ਦਾ ਸ਼ਬਦ ਨਸ਼ਈ ਹੁੰਦਾ ਸੀ ਜੇ ਪੋਲੀਟੀਕਲ ਸਪੇਸ ਤੁਹਾਡੀ ਆਪਦੀ ਹੈ ਉੱਥੇ ਹੋਰ ਲੈਂਗੁਏਜ ਵਾਲਿਆਂ ਦੇ ਟੀਵੀ ਚੈਨਲ ਕਿਵੇਂ ਚੱਲਣਗੇ ਹਿੰਦੀ ਦੇ ਨਿਊਜ਼ ਚੈਨਲ ਕਿਵੇਂ ਚੱਲਣਗੇ ਜਿਹੜੇ ਦਿਨ ਰਾਤ ਲੋਕਾਂ ਦੇ ਸਿਰਾਂ 'ਤੇ ਲੈਂਗੁਏਜ ਉਲੱਦ ਉਲੱਦ ਕੇ ਉਹਨਾਂ ਦੇ ਮਤਲਬ ਅੰਦਰਲੇ ਗ੍ਰਾਮਰ ਦੇ ਸਟਰਕਚਰ ਜਿਹੜੇ ਆ ਉਹ ਬਦਲਣਗੇ ਸੋ ਸਾਰਾ ਕੁਛ ਹੀ ਆ ਜਿਹੜੀਆਂ ਲਿਟਰੇਚਰ ਦੀਆਂ ਮੀਟਿੰਗਸ ਹੈ ਇਸ ਤਰ੍ਹਾਂ ਦੀਆਂ ਫਿਲੋਸੋਫੀਕਲ ਜਾਂ ਲਿਟਰੇਰੀ ਕਨਵਰਸੇਸ਼ਨ ਵਾਸਤੇ ਉਹ ਜੇ ਫੋਕਸਡ ਰਹਿਣ ਉਹ ਚੰਗੀ ਗੱਲ ਹੈ ਉਹਦੇ ਨਾਲ ਡਿਸਕਸ਼ਨ ਦੀ ਕੁਆਲਿਟੀ ਵਧੀਆ ਬਣਦੀ ਹੈ ਪਰ ਪੋਲੀਟਿਕਸ ਜਿਹੜੀ ਹੈ ਉਹ ਵਰਜਿਤ ਏਰੀਆ ਨਹੀਂ ਹੋ ਸਕਦਾ ਉਹਨੂੰ ਉਹਦੀ ਸਿਗਨੀਫਿਕੈਂਸ ਨੂੰ ਐਗਰੈਸਿਵਲੀ ਅਸਰਟ ਕਰਨ ਦੀ ਲੋੜ ਹੈ ਪੋਲੀਟੀਕਲ ਦੀ ਗੱਲ ਇੱਕ ਕਵੀ ਵਾਸਤੇ ਪੋਲੀਟੀਕਲ ਜਿਹੜਾ ਉਹਦੀ ਗੱਲ ਕਰਨੀ ਕਵੀ ਦਾ ਹੱਕ ਹੈ ਇਹ ਕਵੀ ਨੂੰ ਇਹ ਨਹੀਂ ਕਿਹਾ ਜਾ ਸਕਦਾ ਜਾ ਕੇ ਆਪਦੇ ਗੀਤ ਗਾ ਪੋਲੀਟਿਕਸ ਦੀ ਗੱਲ ਨਾ ਕਰ ਪੋਲੀਟਿਕਸ ਦੀ ਗੱਲ ਕਰਨੀ ਮਾੜੀ ਹੈ ਜਾਂ ਕੁਛ ਹੈ ਇਸ ਤਰ੍ਹਾਂ ਦੀ ਗੱਲ ਗੁਰਪ੍ਰੀਤ ਸਿੰਘ ਸੋਤਾ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਜ਼ਿਆਦਾ ਮੈਨੂੰ ਗਲਤ ਫਹਿਮੀ ਹੋਈ ਆ ਜਾਂ ਤੁਸੀਂ ਉਹਦਾ ਸਵਾਲ ਨਹੀਂ ਸਮਝ ਸਕਦੇ ਨੌਜਵਾਨ ਦਾ ਜਾਂ ਮੈਨੂੰ ਗਲਤ ਸਮਝ ਆ ਰਿਹਾ ਆਪਾਂ ਤਿੰਨਾਂ ਨੇ ਇਕੱਠਿਆਂ ਕੰਮ ਨਹੀਂ ਕੀਤਾ ਹਾਂ ਠੀਕ ਹੈ ਉਦੋਂ ਤੋਂ ਹੀ ਇਹ ਅਪਰਾਧ ਕਹਿ ਲਓ ਜਾਂ ਕਿਸੇ ਵੀ ਜ਼ਿਆਦਾ ਲੋਕਾਂ ਦੀ ਸੁਣਨ ਨੂੰ ਮਿਲਦੀ ਹੋਈ ਆ ਸਾਡੇ ਬੰਦਿਆਂ ਦੀ ਵੀ ਦੋਨੇ ਅਪਰਾਧ ਕਰਨ ਭਰਾ ਔਖਾ ਹੋ ਗਿਆ ਆਮ ਬੰਦੇ ਨੂੰ ਸਮਝ ਨਹੀਂ ਆਉਂਦਾ ਇਹਨੂੰ ਚਾਹੇ ਤੁਸੀਂ ਹੁਣ ਕੰਪਲੀਮੈਂਟ ਲੈ ਲਓ ਅਤੇ ਚਾਹੇ ਤੁਸੀਂ ਇਹਨੂੰ ਹੋਰ ਨੰਬਰ ਔਖੇ ਲੈ ਲਓ ਤੁਸੀਂ ਆਮ ਬੰਦੇ ਦੇ ਪੱਧਰ ਤੋਂ ਇੰਨਾ ਉੱਪਰ ਲਿਖਤਾ ਬੋਲ ਜਾਂਦੇ ਆ ਵੀ ਉਹਨੂੰ ਕਈ ਵਾਰੀ ਸਮਝਣ ਦੇ ਵਾਸਤੇ ਵੀ ਦੋ ਦਿਨ ਵਾਰੀ ਪੜ੍ਹਨਾ ਪੈਂਦਾ ਜਾਂ ਉਹ ਡੈਕਸ਼ਨਰੀ ਰੱਖ ਕੇ ਪੜ੍ਹਨਾ ਪੈਂਦਾ ਠੀਕ ਆ ਇੱਕ ਪਾਸੇ ਚੰਗੀ ਗੱਲ ਬਹੁਤ ਆ ਵੀ ਕਈ ਅੰਗਰੇਜ਼ੀ ਦੇ ਵਿਦਵਾਨ ਜਾਂ ਕਈ ਪੰਜਾਬੀ ਦੇ ਵਿਦਵਾਨ ਜਿਹੜੇ ਭੱਜੇ ਆ ਉਹ ਤੁਸੀਂ ਉਸੇ ਸ਼ੈਲੀ 'ਚ ਲਿਖ ਰਹੇ ਜੀ ਪ੍ਰੋਫੈਸਰ ਰਵਿੰਦਰ ਸਿੰਘ ਮੈਂ ਹੋਰ ਉਹਨਾਂ ਦੀ ਉਹਨਾਂ ਦੇ ਸਾਹਿਤ ਵਿੱਚ ਪਾਉਂਦਾ ਪਾਣੀ ਹੋਵੇ ਤਾਂ ਝੋ ਮਾਰ ਕੇ ਸਾਰ ਨੂੰ ਫਿਰ ਵਧੀ ਜਾਂਦੀ ਹੈ ਹੁਣ ਜਿਹੜੀ ਉਹ ਨੌਜਵਾਨ ਗੱਲ ਮੈਨੂੰ ਲੱਗਿਆ ਸਮਝ ਮੇਰੀ ਆਈ ਉਹ ਇਹ ਪੁੱਛ ਰਿਹਾ ਰਾਧਾ ਨੇ ਕਹਿੰਦਾ ਮੇਰਾ ਸਵਾਲ ਆ ਇਹ ਵੀ ਇੱਕ ਪਾਸੇ ਬਹੁਤ ਸਰਲ ਦੀ ਲੈਂਗੁਏਜ ਦੇ ਵਿੱਚ ਸਾਨੂੰ ਜ਼ਹਿਰ ਦਿੱਤਾ ਜਾ ਰਿਹਾ ਚਾਹੇ ਤੁਸੀਂ ਪਾਸ਼ ਕਹਿ ਲਓ ਚਾਹੇ ਤੁਸੀਂ ਇਹਨੂੰ ਨਿਰਦੇ ਰਿਪੋਰਟ ਕਹਿ ਲਓ ਚਾਹੇ ਤੁਸੀਂ ਅੱਜ ਦੇ ਰਿਪੋਰਟ ਵੀ ਨਾ ਦੂਜੇ ਪਾਸੇ ਜਿਹੜੇ ਸਾਡੇ ਕਰਮੀ ਆ ਜਿਹੜੇ ਸਹਿਯੋਗ ਵੀ ਆ ਚਾਹੇ ਅਸੌਂਗ ਵਾਸੀ ਜਦੋਂ ਭਾਈ ਨੇ ਜਾਗਰਣ ਵਾਸੀ ਉਹਨਾਂ ਨੂੰ ਵੀ ਆਹੀ ਹੁੰਦਾ ਰਿਹਾ ਉਹਨਾਂ ਨੂੰ ਗੱਲ ਕਰਨੀ ਚਾਹੇ ਤੁਹਾਡੀ ਪਹਿਲਾਂ ਤੋਂ ਕਵਿਤਾ ਪੜ੍ਹੋ ਅਤੇ ਕਵਿਤਾ ਦੇ ਅਰਥ ਪੜ੍ਹਨ ਦੇ ਵਾਸਤੇ ਮਹਾਂਕੁਸ਼ ਪੜ੍ਹੋ ਇਹਦੇ ਬਾਰੇ ਇਹਨੂੰ ਦੱਸੋ ਵੀ ਇਹ ਸਹੀ ਆ ਦੇਖੋ ਲਿਖਤ ਦੇ ਕਈ ਪੱਖ ਹੈ ਇੱਕ ਪੱਖ ਇਹ ਹੈ ਕਿ ਔਖਾ ਲਿਖਣਾ ਸੌਖਾ ਹੈ ਅਤੇ ਸਰਲ ਲਿਖਣਾ ਔਖਾ ਇਹ ਪੱਖ ਜਿਹੜਾ ਹੈ ਸਾਡੇ ਤੋਂ ਜ਼ਿਆਦਾ ਸਾਧਨਾ ਦੀ ਮੰਗ ਕਰਦਾ ਜਿਹੜੀ ਕਿ ਮੈਂ ਇਹ 'ਚ ਵੀ ਕੋਸ਼ਿਸ਼ ਕੀਤੀ ਹੈ ਇਹਨੂੰ ਵੱਧ ਤੋਂ ਵੱਧ ਸਿੰਪਲ ਲੈਂਗੁਏਜ 'ਚ ਲਿਖਣ ਦੀ ਮੈਂ ਔਖੇ ਸ਼ਬਦ ਨਹੀਂ ਵਰਤਦਾ ਮੈਂ ਸ਼ਬਦਾਵਲੀ ਮੈਂ ਸੈਂਟੈਂਸ ਵੀ ਲੰਬੇ ਨਹੀਂ ਵਰਤਦਾ ਛੋਟੇ ਸੈਂਟੈਂਸ ਸਿੰਪਲ ਤਰੀਕੇ ਨਾਲ ਹਰ ਗੱਲ ਸਾਦੇ ਨੂੰ ਸਾਦੇ ਤਰੀਕੇ ਨਾਲ ਕਹਿਣ ਦੀ ਕੋਸ਼ਿਸ਼ ਕਰਦਾ ਇਹ ਕੀ ਪੱਖ ਹੈ ਦੂਜਾ ਇਹ ਹੈ ਵੀ ਜਿਹੜਾ ਟਾਈਮ ਦਾ ਕੋਨਸੈਪਟ ਹੈ ਫਿਲੋਸਫੀ ਦੇ ਵਿੱਚ ਉਹ ਤੁਸੀਂ ਕਿਸੇ ਇੱਥੇ ਵੈਸਟਰਨ ਯੂਨੀਵਰਸਿਟੀ ਦੇ ਪ੍ਰੋਫੈਸਰ ਦੀ ਟਾਈਮ 'ਤੇ ਕਿਤਾਬ ਲੈ ਪੜ੍ਹ ਕੇ ਕੋਈ ਕਿਤਾਬ ਚੱਕ ਲਓ ਉਹਦੇ 'ਚ ਕਿਸੇ ਨਾ ਕਿਸੇ ਰੂਪ 'ਚ ਸ਼ੁਰੂ 'ਚ ਲਿਖਿਆ ਹੀ ਹੁੰਦਾ ਵੀ ਟਾਈਮ ਦੀ ਇੱਕ ਡੈਫੀਨੇਸ਼ਨ ਬਣਾਉਣੀ ਇੱਕ ਸਮਝ ਬਣਾਉਣੀ ਬਹੁਤ ਔਖੀ ਆ ਇਹਨੂੰ ਐਕਸਪਲੇਨ ਕਰ ਸਕਣਾ ਵੀ ਬਹੁਤ ਔਖਾ ਹੈ ਇਹ ਕੰਪਲੈਕਸ ਇਸ਼ੂਜ ਆ ਇਹਦੀ ਕੰਪਲੈਕਸਿਟੀਜ਼ ਬਹੁਤ ਜ਼ਿਆਦਾ ਜਦੋਂ ਤੁਸੀਂ ਲੈਂਗੁਏਜ ਦੇ ਅੰਦਰਲੇ ਨੈਟਵਰਕ ਓਪਰੇਟ ਕਿਵੇਂ ਕਰਦੇ ਆ ਉਹਨਾਂ ਦਾ ਟਾਈਮ ਨਾਲ ਅਤੇ ਲਿਟਰੇਚਰ ਨਾਲ ਨਾਤਾ ਕੀ ਹੈ ਸਾਡੇ ਅੰਦਰਲੇ ਸਫ਼ਰ ਨਾਲ ਕੀ ਨਾਤਾ ਸਾਡੀ ਬਾਹਰੀ ਜਿਹੜੀ ਪਬਲਿਕ ਸਪੇਸ ਹੈ ਜਿੱਥੇ ਅਸੀਂ ਰਹਿੰਦੇ ਹਾਂ ਸਾਡੇ ਆਲਾ ਦੁਆਲਾ ਉਹਦੇ ਨਾਲ ਕੀ ਨਾਤਾ ਜੋ ਤੁਸੀਂ ਇਸ ਤਰ੍ਹਾਂ ਦੇ ਜਿਹੜੇ ਸੂਖਮ ਏਰੀਆਜ਼ ਹੈ ਉਹਨਾਂ ਦੀ ਵਿਆਖਿਆ ਕਰਨੀ ਹੈ ਅਤੇ ਉਹ ਜਿਹੜੇ ਸੂਖਮ ਟੋਪਿਕ ਹੈ ਉਹ ਤੁਹਾਡੇ ਵਿੱਚ ਆਉਣੇ ਹੀ ਆਉਣੇ ਆ ਜਿਵੇਂ ਹੁਣ ਫਿਲੋਸਫੀ ਦੀ ਕਿਤਾਬ ਲਿਖਣ ਦਾ ਮਤਲਬ ਇਹ ਨਹੀਂ ਵੀ ਅਖਬਾਰ ਜਿਹੜੇ ਹੈ ਉਹ ਯੂਜ਼ਲੈਸ ਹੋ ਗਏ ਅਤੇ ਅਖਬਾਰ ਸਾਰੇ ਬੰਦ ਕਰ ਦਿਓ ਫਿਲੋਸਫਰ ਵੀ ਅਖਬਾਰ ਪੜ੍ਹਦੇ ਆ ਅਖਬਾਰਾਂ ਵਿੱਚ ਲੇਖ ਵੀ ਪੜ੍ਹਦੇ ਆ ਸੋ ਅਖਬਾਰੀ ਲੇਖ ਦੀ ਆਪਣੀ ਲੋੜ ਅਤੇ ਅਹਿਮੀਅਤ ਹੈ ਜਿਹੜੀ ਰੱਦ ਨਹੀਂ ਕੀਤੀ ਜਾ ਸਕਦੀ ਪਰ ਸਾਰਾ ਕੁਛ ਅਖਬਾਰੀ ਲੇਖ ਵਰਗਾ ਨਹੀਂ ਹੋ ਸਕਦਾ ਜਿਹੜਾ ਪੜ੍ਹਨ ਲਿਖਣ ਦੇ ਮਾਮਲੇ 'ਚ ਜਿਹੜਾ ਪਾਠਕ ਹੈ ਉਹਨੂੰ ਸੰਘਰਸ਼ ਕਰਨ ਦੀ ਲੋੜ ਹੈ ਜਿਵੇਂ ਹੁਣ ਮੰਨ ਲਓ ਮਾਊਂਟ ਐਵਰੈਸਟ ਆ ਮੈਂ ਉੱਤੇ ਚੜ੍ਹ ਨਹੀਂ ਸਕਦਾ ਕੁਛ ਬੰਦੇ ਚੜ੍ਹ ਸਕਦੇ ਆ ਪਰ ਮੈਂ ਇਹ ਨਹੀਂ ਕਹਿ ਸਕਦਾ ਵੀ ਮੈਂ ਤਾਂ ਚੜ੍ਹ ਨਹੀਂ ਸਕਦਾ ਇਹਨੂੰ ਨਿਊਕਲੀਅਰ ਬੰਬ ਲਾ ਕੇ ਉਡਾ ਦਿਓ ਨੀਵੀਂ ਕਰ ਦਿਓ ਠੀਕ ਹੈ ਨਾ ਉਹ ਦੋਨੇ ਪਾਸੇ ਹੀ ਜਿਹੜੀ ਕੋਸ਼ਿਸ਼ ਹੈ ਦੇਖੋ ਜਿਹੜੀ ਬੋਲੀ ਜਦੋਂ ਕੋਈ ਮਰਦੀ ਹੈ ਉਹ ਹੌਲੀ ਹੌਲੀ ਮਰਦੀ ਸਦੀਆਂ ਤੇ ਉਹਦੇ ਮਰਨ ਦੀ ਇੱਕ ਨਿਸ਼ਾਨੀ ਇਹ ਹੁੰਦੀ ਹੈ ਵੀ ਉਹਦੇ 'ਚੋਂ ਸ਼ਬਦ ਕਿਰਨੇ ਸ਼ੁਰੂ ਹੋ ਜਾਂਦੇ ਆ ਘਟੀ ਜਾਂਦੇ ਆ ਜਿਵੇਂ ਦੋ ਤਰ੍ਹਾਂ ਦੀਆਂ ਬੋਲੀਆਂ ਇੱਕ 'ਚ ਸ਼ਬਦ ਵੱਧਦੇ ਆ ਇੱਕ 'ਚ ਘੱਟਦੇ ਆ ਜਿਹੜੇ ਘੱਟਦੇ ਆ ਜਿਹਦੇ 'ਚ ਉਹ ਮਰ ਰਹੀ ਹੈ ਜਿਹਦੇ 'ਚ ਵੱਧਦੇ ਆ ਉਹ ਹੋਰ ਵਧੀਆ ਬਣ ਰਹੀ ਹੈ ਜਿਵੇਂ ਜਿਹੜੀ ਆਕਸਫੋਰਡ ਇੰਗਲਿਸ਼ ਡਿਕਸ਼ਨਰੀ ਆ ਉਹ ਹਰ ਸਾਲ ਅਪਡੇਟ ਕਰਦੇ ਆ ਅਤੇ ਉਹਦੇ 'ਚ ਹਰ ਸਾਲ ਉਹ ਨਵੇਂ ਸ਼ਬਦ ਐਡ ਕਰਦੇ ਆ ਜਿਵੇਂ ਹੁਣ ਸੈਲਫੀ ਸ਼ਬਦ ਆ ਜਿਹੜਾ ਨਵਾਂ ਬਣਿਆ 20 ਸਾਲ ਪਹਿਲਾਂ ਨਹੀਂ ਸੀਗਾ
ਸੋ ਇਹੋ ਜਿਹੇ ਸ਼ਬਦ ਐਡ ਕਰ ਲੈਂਦੇ ਆ ਇਹਨਾਂ ਨੂੰ ਜਿਹੜੀ ਪੰਜਾਬੀ ਹੈ ਇਹਦੀ ਰਾਜਨੀਤਿਕ ਸਥਿਤੀ ਕਰਕੇ ਇਹ ਮਰ ਰਹੀ ਹੈ ਮੈਂ ਨਹੀਂ ਕਹਿੰਦਾ ਮਰ ਜੂਗੀ ਸੱਚੀ ਪਰ ਮਰ ਜ਼ਰੂਰ ਘੱਟ ਰਹੀ ਹੈ ਦਿਨੋਂ ਦਿਨ ਕਿਉਂਕਿ ਸ਼ਬਦ ਕਿਰੀ ਜਾਂਦੇ ਆ ਭੁੱਲੀ ਜਾਂਦੇ ਜਿਹੜੀ ਮਹਿਬੂਬ ਸਾਹਿਬ ਦੀ ਕਵਿਤਾ ਹੈ ਜਾਂ ਕੋਈ ਵੀ ਕਵਿਤਾ ਜਿਹੜੀ ਉਹ ਅੱਜ ਤੋਂ 100 ਸਾਲ ਪਹਿਲਾਂ ਕਿਸੇ ਪੁਰਾਣੇ ਬਜ਼ੁਰਗ ਨੂੰ ਓਨੀ ਉਪਰੀ ਨਹੀਂ ਲੱਗਦੀ ਜਿੰਨੀ ਸਾਨੂੰ ਲੱਗਦੀ ਹੈ ਕਿਉਂ ਕਿਉਂਕਿ ਸਾਡੇ ਚੇਤੇ ਚੋਂ ਸ਼ਬਦ ਵਿਸਰ ਗਏ ਹੁਣ ਉਹਦੇ 'ਚ ਕਸੂਰ ਕਿਹਦਾ ਹੁਣ ਫਿਰ ਲਿਖਣ ਵਾਲੇ ਦਾ ਨਹੀਂ ਆ ਜੇ ਲਿਖਣ ਵਾਲੇ ਤੇ ਆਪਾਂ ਇਹ ਡਿਮਾਂਡ ਲਾ ਦਈਏ ਵੀ ਤੂੰ ਆਹ ਸ਼ਬਦ ਨਾ ਵਰਤ ਉਹ ਸ਼ਬਦ ਹੀ ਸਦਾ ਵਾਸਤੇ ਗਰਭਾਚਣ ਠੀਕ ਹੈ ਨਾ ਹੁਣ ਜਿਵੇਂ ਮੰਗੂ ਸ਼ਬਦ ਹੈ ਮਹਿਬੂਬ ਸਾਹਿਬ ਦੀ ਕਵਿਤਾ 'ਚ ਆਉਂਦਾ ਮੰਗੂ ਸ਼ਬਦ ਹੁਣ ਮੰਗੂ ਹੁੰਦਾ ਕੀ ਹੈ ਮੱਝਾਂ ਦਾ ਪੱਗ ਗਾਵਾਂ ਦਾ ਪੱਗ ਹੁਣ ਪੁਰਾਣੇ ਬਜ਼ੁਰਗ ਨੂੰ ਤਾਂ ਪਤਾ ਮੰਗੂ ਕੀ ਹੈ ਸਾਨੂੰ ਨਹੀਂ ਪਤਾ ਸੋ ਆਪਾਂ ਉਹਨਾਂ ਨੂੰ ਇਹ ਥੋੜ੍ਹੀ ਕਿ ਕਵੀ ਨੂੰ ਕਹਿ ਸਕਦੇ ਹਾਂ ਵੀ ਭਾਈ ਮੈਂ ਤਾਂ ਮੰਗੂ ਕਦੇ ਸੁਣਿਆ ਨਹੀਂ ਤੇ ਤੂੰ ਮੰਗੂ ਸ਼ਬਦ ਹੀ ਨਾ ਵਰਤ ਸਗੋਂ ਆਪਾਂ ਨੂੰ ਕਵੀ ਦਾ ਧੰਨਵਾਦ ਕਰਨਾ ਚਾਹੀਦਾ ਵੀ ਉਹਨੇ ਮੰਗੂ ਸ਼ਬਦ ਸਾਂਭਤਾ ਹਜ਼ਾਰਾਂ ਨੌਜਵਾਨ ਅੱਜ ਪੜ੍ਹਦੇ ਆ ਕਵਿਤਾ ਉਹਨਾਂ ਦੇ ਸਾਹਮਣੇ ਮੰਗੂ ਸ਼ਬਦ ਆਉਂਦਾ ਉਹ ਲੱਭ ਲੈਂਦੇ ਆ ਗੂਗਲ ਕਰ ਲੈਂਦੇ ਆ ਆ ਜਾਂਦਾ ਉਹਦੇ 'ਚ ਠੀਕ ਹੈ ਨਾ ਉਹ ਸ਼ਬਦ ਦੁਬਾਰਾ ਰਿਵਾਈਜ਼ ਹੋ ਗਿਆ ਇਹਦਾ ਮਤਲਬ ਇਹ ਹੈ ਸੋ ਜਿਹੜੀ ਕਵਿਤਾ ਉਹ ਕਾਲ ਦੇ ਅਗੇਂਸਟ ਜਿਹੜੀ ਬੋਲੀ ਦੀ ਬਹੁਤ ਹੋ ਰਹੀ ਹੈ ਉਹਦੇ ਅਗੇਂਸਟ ਲੜਾਈ ਹੈ ਉਹ ਉਹਨਾਂ ਸ਼ਬਦਾਂ ਨੂੰ ਜਿਉਂਦੇ ਰੱਖਣ ਦੀ ਲੜਾਈ ਹੈ ਬਈ ਇਹਨਾਂ ਨੂੰ ਅਸੀਂ ਮਰ ਨਹੀਂ ਦੇਣਾ ਉਹਦੇ 'ਚ ਆਏ ਹੈ ਵੀ ਜਿਹੜੇ ਸਰੋਤੇ ਅੱਡੇ ਉਹ ਅੱਜ ਕੱਲ੍ਹ ਹੋ ਗਈ ਵੀ ਜਦੋਂ ਕਿਸੇ ਬੁਲਾਰੇ ਨੂੰ ਸੁਣਨਾ ਉਹ ਪੈਸਿਵ ਐਕਟੀਵਿਟੀ ਬਣ ਗਈ ਜਿਵੇਂ ਆਪਾਂ ਫਿਲਮ ਮੇਰੇ ਹਾਂ ਆਪਾਂ ਐਂਟਰਟੇਨਮੈਂਟ ਕਰਨ 'ਤੇ ਜ਼ੋਰ ਨਹੀਂ ਲਾਉਣਾ ਪੈਂਦਾ ਠੀਕ ਆ ਪੈਸਿਵ ਐਕਟੀਵਿਟੀ ਹੈ ਪਰ ਪਹਿਲਾਂ ਇਹ ਨਹੀਂ ਸੀ ਪੁਰਾਤਨ ਵੇਲਿਆਂ ਦੇ ਵਿੱਚ ਜਿਹੜਾ ਆਪਣੇ ਹੁਣ ਜਿਵੇਂ ਮੰਨ ਲਓ ਕੀਰਤਨ ਪਰੰਪਰਾ ਕੀਰਤਨ ਸਰਵਣ ਕਰਨਾ ਜਿਹੜਾ ਉਹ ਸਰਵਣ ਕਰਨਾ ਵੀ ਇੱਕ ਐਕਟੀਵਿਟੀ ਹੈ ਠੀਕ ਹੈ ਨਾ ਕਿਉਂਕਿ ਉਹਦੇ ਵਾਸਤੇ ਵੀ ਧਿਆਨ ਫੋਕਸ ਕਰਨਾ ਪੈਂਦਾ ਅਤੇ ਮੇਰੇ ਖਿਆਲ ਦੇ ਵਿੱਚ ਉਹ ਜਿਹੜੀ ਆਪਾਂ ਸੁਣਨਾ ਜਿਹੜਾ ਉਹ ਵੀ ਇੱਕ ਕਿਸਮ ਦੀ ਐਕਟੀਵਿਟੀ ਹੈ ਉਹਨੂੰ ਥੋੜ੍ਹੇ ਜਿਹਾ ਭੁੱਲ ਗਏ ਹੈ ਮੈਨੂੰ ਲੱਗਦਾ ਵੀ ਜੇ ਆਪਾਂ ਆਪਦੀਆਂ ਜਿਹੜੀਆਂ ਮੈਂਟਲ ਫੈਕਲਟੀਜ਼ ਨੂੰ ਫੋਕਸ ਕਰਕੇ ਉਹਦੇ 'ਤੇ ਥੋੜ੍ਹੇ ਧਿਆਨ ਦੇਈਏ ਇਹ ਨਾ ਇੱਕ ਜਿੰਮ ਵਰਗਾ ਹੀ ਕੰਮ ਹੈ ਜਿਵੇਂ ਜਿਵੇਂ ਆਪਾਂ ਵੱਧ ਉਹਨੂੰ ਉੱਤੇ ਭਾਰ ਪਾਈ ਜਾਂਦੇ ਹਾਂ ਉਹ ਤਕੜਾ ਹੋਈ ਜਾਂਦਾ ਮਾਰਾ ਜਿਹੜਾ ਆਪਣਾ ਸੋ ਮੈਨੂੰ ਲੱਗਦਾ ਵੀ ਸਗੋਂ ਔਖੀਆਂ ਕਿਤਾਬਾਂ ਜਿਹੜੀਆਂ ਉਹ ਆਪਾਂ ਨੂੰ ਜ਼ਿਆਦਾ ਉਹਨਾਂ 'ਤੇ ਧਿਆਨ ਦੇਣਾ ਚਾਹੀਦਾ ਉਹਦੇ ਨਾਲ ਮਨ ਆਪਣਾ ਸ਼ਕਤੀਸ਼ਾਲੀ ਬਣ ਜਾਂਦਾ ਬਾਅਦ 'ਚ ਫਿਰ ਉਹੀ ਕਿਤਾਬ ਸੌਖੀ ਬਣ ਜਾਂਦੀ ਜਿਵੇਂ ਅੱਜ ਜੇ 20 ਕਿਲੋ ਭਾਰ ਚੱਕਦੇ ਹਾਂ ਮਹੀਨੇ ਨੂੰ ਉਹੀ 20 ਕਿਲੋ ਭਾਰ ਤੁਹਾਨੂੰ ਜਿੰਮ 'ਚ ਲੱਗਣਾ ਵੀ ਇਹਦਾ ਕੁਛ ਵੀ ਨਹੀਂ ਜਿਵੇਂ ਇੱਕ ਪੱਖ ਹੋਰ ਇਹਦਾ ਇੱਕ ਤਾਂ ਹੋ ਗਿਆ ਵੀ ਔਖੀ ਸ਼ਬਦਾਵਲੀ ਜਿਹੜੀ ਉਹਦੇ ਕਰਕੇ ਕਵਿਤਾ ਸਮਝਣੀ ਮੁਸ਼ਕਲ ਹੋ ਜਾਂਦੀ ਹੈ ਇੱਕ ਸ਼ਬਦਾਵਲੀ ਤੋਂ ਵੱਖਰਾ ਜਿਹੜਾ ਕਵੀ ਹੈ ਉਹ ਗੱਲ ਕਿਸੇ ਤਰੀਕੇ ਨਾਲ ਕਹਿਣੀ ਚਾਹੁੰਦਾ ਜਿਵੇਂ 47 ਦੇ ਵਿੱਚ ਵੰਡ ਹੋਈ ਅਤੇ ਮਹਿਬੂਬ ਸਾਹਿਬ ਦਾ ਪਿੰਡ ਨਨਕਾਣਾ ਸਾਹਿਬ ਤੋਂ 10 ਕੁ ਮੀਲ 'ਤੇ ਸੀਗਾ ਚੱਕ 233 ਅਤੇ ਉੱਥੋਂ ਕਈ ਪਿੰਡ ਇਕੱਠੇ ਹੋ ਕੇ 72 ਪਿੰਡਾਂ ਦਾ ਕਾਫਲਾ ਉਹ ਤੁਰਿਆ ਸਫ਼ਰ ਸੀਗਾ ਸਾਰਾ 160 ਕਿਲੋਮੀਟਰ ਦਾ ਅਤੇ ਮਹੀਨੇ ਲੱਗੇ ਉਹਨੂੰ 2 ਤੋਂ ਉੱਤੇ ਹੁਣ 160 ਕਿਲੋਮੀਟਰ 'ਤੇ ਗੱਡਿਆਂ 'ਤੇ ਆਉਣ ਨੂੰ 2 ਮਹੀਨੇ ਕਿਉਂ ਲੱਗਣਗੇ ਜੇ ਆਲੇ ਦੁਆਲੇ ਹਮਲੇ ਹੋ ਰਹੇ ਆ ਹਮਲੇ ਕੌਣ ਕਰ ਰਹੇ ਆ ਨੇੜੇ ਤੇੜੇ ਦੇ ਪਿੰਡਾਂ 'ਚ ਵਸਣ ਵਾਲੇ ਲੋਕ ਹੁਣ ਕਵੀ ਹੈ ਉਹਨੂੰ ਦੁੱਖ ਕਿਹੜੀ ਗੱਲ ਦਾ ਵੀ ਜਿਹੜਾ ਚੰਗਾ ਟਾਈਮ ਬਿਤਾਇਆ ਇਹਨਾਂ ਨਾਲ ਉਹ ਸਵਾਹ ਹੋ ਗਿਆ ਅਤੇ ਜਿਹੜੀ ਦੋਸਤੀ ਸੀ ਉਹ ਵੀ ਭਸਮ ਹੋਈ ਖੜੀ ਹੈ ਕਰੂਪ ਹੁਣ ਇਸ ਐਕਸਪੀਰੀਅੰਸ ਨੂੰ ਬਿਆਨ ਕਰਨ ਲਈ ਉਹਨੇ 2 ਲਾਈਨਾਂ ਲਿਖੀਆਂ ਚੰਨ ਦੇ ਹੇਠ ਵਰੇ ਕੁਰਲਾਵਣ ਦਰਬਰ ਵਾਂਗ ਬਿਰਾਨੇ ਜਲੀਆਂ ਮੁੱਢੀਆਂ ਵਾਂਗ ਖੜੇ ਨੇ ਮੁੱਢ ਕਦੀਮ ਗਿਰਾਨੇ ਜਿਹੜੀ ਸਾਡੀ ਉੱਥੋਂ ਦੇ ਰਹਿਣ ਵਾਲੇ ਲੋਕਾਂ ਨਾਲ ਦੋਸਤੀ ਸੀ ਉਹ ਕਿਸੇ ਦਰਖਤ ਦੀ ਜਲੀ ਮੁੱਢੀ ਵਾਂਗੂ ਖੜੀ ਹੈਗੀ ਵੀ ਹੈ ਅਤੇ ਕਾਹਦੀ ਹੈਗੀ ਹੈ ਡਰਬਰ ਹੁੰਦਾ ਡਰਨਾ ਜਿਹੜਾ ਖੇਤਾਂ 'ਚ ਡੱਗਿਆ ਗੱਡਿਆ ਹੁੰਦਾ ਚੰਨ ਦੇ ਹੇਠ ਵਰੇ ਕੁਰਲਾਵਣ ਡਰਬਰ ਵਾਂਗ ਬਿਰਾਨੇ ਇੱਕ ਦਰਨੇ ਵਾਂਗੂ ਜਿਹੜਾ ਬੇਜਾਨ ਹੈ ਜਿਸ 'ਚ ਕੁਛ ਨਹੀਂ ਗਾ ਉਹ ਵਿਰਾਨਗੀ ਟਾਈਮ 'ਚ ਆ ਗਈ ਸਾਲਾਂ ਦੇ ਵਿੱਚ ਆ ਗਈ ਬੀਤਿਆ ਜਿਹੜਾ ਜਲੀਆਂ ਬੁੱਢੀਆਂ ਵਾਂਗ ਖੜੇ ਨੇ ਬੁੱਢ ਕਦੀਮ ਜਰਾਨੇ ਹੁਣ ਇਹ ਜਿਹੜਾ ਹਿਸਟੋਰੀਕਲ ਕੰਟੈਕਸਟ ਅਤੇ ਕਵੀ ਦੀਆਂ ਰਮਜ਼ ਦੇਣ ਦਾ ਸਟਾਈਲ ਹੈ ਜਿਹੜਾ ਉਹਨੂੰ ਸਮਝਣ ਲਈ ਕਵਿਤਾ ਦੇ ਨਾਲ ਪਾਠਕ ਦਾ ਇੱਕ ਸਫ਼ਰ ਚਾਹੀਦਾ ਹਰ ਪਾਠਕ ਨੂੰ ਹਰ ਲਾਈਨ ਹਰ ਵੇਲੇ ਸਮਝ ਨਹੀਂ ਆਉਂਦੀ ਵਾਰ ਵਾਰ ਪੜ੍ਹਨਾ ਸਲੋਅ ਪੜ੍ਹਨਾ ਹੌਲੀ ਹੌਲੀ ਉਹ ਚੀਜ਼ਾਂ ਆਈ ਜਾਂਦੀਆਂ ਸੋ ਇਹ ਬੇਸਿਕਲੀ ਇਹ ਸੱਭਿਆਚਾਰ ਹੈ
ਜਿਹੜਾ ਪੜ੍ਹਨ ਲਿਖਣ ਦਾ ਸੱਭਿਆਚਾਰ ਹੈ ਉਹ ਸਾਡੇ ਰੋਜ਼ਮਰਾ ਦੀ ਲਾਈਫ ਦਾ ਹਿੱਸਾ ਚਾਹੀਦਾ। ਜਿਵੇਂ ਆਪਣਾ ਸੱਭਿਆਚਾਰ ਸੀ ਵੀ ਗੁਰਦੁਆਰਿਆਂ 'ਚ ਸੂਰਜ ਪ੍ਰਕਾਸ਼ ਦੀ ਕਥਾ ਹੁੰਦੀ ਸੀ। ਹੁਣ ਭਾਈ ਸੰਤੋਖ ਸਿੰਘ ਇੰਨੇ ਜ਼ਿਆਦਾ ਮਹਾਨ ਕਵੀ ਹੋਏ ਆ ਵੀ ਉਹਨਾਂ ਵਰਗੇ ਮਹਾਨ ਕਵੀ ਪੂਰੀ ਹਿਊਮਨ ਹਿਸਟਰੀ 'ਚੋਂ ਸ਼ਾਇਦ ਹੀ ਹੋਰ ਲੱਭਣ। ਉਹਨਾਂ ਦੇ ਮਹਾਂਕਾਵਿ 'ਚ ਇਤਿਹਾਸਕ ਜਿਹੜੀਆਂ ਗੱਲਾਂ ਕੁਛ ਉਹ ਗਲਤ ਹੋ ਸਕਦੀਆਂ, ਆਪਾਂ ਉਹਨਾਂ ਨੂੰ ਕੋਈ ਸਹੀ ਵੀ ਨਹੀਂ ਪਾਉਂਦੇ, ਪਰ ਕਵਿਤਾ ਦਾ ਲੈਵਲ ਹੈ ਉਹਦੇ ਬਾਰੇ ਤਾਂ ਕੋਈ ਦੁਹਰਾਵਾ ਹੀ ਨਹੀਂ। ਅਤੇ ਸਿੱਖ ਗੁਰਦੁਆਰਿਆਂ 'ਚ ਜਿਹੜੇ ਮਤਲਬ ਟ੍ਰੇਨਡ ਗਿਆਨੀ ਹੁੰਦੇ ਸੀ, ਭਾਸ਼ਾ ਵੀ ਜਾਣਦੇ ਸੀ, ਅੰਦਰਲੀਆਂ ਰਮਜ਼ਾਂ ਸਮਝਦੇ ਸੀ, ਇੱਕ ਬੰਦਾ ਸੂਰਜ ਪ੍ਰਕਾਸ਼ ਦੀ ਇੱਕ ਤੁਕ ਪੜ੍ਹ ਰਿਹਾ ਅਤੇ ਗਿਆਨੀ ਜਿਹੜੇ ਆ ਉਹ ਉਹਨੂੰ ਉਹਦੀ ਲਗਾਤਾਰ ਵਿਆਖਿਆ ਕਰ ਰਹੇ ਆ, ਅਤੇ ਉੱਚ ਕੋਟੀ ਦੇ ਸਾਹਿਤ ਨਾਲ ਗੁਰਦੁਆਰੇ 'ਚ ਬਹਿ ਕੇ ਜਿਹੜੀਆਂ ਸੰਗਤਾਂ ਉਹਨਾਂ ਦਾ ਹੋ ਰਿਹਾ। ਜਦੋਂ ਟਾਈਮ ਬਦਲ ਗਿਆ ਉਦੋਂ ਜਿਹੜੀਆਂ ਇਸ ਤਰ੍ਹਾਂ ਦੀਆਂ ਸਾਹਿਤਕ ਮਹਿਫਲਾਂ ਉਹ ਬਾਹਰ ਪਬਲਿਕ ਸਪੇਸ 'ਚ ਵੀ ਚਾਹੀਦੀਆਂ। ਹੁਣ ਆਪਣੇ ਤਾਂ ਇਹ ਹੋ ਗਿਆ ਵੀ ਜਦੋਂ ਗੁਰਦੁਆਰੇ ਜਾਂਦੇ ਹਾਂ ਤਾਂ ਸਾਡਾ ਗੁਰਬਾਣੀ ਨਾਲ ਵਾਹ ਹੈ, ਕਥਾ ਸੁਣ ਸਕਦੇ ਹਾਂ, ਕੋਈ ਚੰਗੀ ਚੀਜ਼ ਸੁਣਦੇ ਹਾਂ। ਜੇ ਬਾਹਰ ਜਾਂਦੇ ਹਾਂ ਤਾਂ ਐਬਸਰਡ ਮਿਊਜ਼ਿਕ ਅਤੇ ਐਬਸਰਡ ਪੋਇਟਰੀ ਉਹਦੇ 'ਚ ਗਾਈ ਜਾਂਦੀ ਹੈ, ਗੀਤਾਂ ਦੇ ਬੋਲ ਵੀ ਭੈੜੇ ਆ, ਉਹਨਾਂ ਨੂੰ ਗਾਉਣ ਦਾ ਤਰੀਕਾ ਵੀ ਬੇਸੁਰਾ। ਇੱਕ ਗੱਲ ਮੈਂ ਐਡ ਕਰਨੀ ਚਾਹੁੰਦਾ, ਅੱਜ ਤੁਸੀਂ ਕਿਸੇ 20 ਸਾਲ ਦੇ ਮੁੰਡੇ ਕੁੜੀ ਨੂੰ ਸਿੱਧੂ ਮੂਸੇਵਾਲੇ ਦੇ ਗੀਤਾਂ ਦੇ ਵਿੱਚੋਂ ਸ਼ਬਦ ਕੱਢ ਕੇ ਜਿਹੜਾ ਥੋੜ੍ਹਾ ਜਿਹਾ ਅਨਯੂਜ਼ਲ ਹੁੰਦਾ ਮਤਲਬ ਪੁੱਛ ਕੇ, ਇਲਮ ਦਾ ਮਤਲਬ ਪੁੱਛ ਕੇ, ਪਤਾ ਨਹੀਂ ਹੁਣ ਇਹ ਕੀ ਹੈ ਵੀ 20 ਸਾਲ ਦੇ ਪੰਜਾਬੀ ਮੁੰਡੇ ਕੁੜੀ ਨੂੰ ਸਿੱਧੂ ਮੂਸੇਵਾਲੇ ਦੇ ਗੀਤ ਨਹੀਂ ਸਮਝ ਆ ਰਹੇ, ਉਹਦੇ 'ਚ ਇਹੋ ਜਿਹੇ ਫੇਰ ਸ਼ਬਦ ਵਰਤੇ ਨੇ ਯਾਰ, ਅਤੇ ਫਿਰ ਕਵੀ ਅਤੇ ਕਵਿਤਾ ਦਾ ਗੱਲ ਹੀ ਵੱਡੀ ਹੈ। ਸੋ ਗੱਲ ਕੀ ਆ ਵੀ ਉਜਾੜਾ ਹੋ ਹੀ ਜਾਵਾ ਗਿਆ, ਸ਼ਬਦ ਕਹਿ ਰਹੀ ਹੈ ਇੰਨੇ ਗਏ। ਹਾਂਜੀ ਹਾਂਜੀ ਅਸੀਂ ਉਹ ਸਵਾਲ ਉਹ ਸ਼ਬਦ ਮਾਤਾ ਪਿਤਾ ਨੂੰ ਪੁੱਛਦੇ ਹਾਂ ਤੇ ਉਹਨਾਂ ਨੂੰ ਕੋਈ ਪਤਾ ਹੁੰਦਾ ਕੀ ਹੈ, ਤੇ ਪਰ ਇੰਨਾ ਹੈ ਕਿ ਵੀ ਮੈਂ ਬੇਨਤੀ ਮੇਰੀ ਹੈਗੀ ਹੈ ਕਿ ਜੋ ਤੁਸੀਂ ਲਿਖਦੇ ਹੋ ਉਹ ਔਖੀ ਨਹੀਂ ਮੈਂ ਕਹੂੰ, ਪਰ ਮੈਂ ਮਹਿੰਗੀ ਕਹੂੰਗਾ ਕਿ ਮਹਿੰਗੀ ਕਵਿਤਾ ਹੈਗੀ, ਉਹਨੂੰ ਮਹਿੰਗੀ ਹੀ ਰਹਿਣ ਦਿੱਤਾ ਜਾਵੇ। ਪਰ ਇੰਨਾ ਹੈ ਕਿ ਜਿਵੇਂ ਭਾਈ ਸਾਹਿਬ ਨੇ ਕਿਹਾ ਕਿ ਵੀ ਜੇ ਆਪਾਂ ਨੂੰ ਸਰਲ ਤਰੀਕੇ ਨਾਲ ਜ਼ਹਿਰ ਦਿੱਤਾ ਜਾ ਰਿਹਾ ਰਾਈਟ, ਤੇ ਆਪਾਂ ਮਹਿੰਗੀ ਵੀ ਰੱਖਣੀ ਹੈ ਕਵਿਤਾ, ਤੁਸੀਂ ਥੋੜ੍ਹੀ ਜਿਹੀ ਕੋਸ਼ਿਸ਼ ਕਰਕੇ ਕਵਿਤਾ ਦੇ ਪਿੱਛੇ ਜਦੋਂ ਮੈਂ ਇਹਦਾ ਮੈਨੂਸਕ੍ਰਿਪਟ ਤਿਆਰ ਕਰ ਰਿਹਾ ਸੀ ਨਾ, ਪਹਿਲੀ ਪਲਾਨ ਇਹ ਸੀ ਵੀ ਜਿਹੜੀ ਗਲੋਸਰੀ ਹੈ ਉਹ ਇੰਗਲਿਸ਼ ਅਤੇ ਪੰਜਾਬੀ ਦੋਵਾਂ ਲੈਂਗੁਏਜਸ ਵਿੱਚ ਦੇ ਦਿਆਂ। ਹੁਣ ਇੱਥੇ ਜਿਹੜੀ ਲਾਈਫ ਆ ਆਪਣੀ ਉਹ ਇੰਨੀ ਡਿਮਾਂਡਿੰਗ ਅਤੇ ਕੰਜ਼ਿਊਮਿੰਗ ਆ ਵੀ ਕੰਮ ਧੰਦੇ 'ਚੋਂ ਬੰਦੇ ਨੂੰ ਟਾਈਮ ਮਸਾਂ ਨਿਕਲਦਾ। ਸੋ ਫਿਰ ਮੈਂ ਸੋਚਿਆ ਵੀ ਪਹਿਲਾ ਐਡੀਸ਼ਨ ਜਿਹੜਾ ਕੱਢ ਦਈਏ, ਪਰ ਮੈਂ ਸੋਚ ਰਿਹਾ ਵੀ ਜਿਹੜੇ ਔਖੇ ਸ਼ਬਦਾਂ ਦੇ ਅਰਥ ਆ ਉਹ ਪੰਜਾਬੀ ਅਤੇ ਇੰਗਲਿਸ਼ ਦੋਵਾਂ ਲੈਂਗੁਏਜ 'ਚ ਮਗਰਲੇ ਪਾਸੇ ਆ ਜਾਣ, ਅਤੇ ਇਹ 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 ਹਾਂ ਆਪਾਂ ਅਗਲੇ ਐਡੀਸ਼ਨ 'ਚ ਕਰ ਦਿਆਂਗੇ। ਜਿੱਥੇ ਕਿ ਮਰਦ ਔਰਤ ਵਿੱਚ ਝਗੜੇ ਸ਼ੁਰੂ ਹੋ ਰਹੇ ਨੇ, ਫੈਮਿਲੀਜ਼ਮ ਆ ਰਿਹਾ ਆ, ਟਰਾਂਸ ਆਪਣਾ ਕਮਿਊਨਿਟੀ ਆ ਰਹੀ ਆ, ਕਾਲੇ ਗੋਰਿਆਂ ਵਿੱਚ ਝਗੜੇ ਚੱਲ ਰਹੇ ਨੇ, ਦੁਨੀਆਂ ਵਿੱਚ ਇੰਨੀ ਟੈਕਨੋਲੋਜੀ ਦਾ ਯੁੱਗ ਆ ਗਿਆ ਹੈਗਾ, ਉੱਥੇ ਹਲੇਮੀ ਰਾਜ ਆਉਣਾ ਜਾਂ ਬੇਗਮਪੁਰ ਦੀ ਸਥਾਪਨੀ ਕੀ ਪੋਸੀਬਲ ਹੈ, ਜੇ ਹੈ ਵੀ ਤਾਂ ਉਹਦਾ ਆਪਾਂ ਆਪਦੇ ਪਾਸਟ ਵਿੱਚੋਂ ਕਿੱਦਾਂ ਸੇਧ ਲੈ ਸਕਦੇ, ਕਿਉਂਕਿ ਇੰਨੇ ਆਪਣੇ ਕੈਪੀਟਲਿਜ਼ਮ ਦੇ ਵਿੱਚ ਕੀ ਉਹ ਆਪਾਂ ਨੂੰ ਬਰਦਾਸ਼ਤ ਕਰਨਗੇ, ਆਪਾਂ ਨੂੰ ਉਹ ਆਪਣੀ ਪੋਲੀਟੀਕਲ ਸਪੇਸ ਦੇਣਗੇ ਵੀ, ਜੇ ਲਵਾਂਗੇ ਤਾਂ ਕਿੱਦਾਂ ਲਵਾਂਗੇ।
देखो जेड़ा तो अपना मैं थोड़ा मैं बिसर गया तो सवाल कितों शुरू की गल ओके ओके समझ गया समझ गया। देखो मार्क्सिस्ट कह रहे हैं खालिस्तान की रूपरेखा की होगी, एदा इकनोमिक ढांचा की होगा, सानू दसो तुहाडे कोल कोई प्रोग्राम हैगा असीं बना सकते हैं, पर जे असीं बनावांगे असीं उहदे मूहरे ये लिखांगे भी ये आरजी है फाइनल नहीं, क्योंकि मार्क्सिस्टां दी कमिटमेंट हैगी है रेवोल्यूशन तो बाद स्पेसिफिक काइंड दी जिहड़ी पोलिटिकल इकोनमी है उहदे नाल साडी किसी पोलिटिकल इकोनमी नाल कमिटमेंट नहीं गई, साडी दा न्यायकारी ढांचा जिहड़ा ਉਹ ਸਥਾਪਿਤ ਕਰਨ ਦਾ ਕਮਿਟਮੈਂਟ ਹੈ। ਨਿਆਂਕਾਰੀ ਢਾਂਚਾ ਸਥਾਪਿਤ ਕਰਨ ਲਈ ਇਹ ਰਿਕੁਆਇਰਮੈਂਟ ਹੈ ਕਿ ਪੋਲੀਟੀਕਲ ਇਕਨੋਮੀ ਨੂੰ ਕੰਟੀਨਿਊਸਲੀ ਓਵਰਹੌਲ ਕੀਤਾ ਜਾਵੇ। ਤੁਸੀਂ ਲਾਅ ਬਣਾਤੇ, ਟੈਕਸੇਸ਼ਨ ਦੇ ਪੈਟਰਨ ਬਣਾਤੇ, ਜ਼ਿਆਦਾ ਇਨਕਮ 'ਤੇ ਜ਼ਿਆਦਾ ਟੈਕਸ ਲੱਗਣਗੇ, ਘੱਟ 'ਤੇ ਘੱਟ ਲੱਗਣਗੇ, ਪਬਲਿਕ ਅਤੇ ਪ੍ਰਾਈਵੇਟ ਦਾ ਕੋਈ ਕੰਬੀਨੇਸ਼ਨ ਬਣਾ ਲਿਆ ਵੀ ਪਬਲਿਕ ਚਾਹੀਦਾ ਤਾਂ ਕਿ ਪ੍ਰਾਈਵੇਟ ਕੈਪੀਟਲਿਜ਼ਮ ਲੋਕਾਂ ਨੂੰ ਐਕਸਪਲੋਇਟ ਨਾ ਕਰੇ, ਪ੍ਰਾਈਵੇਟ ਚਾਹੀਦਾ ਤਾਂ ਕਿ ਕੰਪੀਟੀਸ਼ਨ ਹੋਵੇ, ਗਰੋਥ ਹੋਵੇ, ਮੁਲਕ ਦੀ ਇਕਨੋਮੀ ਜਿਹੜੀ ਆ ਉਹ ਸਰਵਾਈਵ ਕਰੇ, ਕ੍ਰੈਸ਼ ਨਾ ਕਰੇ, ਤੁਸੀਂ ਬੈਲੈਂਸ ਬਣਾ ਲਿਆ, ਉਹਦੇ 'ਚ ਲੋਕ ਲੂਪ ਹੋਰ ਲੱਭ ਲੈਣਗੇ, ਉਹਨੂੰ ਐਕਸਪਲੋਇਟ ਕਰਨਗੇ, ਫਿਰ ਤੁਸੀਂ ਉਹਨੂੰ ਫਿਰ ਰੀਡਿਫਾਈਨ ਕਰੋਗੇ। ਕੰਟੀਨਿਊਸਲੀ ਤੁਹਾਨੂੰ ਨਦੀਨ ਨਾਸ਼ਕ ਵਾਲਾ ਕੰਮ ਕਰਨਾ ਪੈਣਾ। ਸੋ ਪਾਸ ਦੇ ਵਿੱਚੋਂ ਸਾਨੂੰ ਇਹ ਮਿਲਦਾ ਕਿ ਕੋਈ ਵੀ ਪੋਲੀਟੀਕਲ ਇਕਨੋਮੀ ਦਾ ਵੈਲ ਡਿਫਾਈਨਡ ਮਾਡਲ ਨਾ ਹੋਣ ਦੇ ਬਾਵਜੂਦ 1716 'ਚ ਬਾਬਾ ਬੰਦਾ 1710 'ਚ ਬਾਬਾ ਬੰਦਾ ਸਿੰਘ ਬਹਾਦਰ ਨੇ ਜਾਗੀਰਦਾਰਾਂ ਤੋਂ ਜ਼ਮੀਨਾਂ ਖੋਹ ਕੇ ਮੁਜ਼ਾਰਿਆਂ 'ਚ ਵੰਡਤੀਆਂ। ਬੀਤੇ ਦੇ ਵਿੱਚ ਜਿਹੜਾ ਇਹ ਨਿਆਂਕਾਰੀ ਮਾਈਂਡ ਵਾਲਾ, ਨਿਆਂਕਾਰੀ ਐਟੀਚਿਊਡ ਵਾਲਾ ਹਿਊਮਨ ਬੀਂਗ ਹੈ, ਸਬਜੈਕਟਿਵਿਟੀ ਹੈ ਉਹ ਪਈ ਹੈ। ਜੇ ਉਹ ਸੱਚੀ ਸੁੱਚੀ ਸਬਜੈਕਟਿਵਿਟੀ ਹੈ ਜਿਹਦੇ 'ਚ ਬੰਦਾ ਇਹ ਕਹਿੰਦਾ ਵੀ ਮੈਂ ਗੁਰੂ ਮਹਾਰਾਜ ਅੱਗੇ ਜਵਾਬ ਦੇ ਹਾਂ ਅਤੇ ਉਹ ਹਰ ਜਗ੍ਹਾ ਹਾਜ਼ਰ ਨਾਜ਼ਰ ਹੈ ਅਤੇ ਆਪਦੇ ਧਰਮ 'ਚ ਸੱਚਾ ਹੋਣ ਲਈ ਮੈਨੂੰ ਧਰਤੀ 'ਤੇ ਇੱਕ ਨਿਆਂਕਾਰੀ ਢਾਂਚਾ ਸਥਾਪਿਤ ਕਰਨ ਦੀ ਲੋੜ ਹੈ, ਬੰਦੇ ਦੀ ਅੰਦਰਲੀ ਪਰਸਨਲ ਲੋੜ ਹੈ, ਉਹਦੇ ਆਤਮਕ ਸਫ਼ਰ ਦਾ ਹਿੱਸਾ ਹੈ। ਜੇ ਇਹ ਨਹੀਂ ਹੋਊਗਾ ਫਿਰ ਜਦੋਂ ਰਸ਼ੀਆ ਸੋਵੀਅਤ ਯੂਨੀਅਨ ਕਲੈਪਸ ਹੋਇਆ ਉਦੋਂ ਕਮਿਊਨਿਸਟ ਸਕਾਲਰ ਕਹਿ ਰਹੇ ਸੀ ਥਾਂ ਥਾਂ 'ਤੇ ਵੀ ਅਸੀਂ ਪੋਲੀਟੀਕਲ ਢਾਂਚਾ ਪੈਦਾ ਕਰ ਲਿਆ ਪਰ ਅਸੀਂ ਬੰਦਾ ਨਹੀਂ ਪੈਦਾ ਕਰ ਸਕੇ ਜਿਹੜਾ ਰੈਵੋਲਿਊਸ਼ਨ ਦੇ ਹਾਂ ਦਾ ਹੋਵੇ। ਹੁਣ ਬੰਦਾ ਕਾਨੂੰਨ ਨਾਲ ਪੈਦਾ ਨਹੀਂ ਕੀਤਾ ਜਾ ਸਕਦਾ, ਬੰਦਾ ਅੰਦਰਲੀ ਸਪਿਰਚੁਅਲ ਟਰਾਂਸਫੋਰਮੇਸ਼ਨ ਦੇ ਨਾਲ ਹੀ ਪੈਦਾ ਹੋਊਗਾ, ਉਹ ਸਾਡੇ ਕੱਲ੍ਹ 'ਚ ਪਈ ਹੈ। ਇਸ ਲਈ ਕੱਲ੍ਹ ਦੇ ਵਿੱਚੋਂ ਭਵਿੱਖ ਦੇ ਜਿਹੜੇ ਰਾਹ ਹੈ ਉਹ ਸਾਹਮਣੇ ਆਉਂਦੇ। ਦੇਖੋ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ ਜਿਹੜੀ ਓਫੀਸ਼ੀਅਲ ਲੈਂਗੁਏਜ ਆ ਉਹ ਫਾਰਸੀ ਸੀ। ਫਾਰਸੀ ਜਿਹੜੀ ਹੈ ਉਸ ਵੇਲੇ ਸਿਰਫ ਮੁਗਲਾਂ ਦੀ ਜਾਂ ਇਰਾਨ ਦੀ ਜਾਂ ਅਫਗਾਨਿਸਤਾਨ ਦੀ ਲੈਂਗੁਏਜ ਨਹੀਂ ਸੀ। ਅੰਗਰੇਜ਼ ਅਤੇ ਸਾਰਾ ਯੂਰਪ ਆ ਜਿਹੜਾ ਉਹ ਫਾਰਸੀ ਜਾਣਦੇ ਸੀ। ਜਿਹੜੇ ਬ੍ਰਿਟਿਸ਼ ਟਰੈਵਲ ਅਕਾਊਂਟਸ ਹੈ, ਜਿਹੜੇ ਟਰੈਵਲਰਸ ਆਏ ਆ, ਉਹਨਾਂ ਨੇ ਜਿਹੜੇ ਫਾਰਸੀ ਲੈਂਗੁਏਜ ਦੇ ਇੰਟਰਪ੍ਰੇਟਰਸ ਹੈ ਉਹਨਾਂ ਰਾਹੀਂ ਸਿੱਖਾਂ ਨਾਲ ਗੱਲ ਕੀਤੀ ਹੈ। ਪੰਜਾਬ 'ਚ ਫਾਰਸੀ ਬੋਲਣ ਵਾਲੇ ਪੰਜਾਬੀ ਵੀ ਜਾਣਦੇ ਸੀ ਅਤੇ ਅੰਗਰੇਜ਼ ਫਾਰਸੀ ਸਮਝਦੇ ਸੀ। ਸੋ ਅੰਗਰੇਜ਼ਾਂ ਦੀ ਗੱਲ ਸੁਣ ਕੇ ਉਹ ਉਹਨੂੰ ਪੰਜਾਬੀ ਟਰਾਂਸਲੇਟ ਕਰਦੇ ਸੀ ਅਤੇ ਸਿੱਖਾਂ ਦੀ ਪੰਜਾਬੀ ਗੱਲ ਸੁਣ ਕੇ ਉਹ ਅੰਗਰੇਜ਼ ਵਾਸਤੇ ਉਹਨੂੰ ਫਾਰਸੀ ਟਰਾਂਸਲੇਟ ਕਰਦੇ ਸੀ। ਇਹ ਇਸ ਤਰ੍ਹਾਂ ਮਤਲਬ। ਪਰ ਜਿਹੜੇ ਪੋਇਟ ਸੀ ਜਿਵੇਂ ਹਾਸ਼ਮ ਸ਼ਾਹ ਪੰਜਾਬੀ ਦੇ ਬਹੁਤ ਵੱਡੇ ਪੋਇਟ ਆ, ਉਹਨਾਂ ਨੂੰ ਸਿੱਖ ਰਾਜ ਨੇ ਬਹੁਤ ਵੱਡੀਆਂ ਸਹੂਲਤਾਂ ਦਿੱਤੀਆਂ ਅਤੇ ਪੋਇਟਰੀ ਫਲਰਿਸ਼ ਹੋਈ। ਪੰਜਾਬ ਦੇ ਵਿੱਚ ਪੁਰਾਣੇ ਲਿਟਰੇਰੀ ਅਤੇ ਇੰਟਲੈਕਚੁਅਲ ਸੈਂਟਰ ਸੀ, ਉਹ ਸ਼ਹਿਰ ਸ਼ਹਿਰਾਂ ਦੇ ਕਲਚਰ ਸੀ,
ਉਹਨਾਂ ਚੋਂ ਇੱਕ ਸ਼ਹਿਰ ਸੀ ਸਿਆਲਕੋਟ। ਜੀ ਡਬਲਿਊ ਲਾਈਟਨਰ ਨੇ ਹਿਸਟਰੀ ਆਫ ਇੰਡੀਜਨਸ ਐਜੂਕੇਸ਼ਨ ਪੰਜਾਬ ਦੇ ਵਿੱਚ ਲਿਖਿਆ ਵੀ ਜਿਹੜੇ ਸਿਆਲਕੋਟ ਸ਼ਹਿਰ ਦੇ ਵਿੱਚ ਟੀਚਰ ਕੰਮ ਕਰਦੇ ਸੀ ਉਹਨਾਂ ਦੀ ਤਨਖਾਹ ਸਿੱਖ ਰਾਜ ਦੇ ਵਿੱਚ ਬਾਕੀ ਸ਼ਹਿਰ ਨਾਲੋਂ ਜ਼ਿਆਦਾ ਹੁੰਦੀ ਸੀ, ਕਿਉਂਕਿ ਸਿਆਲਕੋਟ ਪੁਰਾਣਾ ਲਿਟਰੇਰੀ ਅਤੇ ਇੰਟਲੈਕਚੁਅਲ ਸੈਂਟਰ ਸੀ ਅਤੇ ਮਹਾਰਾਜਾ ਰਣਜੀਤ ਸਿੰਘ ਜਿਹੜੇ ਹੈ ਉਹਨੂੰ ਉਹਦੀ ਜਿਹੜੀ ਇੰਟਲੈਕਚੁਅਲ ਗਲੋਰੀ ਹੈ ਉਹਨੂੰ ਉਹ ਬਰਕਰਾਰ ਰੱਖਣਾ ਚਾਹੁੰਦੇ ਸੀ। ਸੋ ਪੰਜਾਬ ਦੇ ਵਿੱਚ ਜਿਹੜੀ ਐਜੂਕੇਸ਼ਨ ਆ ਬਹੁਤ ਜ਼ਿਆਦਾ ਐਡਵਾਂਸ ਸੀ, ਕਾਇਦਾ ਸੀ ਜਿਹੜਾ ਪੰਜਾਬੀ ਦਾ ਉਹ ਸਿੱਖ ਰਾਜ ਦਾ ਮਹਾਰਾਜਾ ਰਣਜੀਤ ਸਿੰਘ ਦਾ ਹੁਕਮ ਹੁੰਦਾ ਸੀ ਕਿ ਪਿੰਡਾਂ ਦੇ ਨੰਬਰਦਾਰਾਂ ਦੀ ਡਿਊਟੀ ਹੋਊਗੀ ਕਿ ਉਹ ਕਾਇਦੇ ਦੀਆਂ ਕਾਪੀਆਂ ਛਪਾ ਕੇ ਹਰ ਘਰ 'ਚ ਇੱਕ ਇੱਕ ਕਾਪੀ ਜਿਹੜੀ ਹੈ ਉਹ ਪਹੁੰਚਾਉਣੀ ਅਤੇ ਉਹ ਪਹੁੰਚਾਈ ਜਾਂਦੀ ਸੀ ਅਤੇ ਇਹ ਇੰਸਟਰਕਸ਼ਨ ਹੁੰਦੀਆਂ ਸੀ ਵੀ ਜਿਹੜੀਆਂ ਬੱਚੀਆਂ ਘਰਾਂ ਦੇ ਵਿੱਚ ਉਹ ਸਾਰੀਆਂ ਨੂੰ ਉਹ ਕਾਇਦਾ ਪੜ੍ਹਾਉਣਾ ਅਤੇ ਸਿੱਖ ਰਾਜ ਦੇ ਵਿੱਚ ਹਰ ਜਿਹੜੀ ਬੱਚੀ ਆ ਉਹ ਲਿਟਰੇਟ ਸੀ, ਬੀਬੀਆਂ ਇਲੀਟਰੇਟ ਨਹੀਂ ਸੀ ਹੁੰਦੀਆਂ। ਲਾਹੌਰ ਸ਼ਹਿਰ ਦੇ ਵਿੱਚ 18 ਸਕੂਲ ਸੀ, ਟੀਚਰ ਟ੍ਰੇਨਿੰਗ ਇੰਸਟੀਚਿਊਟਸ ਇਕੱਲੀਆਂ ਬੀਬੀਆਂ ਦੇ। ਸੋ ਉਸ ਵੇਲੇ ਇਹ 1849 ਤੋਂ ਪਹਿਲਾਂ ਦੀਆਂ ਗੱਲਾਂ, 1849 ਤੋਂ ਪਹਿਲਾਂ ਦੀਆਂ ਗੱਲਾਂ ਕਹਿ ਲਓ, ਬਾਅਦ ਤੱਕ ਖਾਨਾ ਜੱਗੀ ਚੱਲੀ ਹੈ। ਆਕਸਫੋਰਡ 'ਚ ਜਿਹੜਾ ਬੀਬੀਆਂ ਦਾ ਪਹਿਲਾ ਕਾਲਜ ਹੈ, ਕਾਲਜ ਤੋਂ ਘੱਟ ਹੁੰਦਾ ਹਾਲ, ਲੇਡੀ ਮਾਰਗਰੇਟ ਹਾਲ, ਉਹ 1879 'ਚ ਬਣਿਆ ਅਤੇ ਪਹਿਲੇ ਸਾਲ 18 ਕੁੜੀਆਂ ਸੀ ਉਹਦੇ 'ਚ। ਸਾਡੇ 1839 ਤੋਂ ਪਹਿਲਾਂ ਇਕੱਲੇ ਲਾਹੌਰ ਸ਼ਹਿਰ 'ਚ 18 ਟੀਚਰ ਟ੍ਰੇਨਿੰਗ ਇੰਸਟੀਚਿਊਟ ਸੀ ਬੀਬੀਆਂ ਵਾਸਤੇ। ਸੋ ਲੈਂਗੁਏਜ ਅਤੇ ਹੋਰ ਕਿਸਮ ਦੀਆਂ ਜਿਹੜੀਆਂ ਜਿਹੜੀ ਐਜੂਕੇਸ਼ਨ ਹੈ ਸਾਰੇ ਤਰ੍ਹਾਂ ਦੀ ਉਹ ਬਹੁਤ ਐਡਵਾਂਸ ਸੀ, ਜਿਵੇਂ ਬਾਕੀ ਏਰੀਆਜ਼ ਦੇ ਵਿੱਚ ਜਿਹੜੀ ਵਿੱਦਿਆ ਉਹ ਚੰਗੇ ਪੱਧਰ 'ਤੇ ਦਿੱਤੀ ਗਈ ਸਿੱਖ ਰਾਜ ਦੇ ਵਿੱਚ, ਉਸੇ ਤਰ੍ਹਾਂ ਪੰਜਾਬੀ ਵੀ ਜਿਹੜੀ ਹੈ ਉਹ ਬਚੀ ਹੈ। ਇੱਕ ਗੱਲ ਮੈਂ ਹੋਰ ਐਡ ਕਰ ਰਹੀ ਹਾਂ ਇਹਦੇ 'ਚ, ਜਿਹੜੀ ਓਫੀਸ਼ੀਅਲ ਲੈਂਗੁਏਜ ਜਿਵੇਂ ਅੱਜ ਕੱਲ੍ਹ ਇੱਕ ਕੰਟਰੀ ਦੀ ਓਫੀਸ਼ੀਅਲ ਲੈਂਗੁਏਜ ਹੁੰਦੀ ਹੈ ਜਿਵੇਂ ਕੈਨੇਡਾ ਦੇ ਵਿੱਚ ਇੰਗਲਿਸ਼ ਅਤੇ ਫਰੈਂਚ, ਉਵੇਂ ਓਫੀਸ਼ੀਅਲ ਲੈਂਗੁਏਜ ਨਹੀਂ ਸੀ ਫਾਰਸੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ, ਬਹੁਤ ਵੱਡਾ ਭੁਲੇਖ ਹੈ। ਐਡਮਿਨਿਸਟ੍ਰੇਟਿਵ ਲੈਂਗੁਏਜ ਫਾਰਸੀ ਸੀ, ਕਿਉਂ ਉਹ ਐਡਮਿਨਿਸਟ੍ਰੇਟਿਵ ਲੈਂਗੁਏਜ ਫਾਰਸੀ ਸੀ, ਕਿਉਂਕਿ ਐਡਮਿਨਿਸਟ੍ਰੇਸ਼ਨ ਦੀ ਟਰਮੀਨੋਲੋਜੀ ਵੱਖਰੀ ਹੁੰਦੀ ਅਤੇ ਐਡਮਿਨਿਸਟ੍ਰੇਸ਼ਨ ਦੀ ਟਰਮੀਨੋਲੋਜੀ ਉਸੇ ਬੋਲੀ ਦੇ ਵਿੱਚ ਪੈਦਾ ਹੁੰਦੀ ਹੈ ਜਿਹੜੀ ਬੋਲੀ ਦੇ ਵਿੱਚ ਇੰਪਾਇਰ ਕਿਤੇ ਪੈਦਾ ਹੋਇਆ। ਜਿਹੜਾ ਫਾਰਸੀ ਐਨਾਨ ਆ ਜਿਹੜਾ ਦੁਨੀਆ ਦੇ ਵਿੱਚ ਜਿਹੜੇ ਸਭ ਤੋਂ ਪਹਿਲਾਂ ਇੰਪਾਇਰ ਬਣੇ 3-4 ਹਜ਼ਾਰ ਸਾਲ ਪਹਿਲਾਂ, ਉਹ ਪਹਿਲੇ ਇੰਪਾਇਰ ਦੇ ਵਿੱਚੋਂ ਇੱਕ ਇੰਪਾਇਰ ਫਾਰਸੀ ਸੀ ਇਰਾਨੀ, ਉਹਨਾਂ ਕੋਲ ਟਰਮੀਨੋਲੋਜੀ ਡਿਵੈਲਪ ਹੋਈ ਵੀ ਸੀ। ਸੋ ਪੰਜਾਬੀ 'ਚ ਕਿਉਂਕਿ ਪੰਜਾਬੀਆਂ ਦਾ ਰਾਜ ਰਿਹਾ ਹੀ ਨਹੀਂ ਗਾ, ਜਿਹੜੀ ਹੁਣ ਅੱਜ ਕੱਲ੍ਹ ਜਿਹੜੀ ਆਪਾਂ ਪੰਜਾਬੀ ਬੋਲਦੇ ਹਾਂ ਇਹਦੀ ਚੜ੍ਹ ਜਿਹੜੀ 1000 ਸਾਲ ਬਣਾਉਣੀ ਅਤੇ ਉਦੋਂ ਬਾਅਦ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੱਕ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਥੋੜ੍ਹਾ ਚਿਰ ਰਿਹਾ, ਆਪਦਾ ਰਾਜ ਰਿਹਾ ਹੀ ਨਹੀਂ। ਉਹ ਟਰਮੀਨੋਲੋਜੀ ਕਦੋਂ ਡਿਵੈਲਪ ਹੋਣੀ ਸੀ? ਸੋ ਜਦੋਂ ਤਾਂ ਟਰਮੀਨੋਲੋਜੀ ਨਹੀਂ ਡਿਵੈਲਪ ਹੋਈ ਜੇ ਫਿਰ ਤੁਹਾਨੂੰ ਉਹ ਲੈਂਗੁਏਜ ਆ ਜਿਹੜੀ ਸਿਰਫ ਐਡਮਿਨਿਸਟ੍ਰੇਸ਼ਨ ਦੇ ਕੰਮ ਵਾਸਤੇ ਓਨੀ ਕੁ ਵਰਤਣੀ ਪੈਣੀ ਹੈ। ਜਿਵੇਂ ਅੱਜ ਕੱਲ੍ਹ ਆਪਾਂ ਜਿਹੜੀ ਟੈਕਨੋਲੋਜੀ ਹੈ, ਟੈਕਨੋਲੋਜੀ ਵਾਲੀ ਟਰਮੀਨੋਲੋਜੀ ਕਿਸੇ ਲੈਂਗੁਏਜ ਕੋਲ ਵੀ ਨਹੀਂ ਇੰਗਲਿਸ਼ ਤੋਂ ਬਿਨਾਂ, ਅਤੇ ਉਹ ਸਾਰੇ ਇੰਗਲਿਸ਼ ਵਾਲੀ ਵਰਤਦੇ ਆ, ਠੀਕ ਹੈ ਨਾ। ਜਰਮਨ ਦੇ ਵਿੱਚ ਵੀ ਕੰਪਿਊਟਰ ਨੂੰ ਕੰਪਿਊਟਰ ਕਹਿੰਦੇ ਆ, ਉਹ ਜਰਮਨ ਸ਼ਬਦ ਨਹੀਂ ਕਰਦੇ ਵਾਸਤੇ। ਸੋ ਮੇਨ ਕਾਰਨ ਇਹ ਸੀ ਜਿਹੜੀ ਦਰਬਾਰ ਦੇ ਵਿੱਚ ਬੋਲੀ ਜਾਂਦੀ ਸੀ, ਦਰਬਾਰ ਦੇ ਵਿੱਚ ਜਦੋਂ ਕਾਰਵਾਈ ਹੁੰਦੀ ਸੀ ਉਹ ਪੰਜਾਬੀ ਬੋਲੀ ਜਾਂਦੀ, ਦਰਬਾਰ 'ਚ ਨਹੀਂ ਸੀ ਫਾਰਸੀ ਬੋਲੀ। ਦੇਖੋ ਜਿਹੜਾ ਇਹ ਕੰਮ ਚੱਲਿਆ, ਇਹ ਚੱਲਿਆ ਅੰਗਰੇਜ਼ਾਂ ਦੇ ਆਉਣ ਦੇ ਨਾਲ ਅਤੇ ਇਹਨੂੰ ਉਦੋਂ ਹੀ ਕਨਫਰੰਟ ਕੀਤਾ ਭਾਈ ਵੀਰ ਸਿੰਘ ਨੇ। ਜਿਹੜੇ ਭਾਈ ਵੀਰ ਸਿੰਘ ਨੇ ਚਮਤਕਾਰ ਲਿਖੇ ਆ, ਗੁਰੂ ਨਾਨਕ ਚਮਤਕਾਰ, ਅਸ਼ਟਗੁਰੂ ਚਮਤਕਾਰ, ਕਲਗੀਧਰ ਚਮਤਕਾਰ, ਉਹਨਾਂ ਦੇ ਵਿੱਚ
ਜਿਹੜੀ ਲੈਂਗੁਏਜ ਹੈ ਗੁਰੂ ਸਾਹਿਬ ਦੀਆਂ ਜੀਵਨੀਆਂ ਨੂੰ ਬਿਆਨ ਕਰਨ ਵਾਲੀ ਉਹ ਬੁਨਿਆਦੀ ਤੌਰ 'ਤੇ ਕਾਵਿਕ ਹੈ ਅਤੇ ਉਹਦੇ 'ਚ ਜਿਹੜਾ ਸਿੱਖ ਰਿਲੀਜੀਅਸ ਲਿਵਿੰਗ ਦਾ ਐਕਸਪੀਰੀਅੰਸ ਹੈ ਉਹਦੇ ਵਿੱਚ ਸ਼ਾਮਿਲ ਹੈ। ਸੋ ਉਹ ਇੰਡੀਜਨਸ ਈਡੀਅਮ ਦੇ ਵਿੱਚ ਸਾਡੀ ਜਿਹੜੀ ਹਿਸਟਰੀ ਹੈ ਉਹਨੂੰ ਨਰੇਟ ਕਰ ਰਹੇ ਆ। ਪ੍ਰੋਫੈਸਰ ਪੂਰਨ ਸਿੰਘ ਨੇ ਜਿਹੜੇ ਇੱਕ ਕਲੇਮ ਸੀ ਸੈਂਟੀਫਿਕ ਰੈਸ਼ਨੈਲਿਟੀ ਦੇ ਈਵਨ ਹਿਸਟੋਰੀਓਗ੍ਰਾਫੀ ਨਾਲ ਸੰਬੰਧਿਤ ਉਹ ਸਾਰੇ ਚੈਲੇਂਜ ਕੀਤੇ ਅਰਲੀ 20th ਸੈਂਚਰੀ ਦੇ ਵਿੱਚ, ਮਤਲਬ ਪਹਿਲੇ ਡੈਕਡ ਦੇ ਵਿੱਚ ਹੀ। ਹੁਣ ਸਤਰੀ ਕਿਤਾਬ ਆ ਉਹਨਾਂ ਦੀ ਇੱਕ ਨਵੇਂ ਪਾਤਸ਼ਾਹ ਬਾਰੇ, ਅਤੇ ਉਹਦੇ 'ਚ ਉਹਨਾਂ ਨੇ ਲਿਖਿਆ ਸਾਫ ਵੀ ਹਿਸਟਰੀ ਜਿਹੜੀ ਆ ਉਹਨੂੰ ਸਮਝਣ ਦੀ ਲੋੜ ਹੈ। ਜਿਹੜੀ ਸਿੱਖਾਂ ਦੀ ਹਿਸਟਰੀ ਹੈ ਉਹ ਘਟਨਾਵਾਂ ਦਾ ਇਤਿਹਾਸ ਨਹੀਂ, ਸਿੱਖਾਂ ਦੀ ਹਿਸਟਰੀ ਉਹ ਗੱਲਾਂ ਦਾ ਇਤਿਹਾਸ ਹੈ ਜਿਹੜੀਆਂ ਉਹਨਾਂ ਦੇ ਅੰਦਰ ਵਾਪਰੀਆਂ, ਜਿਹੜੀਆਂ ਅੰਦਰਲੀਆਂ ਟਰਾਂਸਫਾਰਮੇਸ਼ਨ ਹੋਈਆਂ। ਸੋ ਇਹ ਮਤਲਬ ਉਸ ਤੋਂ ਬਾਅਦ ਹਰਿੰਦਰ ਸਿੰਘ ਮਹਿਬੂਬ ਜੀ ਨੇ ਜਿਹੜਾ ਮਤਲਬ ਸਹਿਜ ਰਚੋ ਖਾਲਸਾ ਦੇ ਵਿੱਚ ਹਿਸਟੋਰੀਓਗ੍ਰਾਫੀ ਨੂੰ ਚੈਲੇਂਜ ਕੀਤਾ, ਜਿਹੜੀ ਰਿਲੀਜਨ ਬਾਰੇ ਰੈਸ਼ਨਲ ਅਪਰੋਚ ਹੈ ਉਹਨੂੰ ਚੈਲੇਂਜ ਕੀਤਾ। ਸਿੱਖਾਂ ਨੇ ਬਹੁਤ ਇਫੈਕਟਿਵਲੀ ਇਹ ਸਾਰੇ ਕਾਸੇ ਨੂੰ ਚੈਲੇਂਜ ਕੀਤਾ, ਪਰ ਇਸ ਖੇਤਰ 'ਚ ਹੋਰ ਕੰਮ ਕਰਨਾ ਜਿਹੜਾ ਉਹਦੀ ਲੋੜ ਹੈ। ਮਤਲਬ ਇਹ ਹੈ ਵੀ ਸਿੰਘ ਸਭਾ ਦੀ ਸਿੱਖੀ ਦੀ ਇੰਟਰਪ੍ਰੀਟੇਸ਼ਨ ਤੋਂ ਬਾਅਦ ਪ੍ਰੋਫੈਸਰ ਸਾਹਿਬ ਸਿੰਘ ਦੀ ਗੁਰਬਾਣੀ ਦੀ ਵਿਆਖਿਆ ਆਈ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਦੇ ਰੂਪ 'ਚ, ਉਸ ਤੋਂ ਬਾਅਦ ਮਿਸ਼ਨਰੀ ਆਏ। ਹੁਣ ਜਿਹੜੇ ਮਿਸ਼ਨਰੀ ਹੈ ਉਹਨਾਂ ਦਾ ਦਾਅਵਾ ਹੈ ਕਿ ਸਾਨੂੰ ਗੁਰਮਤਿ ਦੀ ਸੋਝੀ ਆ ਚੁੱਕੀ ਹੈ, ਹੁਣ ਜਿਹੜਾ ਕਾਰਜ ਬਚਿਆ ਉਹ ਸਿਰਫ ਇਹਨੂੰ ਪ੍ਰਚਾਰਨ ਦਾ ਬਚਿਆ। ਜਿਹੜਾ ਪਹਿਲਾ ਕਲੇਮ ਹੈ ਉਹ ਫੰਡਾਮੈਂਟਲੀ ਗਲਤ ਹੈ। ਸੋਝੀ ਕਿੱਥੋਂ ਆ ਗਈ? ਉੱਧਰ ਲਗਾਤਾਰ ਐਕਸਪਲੋਰ ਕਰਨ ਦੀ ਲੋੜ ਹੈ। ਤੁਹਾਨੂੰ ਤੁਹਾਡੇ ਕੋਲ ਇੱਕ ਸਬਜੈਕਟਿਵ ਅੰਡਰਸਟੈਂਡਿੰਗ ਸਬਜੈਕਟਿਵ ਐਕਸਪੀਰੀਅੰਸ ਆ ਗਿਆ, ਤੁਸੀਂ ਉਹ ਸ਼ੇਅਰ ਕਰ ਸਕਦੇ ਹਾਂ, ਪਰ ਉਹ 'ਚ ਬਹੁਤ ਕੁਛ ਜਿਹੜਾ ਉਹ ਰਹਿ ਜਾਂਦਾ ਜਿਹੜਾ ਬੰਦੇ ਤੋਂ ਨਹੀਂ ਫੜਿਆ ਜਾਂਦਾ। ਸੋ ਉਹਨੂੰ ਖੁੱਲ੍ਹਾ ਰੱਖ ਕੇ ਜਿਹੜੇ ਪੁਰਾਣੇ ਵਿਆਖਿਆਕਾਰ ਸੀ ਗੁਰਬਾਣੀ ਦੇ ਸੰਪਰਦਾਇ, ਉਹ ਚਾਰ ਚਾਰ ਪੰਜ ਪੰਜ ਸੱਤ ਸੱਤ ਵਿਆਖਿਆਵਾਂ ਇੱਕ ਤੁਕਦੀਆਂ ਕਰ ਦਿੰਦੇ ਸੀ ਅਤੇ ਕਹਿ ਦਿੰਦੇ ਸੀ ਵੀ ਆ ਆ ਮੇਰੇ ਅਰਥ ਸਮਝ 'ਚ ਆਏ ਆ, ਪਰ ਮੈਨੂੰ ਪਤਾ ਨਹੀਂ ਵੀ ਇਹ ਸਹੀ ਹੈ ਕਿ ਨਹੀਂ, ਸ਼ਾਇਦ ਨਹੀਂ ਸਹੀ। ਜਦੋਂ ਇਹ ਆਈਡੀਆ ਆ ਗਿਆ ਵੀ ਇੱਕ ਗੁਰਬਾਣੀ ਦੀ ਤੁਕ ਦੇ ਇੱਕ ਅਰਥ ਹੈ, ਅਸਲ 'ਚ ਮਤਲਬ ਇਹ ਸੀ ਵੀ ਜਿਹੜੇ ਅਰਥ ਪ੍ਰੋਫੈਸਰ ਸਾਹਿਬ ਸਿੰਘ ਦੀ ਸਮਝ 'ਚ ਆਏ ਉਹੀ ਅਰਥ ਫਾਈਨਲ ਹੈ, ਹੋਰ ਕਿਸੇ ਦੀ ਸਮਝ ਪ੍ਰੋਫੈਸਰ ਸਾਹਿਬ ਸਿੰਘ ਤੋਂ ਡੂੰਘੀ ਜਾਂ ਵਧੀਆ ਹੋ ਨਹੀਂ ਸਕਦੀ, ਇਹਦੀ ਕੋਈ ਪੋਸੀਬਿਲਿਟੀ ਨਹੀਂ। ਇਹ ਗੱਲ ਹੋਈ। ਸੋ ਜਿਹੜਾ ਪਹਿਲੀ ਸਿੱਖ ਫਿਲੋਸਫੀ ਦੀ ਕਿਤਾਬ ਪੰਜਾਬੀ 'ਚ ਜੇ ਕਿਸੇ ਨੇ ਲਿਖੀ ਹੈ ਤਾਂ ਉਹ ਮਹਿਬੂਬ ਸਾਹਿਬ ਦੀ ਸਹਿਜ ਰਚੋ ਖਾਲਸਾ। ਸੋ ਫਿਲੋਸਫੀ ਦੀ ਇੱਕ ਕਿਤਾਬ ਲਿਖ ਕੇ ਤਾਂ ਕਿਸੇ ਕੌਮ ਦਾ ਗੁਜ਼ਾਰਾ ਹੋ ਨਹੀਂ ਸਕਦਾ, ਬਹੁਤ ਸਾਰੇ ਫਿਲੋਸਫਰਾਂ ਨੂੰ ਬਹੁਤ ਸਾਰੀਆਂ ਕਿਤਾਬਾਂ ਲਿਖਣੀਆਂ ਚਾਹੀਦੀਆਂ। ਸੋ ਇਸ ਦਿਸ਼ਾ 'ਚ ਜਿਹੜੀਆਂ ਨਵੀਆਂ ਪੀੜ੍ਹੀਆਂ, ਬਚਪਨ ਤੋਂ ਲੈ ਕੇ ਇਹ ਚੀਜ਼ ਦੇਖੀ ਆ, ਜੇ ਹੁਣ ਤੁਸੀਂ ਉਹਨੂੰ ਬਹੁਤ ਨੈਗੇਟਿਵ ਨਾ ਲੈ ਜਾਓ, ਮੈਂ ਤੁਹਾਨੂੰ ਪਹਿਲੇ ਮਾਰਿਆ ਤੁਹਾਡੇ ਲਈ ਨੀ, ਮੈਂ ਇਹ ਆਮ ਵੀ ਇਹਨੂੰ ਗਲਤ ਨਾ ਲੈ ਦਿਓ,
अपने खाना भी पैना देखो बहुत मेहरबानी गल सीधी सीधी देनी पैंदी है शुरू किया से भी खालस पंजाबी बोली जाए वो स्रोत्या रबता टुट जाता सी जमें फिर हूँ जी भाषा आती है वह स्रोत्या मूँह वाल वेख के भाषा बनती है किन्नी क गल जी है वह कम्यूनीकेट हो रही है किन्नी क नहीं हो रही जी आइडियल यही है कि गल करते हैं तो पंजाबी बोलीए पर चार दिन पहला मैं भुल गया कि मैं पोस्ट पाई फेसबुक से वो पंजाबी सी ना मैं हाँ इंटरव्यू पाई आपकी वीडियो रेड एफ एम तो पंजाबी सी तो वह इंटरव्यू मैं पंजाबी शब्दावली वरतन की कोशिश की तो थले किसी बंद की टिप्पणी आ गई भी तुम जी इंटरव्यू दिती है तो ये हिंदी के शब्द क्यों वरत रहे हैं शब्द पंजाबी दे सी पर बंदा जरा उन्होंने शब्दों बारे पता नहीं सी सो मैं कह नहीं जी मैं हिंदी के शब्द नहीं वरते ये पंजाबी दे ही है पर जदों बहुत सारिया जड़िया जड़े बहुत सारे एक्सप्रैशन है ना लैंग्वेज के जदों वो असी वरतते हैं पंजाबी दे विच वो गल ज़्यादा औखी हो जाती है वह शब्द आए थे लोगों ने सुने नहीं होंगे सो आप अंग्रेजी समझ आजबूरी सहज बन गया 150 साल का जरा इतिहास है लोगों का वैसटर्न स्कूलों च पढ़न का अंग्रेजी स्कूलों च पढ़न का इतने दो तीन जनरेशन बन गई जिन्हें नेटिव लैंग्वेज इंग्लिश है वह सारे कासे रला के जिहड़ी ऑडियंस नाल तुसीं गल कर रहे हैं उन्हां दे हिसाब नाल मौके ते ढाल लई जदों मैं लिखदा हां हुण आ सारी भूमिका दे विच दो शब्द इंग्लिश दे आए आ सेमियोटिक सिंबोलिक वह भी मैं ट्रांसलेट करते पर ट्रांसलेट जिहड़ी सी लखणी वगैरह उहदी किसे नूं कोई सेंस ही नहीं सी बणनी की है जो फिलोसॉफिकल कॉन्सैप्ट तुसीं पहली वारी इंग्लिश चो पंजाबी ट्रांसलेट कर रहे हैं जिसे ब्रैक्ट नहीं देंगे कोई सेंस बन बन नहीं सकती सो बैलेंस जहाँ करने की कोशिश करी दी है पर कोई ना कोई दिन आऊगा जदों स्रोत्या बुलारिया के जड़ा बोली का इन्ना एक वधिया तालमेल बन जूगा भी ना किसी को बोलने च मुश्किल पेश आऊगी तो ना किसी को सुनने च आप उस पासे लिख के काम कर रहे हैं ਜਿਹੜੀ ਪੁਰਾਣੀ ਲੈਂਗੁਏਜ ਤੋਂ ਉਹਨੂੰ ਸ਼ਬਦਾਂ ਦਾ ਪੂਰਾ ਧਿਆਨ ਰੱਖੀਦਾ ਵੀ ਅੰਗਰੇਜ਼ੀ ਦੇ ਨਾ ਆਉਣ ਉਦੋਂ ਨਹੀਂ ਅੰਗਰੇਜ਼ੀ ਦੇ ਆਉਂਦੇ ਨਹੀਂ ਜਦੋਂ ਬੋਲੀ ਦਾ ਉਦੋਂ ਅੰਗਰੇਜ਼ੀ ਦੇ ਮਨੋਂ ਮਨੀ ਲਿਆਉਣੇ ਪੈਂਦੇ ਕਿਉਂਕਿ ਅੰਗਰੇਜ਼ੀ ਦੇ ਸ਼ਬਦਾਂ ਨਾਲ ਲੋਕੀ ਜ਼ਿਆਦਾ ਕਨੈਕਟ ਕਰਦੇ ਆ ਤੇ ਕੋਈ ਬੰਦਾ ਇਹ ਕੰਪਲੇਂਟ ਵੀ ਕਰਦਾ ਬਈ ਅੰਗਰੇਜ਼ੀ ਦਾ ਆਹ ਸ਼ਬਦ ਨੂੰ ਸਮਝ ਨਹੀਂ ਆਇਆ ਪੰਜਾਬੀ ਦੇ ਸ਼ਬਦਾਂ ਤੇ ਕੰਪਲੇਂਟ ਹੁੰਦੀ ਹਾਂਜੀ ਆਪਣੇ ਕੋਲ ਮਿੰਟ ਥੋੜੇ ਰਹਿ ਗਏ ਪਿੱਛੋਂ ਆਪਣਾ ਗੁਰਪ੍ਰੀਤ ਸਿੰਘ ਸੋਤਾ ਸਾਹਿਬ ਦਾ ਵੀ ਹਾਂਜੀ ਸੋ ਕਮਲ ਓਕੇ गुरबाणी दा पाठ वध तो वध कीर्तन सुनना वध तो वध जे हो सके तो संथिया लो
ਗੁਰਬਾਣੀ ਦੇ ਵੱਖੋ ਵੱਖਰੇ ਟੀਕੇ ਲੈ ਕੇ ਇੱਕ ਸ਼ਬਦ ਦੀਆਂ ਵੱਖੋ ਵੱਖਰੀਆਂ ਵਿਆਖਿਆਵਾਂ, ਜਿਹੜੀ ਚੰਗੀ ਕਵਿਤਾ ਲਿਖੀ ਗਈ ਹੈ ਉਹ ਪੜ੍ਹਨੀ ਚਾਹੀਦੀ ਹੈ, ਕਿਸੇ ਨਾਲ ਤੇ ਹਿਸਟਰੀ ਨਾਲ ਵੀ ਕਨੈਕਟ ਕਰਨਾ ਚਾਹੀਦਾ। ਮੈਂ ਤਾਂ ਪੜ੍ਹਦਾ ਰੈਂਡਮ, ਅੱਜ ਫਿਲੋਸਫੀ ਦੀ ਕਿਤਾਬ ਪੜ੍ਹ ਰਿਹਾ, ਕੱਲ੍ਹ ਨੂੰ ਹਿਸਟਰੀ ਦੀ, ਪਰਸੋਂ ਪਰਸੋਂ ਕੋਈ ਕਰੰਟ ਇਸ਼ੂਜ ਦੇ ਉੱਤੇ। ਸੋ ਮੈਨੂੰ ਲੱਗਦਾ ਜਿਹੜੀ ਪੜ੍ਹਾਈ ਆ ਉਹਦਾ ਰੈਂਡਮ ਹੋਣਾ ਜ਼ਰੂਰੀ ਹੈ, ਅਗਰ ਦੁਗੜਾ ਕੰਮ ਕਦੇ ਕੋਈ ਕਦੇ ਕੋਈ, ਕਿਉਂਕਿ ਉਹ ਸਾਰੀਆਂ ਚੀਜ਼ਾਂ ਇੱਕ ਦੂਜੇ ਨੂੰ ਸਮਝਣ ਦੇ ਵਿੱਚ ਸਹਾਈ ਹੁੰਦੀਆਂ। ਸੋ ਇਹ ਜਿਹੜਾ ਸਾਰੀ ਗੱਲ ਨਾਲ ਜੁੜੇ ਰਹਿਣਾ, ਇੱਥੇ ਰਹਿ ਕੇ ਉਹਦਾ ਵਧੀਆ ਤਰੀਕਾ ਵੱਖੋ ਵੱਖਰੇ ਵਿਸ਼ਿਆਂ 'ਤੇ ਪੜ੍ਹਨਾ ਹੀ, ਅਤੇ ਮਤਲਬ ਪੰਜਾਬ ਦੇ ਪੰਛੀਆਂ ਬਾਰੇ, ਪੰਜਾਬ ਦੇ ਦਰੱਖਤਾਂ ਬਾਰੇ, ਪੰਜਾਬ ਦੇ ਇਤਿਹਾਸ ਬਾਰੇ, ਮੂਵਮੈਂਟ ਦੇ ਦੌਰਾਨ ਜਿਹੜੀ ਹੋਈ ਹਿੰਸਾ ਉਹਦੇ ਬਾਰੇ, ਜੁਝਾਰੂ ਸਿੰਘਾਂ ਦੇ ਕਾਰਨਾਮਿਆਂ ਬਾਰੇ, ਦਿੱਲੀ 'ਚ ਸਿੱਖਾਂ ਦੀ ਨਸਲਕੁਸ਼ੀ ਬਾਰੇ, ਅੰਗਰੇਜ਼ਾਂ ਨੇ ਕੋਲੋਨਾਈਜੇਸ਼ਨ ਦੇ ਵਿੱਚ ਸਿੱਖ ਐਜੂਕੇਸ਼ਨ ਕਿਵੇਂ ਤਬਾਹ ਕੀਤੀ ਉਹਦੇ ਬਾਰੇ, ਜੋ ਕੁਛ ਵੀ ਦਿਮਾਗ 'ਚ ਆਉਂਦਾ, ਜਿਸ ਤਰੀਕੇ ਨਾਲ ਵੀ ਤੁਸੀਂ ਧਰਤੀ ਨਾਲ ਆਪਣੇ ਬੀਤੇ ਨਾਲ ਤੁਸੀਂ ਜੁੜ ਸਕਦੇ ਆ ਉਸੇ ਨਾਲ, ਪਰ ਮੂਲ ਆ ਜਿਹੜਾ ਸਾਰੀ ਗੱਲ ਦਾ, ਜਿੱਥੋਂ ਸ਼ਬਦਾਵਲੀ ਆਉਣੀ ਆ, ਜਿੱਥੋਂ ਡੂੰਘੇ ਕਨਸੈਪਟ ਆਉਣੇ ਆ, ਆਧਾਰ ਸਾਰੇ ਕਾਸੇ ਦਾ ਗੁਰਬਾਣੀ ਹੈ ਇੱਕ। ਦੂਜਾ ਗੁਰਬਾਣੀ ਦੇ ਪਾਠ ਦਾ ਵੀ ਕਵਿਤਾ ਜਿਹੜੀ ਹੈ ਉਹ ਵਿਚਾਰਾਂ ਦਾ ਪ੍ਰਗਟਾਵਾ ਵੀ, ਕਵਿਤਾ ਐਕਸਪੀਰੀਅੰਸ ਦਾ ਪ੍ਰਗਟਾਵਾ, ਅਤੇ ਕਵਿਤਾ ਵਧੀਆ ਬਣਦੀ ਹੈ ਉਹਦੇ ਅੰਦਰਲੀ ਐਕਸਪੀਰੀਅੰਸ ਦੀ ਡੂੰਘਾਈ ਦੇ ਨਾਲ, ਅਤੇ ਐਕਸਪੀਰੀਅੰਸ ਦੀ ਡੂੰਘਾਈ ਆਉਂਦੀ ਹੈ ਗੁਰਬਾਣੀ ਦੇ ਨਾਲ, ਜਿਹੜਾ ਅੰਦਰਲਾ ਤੁਹਾਡਾ ਐਕਸਪੀਰੀਅੰਸ ਡੂੰਘਾ ਹੁੰਦਾ ਉਹਦੇ ਨਾਲ। ਸੋ ਉਹ ਜਿਵੇਂ ਕਹਿਣ ਤੋਂ ਪਹਿਲਾਂ ਬੰਦੇ ਕੋਲ ਕਹਿਣ ਨੂੰ ਕੁਛ ਹੋਣਾ ਚਾਹੀਦਾ, ਸ਼ਬਦਾਵਲੀ ਵੀ ਤਾਂ ਆਊਗੀ ਜੇ ਬਹੁਤ ਜ਼ਿਆਦਾ ਪੜ੍ਹੋਗੇ, ਸ਼ਬਦਾਵਲੀ ਬਿਨਾਂ ਗੱਲ ਕਹੀ ਨਹੀਂ ਜਾ ਸਕਦੀ ਠੀਕ ਤਰੀਕੇ ਨਾਲ, ਪਰ ਜੇ ਕੁਛ ਕਹਿਣ ਨੂੰ ਹੀ ਨਹੀਂ ਕੋਲੇ ਫਿਰ ਬਹੁਤ ਸਾਰੇ ਕਵੀ ਲਿਖੀ ਜਾਂਦੇ ਆ, ਉਹ ਸ਼ਬਦਾਂ ਦਾ ਪਲੇ ਹੁੰਦਾ, ਖੂਬਸੂਰਤ ਹੁੰਦਾ, ਬਹੁਤ ਜ਼ਿਆਦਾ ਚੰਗਾ ਲੱਗਦਾ। ਸ਼ਿਵ ਕੁਮਾਰ ਐਂ ਲਿਖਦਾ ਸੀ, ਬਨਸਪਤੀ ਦੇ ਪਸ਼ੂ ਪੰਛੀਆਂ ਦੇ ਨਾਂ ਜਿਹੜੇ ਆ ਉਹ ਦੇਈ ਜਾਂਦਾ ਸੀ, ਵਧੀਆ ਲੱਗਦੇ ਸੀ ਪੜ੍ਹਨੇ, ਪਰ ਵਿੱਚ ਕੱਖ ਵੀ ਨਹੀਂ, ਬਹੁਤ ਸਾਰੀਆਂ ਥਾਵਾਂ ਦੇ ਵਿੱਚ ਕੱਖ ਵੀ ਨਹੀਂ ਸੀ ਹੁੰਦਾ। ਸੋ ਅੱਜ ਕੱਲ੍ਹ ਵੀ ਉਸ ਤਰ੍ਹਾਂ ਦੀ ਕਵਿਤਾ ਲਿਖੀ ਜਾ ਰਹੀ ਹੈ ਜਿੱਥੇ ਬਹੁਤ ਸੋਹਣੀ ਖੂਬਸੂਰਤ ਸ਼ਬਦਾਵਲੀ ਦੀ ਭਰਮਾਰ ਹੈ, ਵਿੱਚ ਗੱਲ ਕੋਈ ਨਹੀਂ ਹੁੰਦੀ। ਸੋ ਤੁਹਾਡੇ ਕੋਲ ਕਹਿਣ ਨੂੰ ਕੁਛ ਹੋਣਾ ਚਾਹੀਦਾ, ਉਹਦੇ ਲਈ ਜਿਹੜੇ ਅਨੁਭਵ ਨੇ ਤੁਹਾਡੇ ਨੇ ਵਿਕਾਸ ਕਰਨਾ, ਫਿਰ ਹਿਸਟਰੀ ਪੜ੍ਹੋ, ਫਿਲੋਸਫੀ ਪੜ੍ਹੋ, ਗੁਰਬਾਣੀ ਦਾ ਪਾਠ ਕਰੋ, ਸਾਰਾ ਕੁਛ। ਬਾਕੀ ਜਿਹੜਾ ਇੱਕ ਗੱਲ ਮੈਂ ਥੋੜ੍ਹੀ ਐਡ ਕਰ ਰਹੀ ਹਾਂ ਵੀ ਜਿਹੜੀ ਜਿਹੜਾ ਡਾਇਲਾਗ ਦੇ ਵਿੱਚ ਆਉਣਾ ਨਾ, ਲਗਾਤਾਰ ਡਾਇਲਾਗ 'ਚ ਰਹਿਣਾ, ਉਹ ਕ੍ਰੀਏਟਿਵਿਟੀ ਨੂੰ ਬਹੁਤ ਵਧਾ ਲੈਂਦਾ। ਜਦੋਂ ਡਾਇਲਾਗ ਚੱਲਦਾ ਆਪਾਂ ਵਿਚਾਰ ਚਰਚਾ ਕਰਦੇ ਹਾਂ, ਆਪਣੇ ਅੰਦਰ ਜਿਹੜੇ ਸਵਾਲ ਚੱਲ ਰਹੇ ਆ ਉਹਨਾਂ ਨੂੰ ਪ੍ਰਗਟ ਕਰਦੇ ਹਾਂ, ਹੋਰਾਂ ਨਾਲ ਸਾਂਝੇ ਕਰਦੇ ਹਾਂ, ਉਹਦੇ 'ਚੋਂ ਕ੍ਰੀਏਟਿਵਿਟੀ ਬਹੁਤ ਨਿਕਲਦੀ ਹੈ। ਇਹੀ ਸੋਚ ਕੇ ਗੋਸ਼ਟੀ ਸ਼ੁਰੂ ਕੀਤਾ ਸੀ, ਪਰ ਉਹਦਾ ਅੰਤ ਮਾੜਾ ਹੀ ਹੋਇਆ। ਹਾਂਜੀ ਬਿਲਕੁਲ ਬਿਲਕੁਲ ਸਹਿਮਤ ਹਾਂ, ਇਸ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਆ। ਸਰਕਾਰੀ ਸਕੂਲਾਂ 'ਚ ਪੜ੍ਹਾਈ ਜਾਂਦੀ ਹੈ, ਬਹੁਤ ਕਾਫੀ ਜ਼ਿਆਦਾ ਸਕੂਲਾਂ 'ਚ ਪੜ੍ਹਾਈ ਜਾਂਦੀ ਹੈ, ਪਰ ਹੋਰ ਜ਼ਿਆਦਾ ਉਪਰਾਲਿਆਂ ਦੀ ਲੋੜ ਹੈ ਜਿਹੜੀਆਂ ਉਸ ਤਰ੍ਹਾਂ ਦੀਆਂ ਸਭਾ ਸੁਸਾਇਟੀਆਂ ਉਹ ਬਣਨੀਆਂ ਚਾਹੀਦੀਆਂ ਜਿਹੜੀਆਂ ਇਹਨਾਂ ਮੁੱਦਿਆਂ 'ਤੇ ਕੰਮ ਕਰਨ, ਜਿਹੜੀਆਂ ਨਿੱਕੀਆਂ ਨਿੱਕੀਆਂ ਨੋਨ ਪ੍ਰੋਫਿਟ ਔਰਗਨਾਈਜੇਸ਼ਨਸ ਹਨ ਐਜੂਕੇਸ਼ਨ 'ਤੇ, ਕਲਚਰ 'ਤੇ, ਇਹੋ ਜਿਹੇ ਮੁੱਦਿਆਂ 'ਤੇ, ਉਹ ਲੋਕਲ ਲੋਕਾਂ ਨੂੰ ਬਣਾਉਣੀਆਂ ਚਾਹੀਦੀਆਂ। ਅਤੇ ਉਹ ਇਹ ਉਹ ਲਗਾਤਾਰ ਗਵਰਨਮੈਂਟ ਨਾਲ ਇਸ ਤਰ੍ਹਾਂ ਦੀ ਜਿਹੜੀ ਉਹ ਪਹੁੰਚ ਕਰਦੇ ਰਹਿਣ ਅਤੇ ਕਰਨਾ ਚਾਹੀਦਾ। ਹਾਂਜੀ 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 ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ, ਬਿਲਕੁਲ। ਜੇ ਅਸੀਂ ਕੋਈ ਕੰਮ ਨਹੀਂ ਕਰਾਂਗੇ ਸਾਡਾ ਭਵਿੱਖ ਜਿਹੜਾ ਉਹ ਇੱਥੇ ਕੋਈ ਬਹੁਤ ਚੰਗਾ ਨਹੀਂ ਗਾ। ਸਾਨੂੰ ਜਿਹੜੇ ਵਿੱਦਿਆ ਦਾ ਖੇਤਰ ਹੈ ਜਿਹੜਾ ਉਹਦੇ ਵੱਲ ਸਾਨੂੰ ਖਾਸ ਤਵੱਜੋ ਦੇਣੀ ਚਾਹੀਦੀ ਹੈ, ਅਤੇ ਵੱਧ ਤੋਂ ਵੱਧ ਜਿਹੜਾ ਸਕੂਲਾਂ ਦੇ ਵਿੱਚ
ਕੱਲੀ ਪੰਜਾਬੀ ਨਹੀਂ ਜਿਹੜੇ ਸਿੱਖੀ ਦਾ ਦੇ ਸਬਜੈਕਟ ਆ ਉਹ ਵੀ ਲੈ ਕੇ ਆਉਣੇ ਚਾਹੀਦੇ। ਹਾਂ ਹਾਂਜੀ ਹਾਂਜੀ ਭਾਈ ਸਾਹਿਬ ਸੋਰੀ ਰਹਿੰਦਾ ਸੀ ਗੱਲ ਕੋਈ ਹਾਂਜੀ ਹਾਂਜੀ ਨਹੀਂ ਜੁੜ ਸਕਦੇ ਨਹੀਂ ਜੁੜ ਸਕਦੇ ਗੁਰਦੁਆਰਾ ਸਾਹਿਬ ਜਿੰਨੇ ਵੀ ਆ ਇੱਥੇ ਲਗਭਗ ਹਰੇਕ ਚ ਪੰਜਾਬੀ ਕਲਾਸ ਲੱਗਦੀ ਹੈ ਨਹੀਂ ਜਿਹੜੇ ਆਮ ਸਕੂਲ ਹੈ ਉਹਨਾਂ ਚ ਪੰਜਾਬੀ ਲਾਗੂ ਹੋਣੀ ਚਾਹੀਦੀ ਹੈ ਅਸੀਂ ਸਹਿਮਤ ਹੈ ਗੱਲ ਹਾਂਜੀ ਹਾਂਜੀ ਬਿਲਕੁਲ ਕਰਨਾ ਚਾਹੀਦਾ ਤੁਹਾਨੂੰ ਲੋਕਲ ਬੰਦਿਆਂ ਨੂੰ ਕਰਨਾ ਚਾਹੀਦਾ ਮੈਂ ਤੁਹਾਨੂੰ ਕੈਲੀਫੋਰਨੀਆ ਤੋਂ ਆਇਆ ਅਸੀਂ ਉੱਥੇ ਕਰਦੇ ਹਾਂ ਕੋਸ਼ਿਸ਼ ਸਾਡੇ ਸ਼ਹਿਰ ਦੇ ਵਿੱਚ ਪੰਜਾਬੀ ਚਾਰਟਰ ਸਕੂਲ ਖੁੱਲ੍ਹਿਆ ਅਤੇ ਉੱਥੇ ਜਿਹੜੇ ਜ਼ਿਆਦਾ ਸਿੱਖ ਬੱਚੇ ਉੱਥੇ ਪੜ੍ਹਦੇ ਆ ਹਾਂਜੀ ਨਹੀਂ ਮੈਂ ਸਹਿਮਤ ਹਾਂ ਗੱਲ ਨਾਲ ਮੈਂ ਪੂਰੀ ਤਰ੍ਹਾਂ ਸਹਿਮਤ ਹਾਂ ਗੱਲ ਨਾਲ ਹਾਂਜੀ ਹਾਂਜੀ ਭਾਈ ਸਾਹਿਬ ਸਾਰੀ ਗੱਲ ਹੀ ਇਹ ਕੀਤੀ ਹੈ ਵੀ ਬੋਲੀ ਦੇ ਵਿੱਚ ਤੁਹਾਡਾ ਜਹਾਨ ਵਸਦਾ ਜੇ ਬੋਲੀ ਵਿਸਰ ਜਾਂਦੀ ਹੈ ਤੇ ਉਹ ਜਹਾਨ ਹੈ ਜਿਹੜਾ ਉਹ ਅਸੀਂ ਗਵਾ ਲੈਂਦੇ ਹਾਂ ਜੇ ਬੋਲੀ ਦੁਬਾਰਾ ਸੁਰਜੀਤ ਹੋ ਜਾਂਦੀ ਹੈ ਤੇ ਜਿਹੜੇ ਗੁਆਚੇ ਜਹਾਨ ਹੈ ਉਹ ਦੁਬਾਰਾ ਆਬਾਦ ਹੋ ਜਾਂਦੇ ਆਪਾਂ ਸਾਰੀ ਗੱਲ ਹੀ ਅਜੇ ਕੀਤੀ ਹੈ ਸੋ ਮੈਂ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਗੁਰਜੀਤ ਸਿੰਘ ਇੱਕ ਸਮੱਸਿਆ ਜਿਵੇਂ ਬੋਲੀ ਚੱਲਦੀ ਆ ਨਾ ਵੀ ਪਹਿਲੀ ਗੱਲ ਤਾਂ ਇਹ ਵੀ ਮੇਰੇ ਖਿਆਲ ਨਾਲ
ਕੋਲੋਨੀਅਲਿਟੀ ਦੇ ਥਰੂ ਜਿਵੇਂ ਅੰਗਰੇਜ਼ੀ ਦਾ ਪ੍ਰਭਾਵ ਆ ਹੈ ਨਾ, ਉਹ ਤਾਂ ਪੂਰੀ ਦੁਨੀਆ 'ਤੇ ਪਿਆ ਹੈ ਨਾ। ਫਿਰ ਜਿਵੇਂ ਹਿੰਦੂਆਂ ਦੇ ਕੋਲ ਸੋਫਟ ਪਾਵਰ ਸੀਗੀ ਥਰੂ ਬੋਲੀਵੁੱਡ ਕਹਿ ਲਓ ਹੈ ਨਾ, ਉਹਨੇ ਜਿਵੇਂ ਟੈਲੀਵਿਜ਼ਨ ਦੇ ਥਰੂ ਜਿੰਨਾ ਮਤਲਬ ਮੇਰੇ ਖਿਆਲ ਨਾਲ ਭਾਈ ਇਹ ਜ਼ਿਆਦਾ ਜਿਵੇਂ ਇੱਕ ਨਾ ਵੀ ਡਿਸਰਪਸ਼ਨ ਜਿਹੜੀ ਆਈ ਆ ਅੱਜ ਜਦੋਂ ਤੋਂ ਸ਼ਾਇਦ 90s ਤੋਂ ਇੱਕ ਤੇ ਕੇਬਲ ਟੀਵੀ ਦੀ ਇੰਟਰੋਡਕਸ਼ਨ ਹੈ ਨਾ, ਉਹਦੇ ਨਾਲ ਉਹਨੇ ਇੱਕ ਹਿਸਾਬ ਦਾ ਮਤਲਬ ਵੀ ਚੰਗੇ ਭਲੇ ਟੱਬਰ ਜਿਹੜੇ ਆਪਾਂ ਖਾੜਕੂ ਸੰਘਰਸ਼ ਵੀ ਰਹੇ ਹੈ ਨਾ, ਆਪਾਂ ਵੇਖਦੇ ਵੀ ਉਹਨਾਂ ਦੇ ਕੰਮ ਬੱਚਿਆਂ ਦੇ ਵਿੱਚ ਵੀ ਹੈ ਨਾ ਭਾਜੀ, ਉਹ ਜਿਵੇਂ ਲਿਬਰਲ ਵੈਲਿਊਜ਼ ਜਿਹੜੀਆਂ ਆਈਆਂ ਹੈ ਨਾ, ਉਹ ਇੱਕ ਬੜੀ ਤਗੜੀ ਸਮੱਸਿਆ ਬਣੀ ਅਤੇ ਉਹਦੇ ਕਰਕੇ ਜਿਹੜਾ ਬੈਰੀਅਰ ਆ ਬੋਲੀ ਵਾਲਾ ਹੈ ਨਾ, ਉਹ ਵੱਧ ਤੋਂ ਵੱਧ ਉਹ ਵਧਿਆ ਉਹਦੇ ਕਰਕੇ ਭਾਜੀ। ਫਿਰ ਇਹ ਆ ਵੀ ਜਿਵੇਂ ਲਿਬਰਲਿਜ਼ਮ ਪੂਰੀ ਵੀ ਜਿਵੇਂ ਇੱਕ ਹਿਸਾਬ ਦਾ ਜਿਵੇਂ ਅਰਲੀ 2000s ਵੀ 6-7 ਦੇ ਵਿੱਚ ਵੀ ਇੱਕ ਹਿਸਾਬ ਦਾ ਪੰਜਾਬ ਦੇ ਵਿੱਚ ਵੀ ਪੂਰਾ ਵੀ ਫੈਲਣਾ ਸ਼ੁਰੂ ਹੋਇਆ ਹੈ ਨਾ, ਉਹਦੇ ਨਾਲ ਇੱਦਾਂ ਵੀ ਫਿਰ ਇਹ ਨੇ ਭਾਜੀ ਲਿਬਰਲਿਜ਼ਮ ਫੈਲਿਆ ਦੇ ਲੋਕ ਜਿਹੜੇ ਆ ਉਹ ਫਿਰ ਕਿਵੇਂ ਵੀ ਨਿਊ ਇੰਪੀਰੀਅਲ ਜਿਹੜਾ ਵੀ ਅਸਰ ਆ ਉਹਦੇ ਪ੍ਰਭਾਵ ਉਹਦੇ ਪ੍ਰਭਾਵ ਹੇਠ ਆ ਗਏ ਅਤੇ ਹੁਣ ਜਿਵੇਂ ਹਾਈਬ੍ਰਿਡਾਈਜੇਸ਼ਨ ਹੋਈ ਗਿਆ ਭਾਸ਼ਾ ਦੀ ਹੈ ਨਾ, ਅਤੇ ਜਿਵੇਂ ਆਪਾਂ ਵੀ ਜਿਵੇਂ ਕੁਝ ਨਾਊਨਸ ਹੋ ਗਈਆਂ ਵਰਬਸ ਹੋ ਗਈਆਂ ਹੈ ਨਾ, ਉਹ ਅੰਗਰੇਜ਼ੀ ਵਾਲੀਆਂ ਆਪਾਂ ਵੀ ਆਪਣੇ ਜਿਹੜੇ ਪੰਜਾਬੀ ਦੇ ਵੀ ਆਪਣੇ ਵਾਕ ਹੁੰਦੇ ਜਾਂ ਜਿਵੇਂ ਬੋਲਦੇ ਹਾਂ ਉਹਦੇ ਵਿੱਚ ਆ ਗਏ। ਅਤੇ ਭਾਜੀ ਇਹ ਮੇਰੇ ਖਿਆਲ ਨਾਲ ਵੀ ਇਹ ਇੱਕ ਐਡਰੈਸ ਕਰਨ ਬਹੁਤ ਬਣਦਾ। ਅਤੇ ਇੱਕ ਉੱਤੋਂ ਭਾਜੀ ਇੱਕ ਹੋ ਰਿਹਾ ਵੀ ਜਿਵੇਂ ਹਿੰਦੀ ਦੇ ਨਾਲ ਵੀ ਜਿਵੇਂ ਆਪਾਂ ਨੂੰ ਕਿਤੇ ਨਾ ਕਿਤੇ ਇੱਦਾਂ ਚਾਹੀਦਾ ਵੀ ਕਾਫ਼ੀ ਹੱਦ ਤੱਕ ਮੇਰੇ ਖਿਆਲ ਇਹ ਵੀ ਜਿਵੇਂ ਆਪਾਂ ਨੂੰ ਜਿਵੇਂ ਸਬ ਕੰਟੀਨੈਂਟ ਲੈ ਲਓ ਹੈ ਨਾ, ਜਿਹੜੀਆਂ ਨੋਨ ਪੰਜਾਬੀ ਆਈਡੈਂਟੀਟੀਜ਼ ਹੈ ਹੈ ਨਾ, ਉਹਨਾਂ ਦੇ ਨਾਲ ਭਾਜੀ ਇੱਕ ਲੈਂਗੁਆ ਫਰੈਂਕਾ ਜਿਹੜੀ ਆ ਵੀ ਉਹ ਹਿੰਦੀ ਨਹੀਂ ਮੇਰੇ ਖਿਆਲ ਨਾਲ ਅਡੋਪਟ ਕਰਨੀ ਚਾਹੀਦੀ। ਜਿਵੇਂ ਫੋਰ ਐਗਜ਼ਾਮਪਲ ਆਪਾਂ ਤਮਿਲਸ ਦੇ ਨਾਲ ਆ ਹੈ ਨਾ, ਵੀ ਡਾਊਨ ਸਾਊਥ ਕੇ ਨਾਲ ਦ੍ਰਵੀੜੀਅਨ ਆਈਡੈਂਟੀਟੀਜ਼ ਵਾਲੇ ਅੰਗਰੇਜ਼ੀ ਦੀ ਗੱਲ ਕਰੋ ਹੈ ਨਾ, ਅੰਗਰੇਜ਼ੀ ਦੀ ਗੱਲ ਕਰੋ ਹੈ ਨਾ, ਵੀ ਇਹ ਭਾਜੀ ਕਹਿੰਦਾ ਕਿ ਮੇਰਾ ਕੰਸਰਨ ਇਹ ਕਿ ਭਾਜੀ ਜਿਹੜੀ ਸੋਫਟ ਪਾਵਰ ਹੈ ਜਿਹੜੀ ਹਿੰਦੂਆਂ ਦੀ ਉਹਦਾ ਪ੍ਰਭਾਵ ਇਹ ਆ ਵੀ ਆਪਾਂ ਸਿੱਖਾਂ ਦੇ ਘਰਾਂ 'ਚ ਵੀ ਜਿਹੜੇ ਥੋੜ੍ਹੇ ਬਰਮੈਨੀਕਲ ਇਨਫਲੂਐਂਸ ਵਾਲੇ ਨਾਮ ਵੇਖਦੇ ਹਾਂ, ਜਿਵੇਂ ਪੰਜਾਬੀ ਜਾਂ ਪਰਚਿਆਂ ਕਹਿੰਦੇ ਹਾਂ, ਜਿਵੇਂ ਅਸੀਂ ਵੇਖਿਆ ਹੀ ਆ ਵੀ ਸਿੱਖਾਂ ਦੇ ਘਰਾਂ 'ਚ ਅਰਜੁਨ ਆ ਹੁਣ ਵੀ ਅਰਜਨ ਤੋਂ ਹੀ ਅਰਜੁਨ ਆ, ਪਰ ਟੀਵੀ ਦੇ ਥਰੂ ਕਿੰਨਾ ਪਿਆ ਉਹ ਸੀ ਨੂੰ ਭਾਈ ਐਡਰੈਸ ਕਰਨ ਦੀ ਲੋੜ। ਦੇਖੋ ਦੇਖੋ ਗੱਲ ਇਹ ਆ, ਜਿਹੜੀ ਸਿੱਖੀ ਅੱਜ ਤੱਕ ਪੰਜਾਬ ਦੀ ਧਰਤੀ 'ਤੇ ਬਰਕਰਾਰ ਹੈ ਇਹ ਇੱਕ ਕਰਾਮਾਤ ਹੈ, ਕਿਉਂਕਿ ਜਿੱਡੀਆਂ ਵੱਡੀਆਂ ਚੁਣੌਤੀਆਂ ਵੱਖੋ ਵੱਖਰੇ ਧਾੜਵੀ ਰਾਜਾਂ 'ਚ ਆਈਆਂ, ਮੁਸਲਮਾਨ ਆਏ, ਅੰਗਰੇਜ਼ ਆਏ, ਹਿੰਦੂ, ਉਹਦੇ ਹਿਸਾਬ ਨਾਲ ਆਪਾਂ ਕੰਮ ਕੋਈ ਨਹੀਂ ਕੀਤਾ। 18ਵੀਂ ਸਦੀ ਤੱਕ ਤਾਂ ਕੰਮ ਕਰਨ ਦਾ ਟਾਈਮ ਨਹੀਂ ਮਿਲਿਆ, ਟਾਈਮ ਬਹੁਤੇ ਮਾੜੇ ਸੀ, ਜੰਗਲਾਂ 'ਚ ਰਹਿੰਦੇ ਹਾਂ ਤੁਸੀਂ, ਖੰਨੀ ਖੰਨੀ ਖਾ ਕੇ ਗੁਜ਼ਾਰਾ ਕਰ ਰਹੇ ਹੋ, ਕੁਛ ਵੀ ਨਹੀਂ, ਕੰਧ ਮੂੰਹ ਕਰ ਰਹੇ। 19ਵੀਂ ਸਦੀ 'ਚ ਪਹਿਲਾਂ ਵੀ ਕੰਮ ਹੋਇਆ, ਮਹਾਰਾਜਾ ਰਣਜੀਤ ਸਿੰਘ ਰਾਜ ਵੇਲੇ ਥੋੜ੍ਹਾ ਬਹੁਤਾ ਸ਼ੁਰੂ ਹੋਇਆ ਸੀ ਅਤੇ ਰਾਜ ਖਤਮ ਹੋ ਗਿਆ। ਸਿੰਘ ਸਭਾ ਲਹਿਰ ਨੇ ਇੰਨਾ ਕੰਮ ਕੀਤਾ ਵੀ ਪੰਜਾਬੀ ਵੀ ਬਚਾ ਲਈ ਅਤੇ ਸਿੱਖਾਂ ਨੂੰ ਈਸਾਈ ਅਤੇ ਆਰੀਆ ਸਮਾਜੀ ਬਣਨ ਵੀ ਬਚਾ ਲਿਆ। ਆਪਣੇ ਆਪ 'ਚ ਬਹੁਤ ਵੱਡੀ ਇਤਿਹਾਸਕ ਦੇਣ ਆ ਸਿੰਘ ਸਭਾ ਦੀ, ਕੋਈ ਆਪਾਂ ਨੂੰ ਇਹਦੇ 'ਚ ਸ਼ੱਕ ਨਹੀਂ, ਪਰ ਸਿੰਘ ਸਭਾ ਦੀ ਦੇਣ ਉਸ ਵੇਲੇ ਸਾਡੇ ਸਾਹਮਣੇ ਆਈਆਂ ਚੁਣੌਤੀਆਂ ਦੇ ਬਰਾਬਰ ਦੇਣ ਸੀ, ਜਿਹੜੀਆਂ 47 ਤੋਂ ਬਾਅਦ ਸਾਨੂੰ ਅੱਜ ਚੁਣੌਤੀਆਂ ਆ ਰਹੀਆਂ। ਆਹ ਕੁਛ ਲਿਖਣ 'ਚ ਅਸੀਂ ਜ਼ਿਆਦਾ ਪਛੜੇ ਹੋਏ ਹਾਂ, ਕਈ ਦਹਾਕੇ ਸਾਡੇ ਕੋਲ ਬੰਦੇ ਵੀ ਘੱਟ ਗਿਣਤੀ 'ਚ ਆ, ਕਿਸੇ ਵੀ ਖੇਤਰ 'ਚ ਕੰਮ ਨਹੀਂ ਕੀਤਾ। ਜਿਵੇਂ ਹੁਣ ਮੰਨ ਲਓ ਵੀ ਹਿੰਦੂਆਂ ਨੇ ਇੱਕ ਬਹੁਤ ਮਾੜੀ ਈਰਖਾ ਦੀ ਭਾਵਨਾ 'ਚੋਂ ਦਰਬਾਰ ਸਾਹਿਬ ਦੀ ਨਕਲ ਕਰਕੇ ਉੱਥੇ ਦੁਰਗਿਆਨਾ ਮੰਦਰ ਬਣਾਇਆ ਅਤੇ ਉਹਨਾਂ ਨੂੰ ਇਹਦਾ ਕੋਈ ਖਮਿਆਜ਼ਾ ਨਹੀਂ ਭੁਗਤਣਾ ਪਿਆ। ਜੇ ਕਿਸੇ ਪੜ੍ਹੀ ਲਿਖੀ ਕੌਮ ਦੇ ਧਰਮ ਸਥਾਨ ਦੀ ਉਹਨਾਂ ਨੇ ਨਕਲ ਮਾਰੀ ਹੁੰਦੀ ਅਤੇ ਉਹਦੇ ਬਾਰੇ ਲੋਕਾਂ ਨੇ ਇੰਨਾ ਕੁ ਜ਼ਿਆਦਾ ਲਿਖਣਾ ਬੋਲਣਾ ਸੀ ਵੀ ਉਹਨਾਂ ਦਾ ਢਾਉਣ ਨੂੰ ਜੀ ਕਰ ਪੈਣਾ ਸੀ। ਉਹ ਇੰਨੀ ਮਤਲਬ ਉਹਨਾਂ ਦਾ ਐਕਟ ਆ ਜਿਹੜਾ ਆਪਣੇ ਆਪ 'ਚ ਇੰਨਾ ਸ਼ਰਮਨਾਕ ਹੈ, ਪਰ ਉਹਨੂੰ ਸ਼ਰਮ ਮਹਿਸੂਸ ਨਹੀਂ ਹੋਈ। ਜਿਹੜੀ ਪੰਜਾਬ ਦੇ ਵਿੱਚ ਉਹਨਾਂ ਨੇ ਪੰਜਾਬੀ ਡਿਨਾਈ ਕੀਤੀ, ਖੱਬੇ ਪੱਖੀਆਂ ਨੇ ਜੋ ਕੁਛ ਕੀਤਾ, ਗੱਲ ਕੀ ਹੈ ਵੀ ਜੇ ਸਿੱਖਾਂ ਨੇ ਇੰਡੀਅਨ ਨੈਸ਼ਨਲਿਜ਼ਮ, ਸੈਕੂਲਰਿਜ਼ਮ, ਮਾਰਕਸਿਜ਼ਮ, ਮਾਡਰਨਿਟੀ
ਇਹਨਾਂ ਚੀਜ਼ਾਂ ਨਾਲ ਐਂਗੇਜ ਕਰਕੇ ਇਹਨਾਂ ਨੂੰ ਫਿਲੋਸੋਫਿਕਲੀ ਕਨਫਰੰਟ ਕਰਨ ਵਾਲੇ ਵਿਦਵਾਨ 1960s ਦੇ ਵਿੱਚ ਪੈਦਾ ਕੀਤੇ ਹੁੰਦੇ ਅਤੇ ਅੱਜ ਸਾਡਾ ਇਤਿਹਾਸ ਹੋਰ ਹੋਣਾ ਸੀ। ਉਹਦਾ ਰਿਜ਼ਲਟ ਇਹ ਨਿਕਲਣਾ ਸੀ ਵੀ ਪੰਜਾਬ ਦਾ ਬਹੁਤ ਸਾਰੀ ਨੌਜਵਾਨੀ ਜਿਹੜੀ ਮਾਰਕਸਵਾਦੀਆਂ ਦੇ ਖਿਆਲਾਂ ਤੋਂ ਪ੍ਰਭਾਵਿਤ ਹੋ ਕੇ ਮਾਰਕਸਵਾਦੀ ਬਣੀ, ਉਹਨਾਂ ਨੇ ਇੱਧਰ ਨੂੰ ਆ ਜਾਣਾ ਸੀ ਅਤੇ ਸਾਡੇ ਵਿਦਵਾਨਾਂ ਦੇ ਪੋਚ ਜਿਹੜੇ ਆ ਉਹ ਤਿਆਰ ਹੋ ਜਾਣੇ ਸੀ। ਸਿੱਖਾਂ ਦੇ ਵਿੱਚੋਂ ਨਾ ਤਾਂ ਕੋਈ ਅਲੀਟ ਵਰਗ ਉੱਠੇ ਜਿਹਨਾਂ ਜਿਹੜੇ ਸੁਸਾਇਟੀਆਂ ਬਣਾਉਂਦੇ, ਸਭਾਵਾਂ ਬਣਾਉਂਦੇ, ਕਾਲਜ ਖੋਲ੍ਹਦੇ, ਯੂਨੀਵਰਸਿਟੀਆਂ ਖੋਲ੍ਹਦੇ। ਚਲੋ ਟੋਰਾਂਟੋ ਦੇ ਕਿਸੇ ਸਿੱਖ ਨੇ ਕਿਸੇ ਹਸਪਤਾਲ ਨੂੰ 10-11 million ਦਿੱਤਾ, ਉਹਦੇ ਦਿਮਾਗ 'ਚ ਨਹੀਂ ਆਈ ਵੀ ਕੋਈ ਸਿੱਖ ਕਾਲਜ ਖੋਲ੍ਹਿਆ ਜਾ ਸਕਦਾ ਜਾਂ ਸਕੂਲ ਖੋਲ੍ਹਿਆ ਜਾ ਸਕਦਾ। ਇੱਥੇ ਲੋਕ ਬੈਠੇ ਆ ਜਿਹੜੇ ਮਿਲੀਅਨਸ ਕੰਟਰੀਬਿਊਟ ਕਰ ਸਕਦੇ, ਖੁਸ਼ੀ ਨਾਲ ਕਰ ਦੇਣਗੇ, ਪਰ ਕੋਈ ਸੰਸਥਾਵਾਂ ਤਾਂ ਹੋਣ ਨਾ। ਜਦੋਂ ਖਾਲਸਾ ਕਾਲਜ ਬਣਿਆ ਅੰਮ੍ਰਿਤਸਰ 'ਚ, ਪੈਸਾ ਤਾਂ ਦਿੱਤਾ ਸਿੱਖ ਜਿਹੜੇ ਅਰਿਸਟੋਕਰੈਟ ਸੀ ਅਤੇ ਸਿੱਖ ਰਾਜੇ ਸੀ ਉਹਨਾਂ ਨੇ, ਪਰ ਕਾਲਜ ਤਾਂ ਸਿੱਖ ਰਾਜਿਆਂ ਨੇ ਨਹੀਂ ਬਣਾਇਆ। ਉਹ ਤਾਂ ਕੋਈ ਸਿੱਖ ਵਿਦਵਾਨ ਜਿਹੜੇ ਸਿੱਖ ਅਲੀਟ ਸੀ ਉਹਨਾਂ ਦੀ ਇੱਕ ਟੀਮ ਸੀ ਜਿਨ੍ਹਾਂ ਨੇ ਸਾਰਾ ਜਿਹੜਾ ਪ੍ਰੋਸੈਸ ਸ਼ੁਰੂ ਕੀਤਾ, ਉਹਦਾ ਢਾਂਚਾ ਬਣਾਇਆ, ਉਹਦੀ ਰੂਪਰੇਖਾ ਤਿਆਰ ਕੀਤੀ, ਉਹਦੇ ਲਈ ਪੈਸੇ ਇਕੱਠੇ ਕੀਤੇ, ਕਾਲਜ ਖੜ੍ਹਾ ਕੀਤਾ। ਸੋ ਕਮਿਊਨਿਟੀ ਦੇ ਵਿੱਚ ਸ਼੍ਰੋਮਣੀ ਕਮੇਟੀ ਤੋਂ ਸ਼ੁਰੂ ਹੋ ਕੇ ਦਿੱਲੀ ਕਮੇਟੀ ਅਤੇ ਇੱਥੋਂ ਦੀਆਂ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੱਕ ਕੋਈ ਅਦਾਰੇ ਬਣਨੇ ਚਾਹੀਦੇ। ਹੁਣ ਮੰਨ ਲਓ ਜੇ ਕੈਨੇਡਾ ਅਤੇ ਅਮੈਰੀਕਾ ਦੋ ਮੁਲਕ ਆ ਇੱਥੇ, ਜੇ ਇੱਥੋਂ ਦੀਆਂ ਜਿਹੜੀ ਗੁਰਦੁਆਰਾ ਕਮੇਟੀਆਂ ਉਹ ਇਕੱਠੀਆਂ ਹੋ ਕੇ ਉੱਪਰ ਇੱਕ ਬੋਡੀ ਬਣਾ ਲੈਣ ਜਿਹਦਾ ਕੰਮ ਹੋਵੇ ਵੀ ਜਿਹੜੇ ਉਹਨਾਂ ਦੇ ਇਕੱਲੇ ਇਕੱਲੇ ਰਿਸੋਰਸਿਸ ਹੈ ਉਹਨਾਂ ਨੂੰ ਸਾਂਝੇ ਤੌਰ 'ਤੇ ਵਰਤ ਕੇ ਇੰਸਟੀਟਿਊਸ਼ਨ ਬਿਲਡਿੰਗ ਕਰਨੀ ਹੈ। ਇਹ ਹੋ ਤਾਂ ਸਕਦਾ ਸੀ 30-40 ਸਾਲ ਪਹਿਲਾਂ, ਪਰ ਹੋਇਆ ਨਹੀਂ ਕਿਉਂਕਿ ਇਸ ਪਾਸੇ ਧਿਆਨ ਨਹੀਂ, ਕਿਉਂਕਿ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਨਹੀਂ ਹੋਇਆ। ਇਸ ਕਰਕੇ ਜਿਹੜੀਆਂ ਗੁੰਝਲਤਾਈਆਂ ਦਾ ਸਾਨੂੰ ਸਾਹਮਣਾ ਕਰਨਾ ਪੈ ਰਿਹਾ ਅੱਜ, ਉਹ ਸਾਨੂੰ ਸਾਹਮਣਾ ਕਰਨਾ ਪੈ ਰਿਹਾ, ਜਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਉਹ ਸਾਨੂੰ ਸਾਹਮਣਾ ਕਰਨਾ ਪੈ ਰਿਹਾ। ਸੋ ਆਪਾਂ ਨੂੰ ਜਿਵੇਂ ਇਸ ਗੱਲ 'ਤੇ ਜ਼ੋਰ ਦੇਣ ਦੀ ਲੋੜ ਆ, ਜਿਵੇਂ ਹੁਣ ਆਪਣੇ ਮਿੱਤਰ ਆ ਤੁਹਾਡੇ ਅਤੇ ਮੇਰੇ ਜਿਹੜੇ ਪਬਲਿਕਲੀ ਇਹ ਕਹਿੰਦੇ ਆ ਵੀ ਸਿੱਖਾਂ ਨੂੰ ਪੜ੍ਹਨ ਲਿਖਣ ਦੀ ਲੋੜ ਨਹੀਂ, ਆਪਾਂ ਨੂੰ ਉਹਨਾਂ ਦੀ ਇਮਾਨਦਾਰੀ 'ਤੇ ਵੀ ਕੋਈ ਸ਼ੱਕ ਨਹੀਂ, ਆਪਾਂ ਨੂੰ ਉਹਨਾਂ ਦੀ ਪੰਥਕ ਭਾਵਨਾ 'ਤੇ ਵੀ ਕੋਈ ਸ਼ੱਕ ਨਹੀਂ, ਪਰ ਆਪਾਂ ਉਹਨਾਂ ਦੀ ਜਿਹੜੀ ਸਮਝ ਆ ਉਹਦੇ ਨਾਲ ਸਹਿਮਤ ਨਹੀਂ ਹੋ ਸਕਦੇ। ਸਿੱਖਾਂ ਨੂੰ ਅਸੀਂ ਕਹਿੰਦੇ ਹਾਂ ਸਿੱਖਾਂ ਨੂੰ ਪੜ੍ਹਨ ਤੋਂ ਬਿਨਾਂ ਹੋਰ ਕੁਛ ਕਰਨ ਦੀ ਲੋੜ ਹੀ ਨਹੀਂ, ਤੁਸੀਂ ਇੰਟਲੈਕਟ ਤਿਆਰ ਕਰ ਲਓ, ਕੌਮ ਨੂੰ ਪੜ੍ਹਨ ਲਿਖਣ ਦੇ ਰਾਹ ਪਾ ਲਓ, ਬਾਕੀ ਗੱਲਾਂ ਉਹਦੇ ਵਿੱਚੋਂ ਨਿਕਲ ਆਉਣੀਆਂ। ਮੰਨ ਲਓ ਜੇ ਕੌਮ ਪੜ੍ਹੀ ਲਿਖੀ ਨਹੀਂ, ਤੁਸੀਂ ਇੱਥੇ ਯੂਨੀਵਰਸਿਟੀ ਖੋਲ੍ਹ ਲੈਂਦੇ ਹਾਂ, ਸਟਾਫ ਕਿੱਥੋਂ ਹਾਇਰ ਕਰੋਗੇ, ਗੋਰੇ ਹਾਇਰ ਕਰੋਗੇ, ਜੇ ਗੋਰੇ ਰੱਖੋਗੇ ਫਿਰ ਉਹ ਕੀ ਪੜ੍ਹਾਉਣਗੇ, ਉਹ ਪਹਿਲਾਂ ਹੀ ਯੂਨੀਵਰਸਿਟੀਆਂ ਹੈਗੀਆਂ। ਫਿਰ ਜੇ ਤੁਹਾਡੇ ਕੋਲ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੀ ਜਿਹੜੀ ਫੈਕਲਟੀ ਹੈ ਉਹਦੇ ਬਰਾਬਰ ਦੀ ਫੈਕਲਟੀ ਹੈ ਨਹੀਂ ਆਪਦੀ ਕਮਿਊਨਿਟੀ 'ਚ, ਤਾਂ ਯੂਨੀਵਰਸਿਟੀ ਖੋਲ੍ਹ ਕੇ ਕਰੋਗੇ, ਇੱਕ ਪੱਖ। ਜੇ ਯੂਨੀਵਰਸਿਟੀ ਨਹੀਂ ਖੋਲ੍ਹੋਗੇ ਤਾਂ ਉਹ ਫੈਕਲਟੀ ਤਿਆਰ ਕਿਵੇਂ ਕਰੋਗੇ, ਕੁਛ ਸਟੈਪ ਹੈ ਨਾ, ਯੂਨੀਵਰਸਿਟੀ ਖੋਲ੍ਹ ਲਈ, ਜਿੱਥੋਂ ਚੰਗੀ ਫੈਕਲਟੀ ਮਿਲਦੀ ਹੈ ਉਹ ਲੈ ਕੇ ਹਾਇਰ ਕਰ ਲਈ, ਉਹਨਾਂ ਤੋਂ PhDਆਂ ਕਰਵਾ ਕੇ ਆਪਦੇ ਬੰਦੇ ਤਿਆਰ ਕਰ ਲਏ, ਹੌਲੀ ਹੌਲੀ ਆਪਦੇ ਬੰਦੇ ਲੈ ਆਉਂਦੇ, ਸਟੈਪ ਹੈ ਨਾ। ਜੇ ਕੋਈ ਬੰਦੇ ਇਹ ਕਹਿਣਗੇ ਵੀ ਜਿਹੜੀ ਮਾਡਰਨ ਐਜੂਕੇਸ਼ਨ ਹੈ ਉਹ ਸਿੱਖਾਂ ਦਾ ਅਤੇ ਸਿੱਖੀ ਦਾ ਨੁਕਸਾਨ ਕਰਦੀ ਹੈ ਇਸ ਲਈ ਪੜ੍ਹੋ ਨਾ, ਇਹ ਮਸਲੇ ਦਾ ਹੱਲ ਨਹੀਂ। ਮਾਡਰਨਿਟੀ ਨੂੰ ਚੰਗੀ ਤਰ੍ਹਾਂ ਸਟੱਡੀ ਕਰਕੇ ਉਹਦੀਆਂ ਲਿਮੀਟੇਸ਼ਨਸ ਐਕਸਪੋਜ਼ ਕਰਨੀਆਂ, ਉਹਤੇ ਚੰਗੇ ਪਾਵਰਫੁਲ ਕ੍ਰਿਟੀਕ ਦੇਣੇ, ਉਹਦੇ ਅਲਟਰਨੇਟਿਵ ਪੇਸ਼ ਕਰਨੇ, ਇਹ ਮਸਲੇ ਦਾ ਹੱਲ ਆ। ਹੁਣ ਇਹੋ ਜਿਹੀ ਗੱਲ ਲੜ ਜਿਵੇਂ ਕੋਈ ਬੰਦਾ ਕਵੇ ਵੀ ਤੁਸੀਂ ਜੰਜ ਤਾਂ ਲੜੋ ਪਰ ਤੁਸੀਂ ਮਾਡਰਨ ਹਥਿਆਰ ਨਾ ਵਰਤੋ, ਵਰਤੋ ਤੁਸੀਂ ਕਿਰਪਾਨ ਨਹੀਂ, ਕਿਉਂਕਿ ਇਹ ਸਾਡਾ ਉਹ ਹੈ ਰਵਾਇਤੀ ਸ਼ਸਤਰ ਆ। ਸੋ ਗੁਰਬਾਣੀ ਨਾਲ ਮਾਡਰਨ ਐਜੂਕੇਸ਼ਨ ਦਾ ਵਿਰੋਧ ਭੁਲੇਖਾ ਸਿਰਜਿਆ ਜਾ ਰਿਹਾ ਹੈ, ਉਹਦਾ ਵਿਰੋਧ ਨਹੀਂ ਹੈ, ਕਿਉਂਕਿ ਮਾਡਰਨ ਐਜੂਕੇਸ਼ਨ ਕਿਹੜਾ ਤੁਹਾਨੂੰ ਆਤਮਕ ਗਿਆਨ ਦਿੰਦੀ ਹੈ, ਗੁਰਬਾਣੀ ਨਾਲ ਵਿਰੋਧ ਤਾਂ ਹੋਵੇ ਜੇ ਉਹ ਆਤਮਕ ਗਿਆਨ ਦਿੰਦੀ ਹੋ ਨਾ, ਉਹਦੇ ਤੋਂ ਆਪਾਂ ਆਤਮਕ ਗਿਆਨ ਲੈਣਾ, ਆਤਮਕ ਗਿਆਨ ਤਾਂ ਸਿਰਫ ਤੇ ਸਿਰਫ ਗੁਰਬਾਣੀ ਤੋਂ ਮਿਲਣਾ।
ਮਾਡਰਨ ਐਜੂਕੇਸ਼ਨ ਦਾ ਇੱਕ ਟੂਲ ਹੈ, ਜਿਵੇਂ ਮੋਟਰਸਾਈਕਲ ਤੇ ਕਾਰ AK-47 ਟੂਲ ਹੈ, ਉਵੇਂ ਹੀ ਮਾਡਰਨ ਐਜੂਕੇਸ਼ਨ ਇੱਕ ਟੂਲ ਹੈ ਜਿਹਨੂੰ ਤੁਸੀਂ ਵਰਤੋ, ਜਿਹੜਾ ਇੱਕ ਮਾਡਰਨ ਸੋਸਾਇਟੀ ਦੇ ਸੋ ਜੇ ਜਿਹੜੇ ਹੁਣ ਆਪਣੇ ਪੋਲੀਟੀਕਲ ਐਕਟਿਵਿਸਟ ਮਿੱਤਰ ਇਹ ਕਹਿ ਰਹੇ ਆ ਸਿੱਖਾਂ ਨੂੰ ਪੜ੍ਹਨਾ ਨਹੀਂ ਚਾਹੀਦਾ, ਮਤਲਬ ਫਿਊਚਰ 'ਚੋਂ ਕੀ ਸੋਚ ਰਹੇ ਆ ਬਈ, ਹਿੰਦੂ ਆ ਕੇ ਇੰਡੀਆ 'ਚੋਂ ਪੰਜਾਬ ਦੇ ਬੈਂਕਾਂ ਦੇ ਮੈਨੇਜਰ ਬਣਨ ਅਤੇ ਸਿੱਖ ਬਾਹਰ ਚੌਂਕੀਦਾਰ ਬਣ ਕੇ ਖੜਾ ਹੋਵੇ, ਜਾਂ ਕੋਈ ਕਾਰਨ ਹੈਗਾ ਵੀ ਤੁਹਾਡੇ ਅਨਪੜ੍ਹ ਨੌਜਵਾਨ ਨੂੰ ਉਹ ਦੂਜੇ ਦੀ ਥਾਂ 'ਤੇ ਬੈਂਕ ਦਾ ਮੈਨੇਜਰ ਲਾ ਦੇਣਗੇ, ਚੌਂਕੀਦਾਰਾ ਕਰਾਉਣਾ ਚਾਹੁੰਦੇ ਆ, ਚਪੜਾਸੀ ਬਣਾਉਣਾ ਚਾਹੁੰਦੇ ਆ ਸਿੱਖਾਂ ਨੂੰ? ਜੇ ਉਹ ਨਹੀਂ ਪੜ੍ਹਨਗੇ ਤਾਂ ਡੀਸੀ ਕਿਵੇਂ ਲੱਗਣਗੇ, ਪ੍ਰੋਫੈਸਰ ਕਿਵੇਂ ਪੜ੍ਹਨਗੇ, ਚਪੜਾਸੀ ਬਣਨਗੇ ਨਾ? ਸੋ ਕਿਵੇਂ ਕੀ ਸੋਚਦੇ ਆ ਫਿਊਚਰ? ਜਿਹੜੀਆਂ ਇਸ ਤਰ੍ਹਾਂ ਦੀਆਂ ਗੱਲਾਂ ਹੈ, ਜਿਵੇਂ ਹੁਣ ਆਪਾਂ ਸਾਲਾਂ ਤੋਂ ਇਹ ਗੱਲ ਕਰ ਰਹੇ ਹਾਂ, ਘੱਟੋ ਘੱਟ 22-23 ਸਾਲ ਤੋਂ ਤਾਂ ਮੈਂ ਇੱਥੇ ਬਾਹਰ ਹੀ ਕਰੀ ਜਾਂਦਾ, ਅਮੈਰੀਕਾ ਕਰੇ ਕੈਨੇਡਾ ਦੇ ਵਿੱਚ ਹੀ, ਬਈ ਸਿੱਖਾਂ ਦਾ ਕੋਈ ਸੰਘਰਸ਼ ਨਹੀਂ ਚੱਲ ਸਕਦਾ, ਕੋਈ ਮੂਵਮੈਂਟ ਨਹੀਂ ਚੱਲ ਸਕਦੀ ਜਿੰਨਾ ਚਿਰ ਸਾਡੇ ਕੋਲ ਡਿਫਰੈਂਟ ਏਰੀਆਜ਼ ਦੇ ਐਕਸਪਰਟ ਵਰਲਡ ਕਲਾਸ ਵਿਦਵਾਨ ਹੈ ਨਹੀਂ। ਹੁਣ 21ਵੀਂ ਸਦੀ ਤੀਜੇ ਦਹਾਕੇ 'ਚ ਉਹ ਬੰਦੇ ਜਿਨ੍ਹਾਂ ਦੀ ਇਮਾਨਦਾਰੀ 'ਤੇ ਸਾਨੂੰ ਬਿਲਕੁਲ ਕੋਈ ਸ਼ੱਕ ਨਹੀਂ, ਉਹਨਾਂ ਨੇ ਸੋਸ਼ਲ ਮੀਡੀਆ 'ਤੇ ਅਤੇ ਹੁਣ ਪੰਜਾਬ ਦੇ ਵਿੱਚ ਪਬਲਿਕ ਸਪੇਸ ਦੇ ਵਿੱਚ ਲਹਿਰ ਚਲਾਈ ਵੀ ਆ ਸਿੱਖਾਂ ਨੂੰ ਪੜ੍ਹਾਈ, ਸਿੱਖ ਪੜ੍ਹਾਈ ਨੇ ਸਿੱਖਾਂ ਦਾ ਨੁਕਸਾਨ ਕੀਤਾ, ਸਿੱਖਾਂ ਨੂੰ ਪੜ੍ਹਨਾ ਨਹੀਂ ਚਾਹੀਦਾ। ਬਹੁਤ ਜ਼ਿਆਦਾ ਕੱਚੀ ਗੱਲ ਹੈ ਅਤੇ ਨਵੀਂ ਗੱਲ ਨਹੀਂ, ਇੱਕ ਕਈ ਦਹਾਕਿਆਂ ਤੋਂ ਇਹ ਗੱਲ ਚੱਲਦੀ ਆਉਂਦੀ ਹੈ। 1960 ਤੱਕ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਹੈ ਜਿਹੜੀ ਉਹ ਸਾਰੀ ਪੜ੍ਹੀ ਲਿਖੀ ਹੁੰਦੀ ਸੀ। 1960ਵਿਆਂ ਵਿੱਚ ਪਹਿਲੀ ਵਾਰੀ ਸੰਤ ਫਤਿਹ ਸਿੰਘ ਆਇਆ, ਪਹਿਲਾਂ ਟੋਪ ਰੈਂਕ ਅਨਪੜ੍ਹ ਬੰਦਾ, ਉਸ ਤੋਂ ਬਾਅਦ ਟੌੜੇ ਹੁਣੀ ਆਏ, ਬਾਦਲ ਹੁਣੀ ਆਏ, ਉਦੋਂ ਬਾਅਦ ਆ ਮਨਪ੍ਰੀਤ ਬਾਦਲ ਹੋਣਾ ਦੇ ਆਉਣ ਤੱਕ ਅਕਾਲੀ ਦਲ ਦੀ ਬਹੁਤੀ ਲੀਡਰਸ਼ਿਪ ਜਿਹੜੀ ਉਹ ਬਿਲਕੁਲ ਅਨਪੜ੍ਹ ਰਹੀ ਹੈ, ਅਤੇ ਉਸ ਅਨਪੜ੍ਹ ਲੀਡਰਸ਼ਿਪ ਨੇ ਬਹੁਤ ਜ਼ਿਆਦਾ ਕੌਮ ਦਾ ਨੁਕਸਾਨ ਕੀਤਾ। ਸੋ ਹੁਣ ਜਿਹੜਾ ਫਿਊਚਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਕੋਈ ਨੈਟਵਰਕ ਖੜ੍ਹੇ ਕਰਨ ਲਈ ਚੰਗੀ ਕੁਆਲਿਟੀ ਦੀ ਹਾਇਰ ਐਜੂਕੇਸ਼ਨ, ਮਤਲਬ ਡਿਫਰੈਂਟ ਸਬਜੈਕਟਸ ਦੇ ਵਿੱਚ ਟੌਪ ਵਰਲਡ ਕਲਾਸ ਯੂਨੀਵਰਸਿਟੀ 'ਚੋਂ PhD, ਉਹ ਸੈਂਕੜੇ ਬੰਦੇ ਤਿਆਰ ਕੀਤੇ ਬਗੈਰ ਸਿੱਖਾਂ ਦਾ ਕੁਛ ਨਹੀਂ ਬਣ ਸਕਦਾ, ਨਾ ਚੰਗੇ ਸਕੂਲ ਬਣ ਸਕਦੇ ਆ, ਨਾ ਚੰਗੇ ਕਾਲਜ, ਨਾ ਯੂਨੀਵਰਸਿਟੀਆਂ, ਨਾ ਚੰਗੇ ਅਖਬਾਰ, ਨਾ ਰਸਾਲੇ, ਨਾ ਪੋਡਕਾਸਟ, ਨਾ ਕੋਈ ਟਾਕ ਸ਼ੋ, ਨਾ ਹੀ ਚੰਗੀਆਂ ਫਿਲਮਾਂ ਬਣ ਸਕਦੀਆਂ। ਜਿਹੜੀ ਫਿਲਮ ਹੈ ਉਹਦੇ 'ਚ ਤੁਸੀਂ ਹਿਊਮਨ ਨੇਚਰ ਦੀ ਵਰਾਇਟੀ ਉਹ ਪੋਰਟਰੇ ਕਰਨੀ ਹੈ, ਜਿਵੇਂ ਇੱਕ ਨੋਵਲਿਸਟ ਨੋਵਲ ਲਿਖਦਾ। ਜਿਹੜੀ ਫਿਲਮ ਉਹ ਬੇਸਿਕਲੀ ਕੀ ਹੈ, ਉਹ ਨੋਵਲ, ਸ਼ੋਰਟ ਸਟੋਰੀ ਅਤੇ ਪਲੇ, ਤਿੰਨਾਂ ਦਾ ਕੋਂਬੀਨੇਸ਼ਨ ਹੈ। ਅਤੇ ਜਿਹੜੇ ਲੋਕਾਂ ਨੇ ਨੋਵਲ, ਚੰਗੇ ਨੋਵਲ, ਸ਼ੋਰਟ ਸਟੋਰੀ ਅਤੇ ਪਲੇ ਲਿਖੇ ਆ ਉਹ ਦੁਨੀਆਂ 'ਚ ਵੱਡੇ ਜੀਨੀਅਸ ਮੰਨੇ ਜਾਂਦੇ ਆ। ਸਾਡੀਆਂ ਜਿਹੜੀਆਂ ਫਿਲਮਾਂ ਬਣ ਰਹੀਆਂ ਉਹਨਾਂ ਦੀਆਂ ਕਹਾਣੀਆਂ ਲਿਖਣ ਵਾਲੇ ਬੰਦੇ ਕੌਣ ਆ? ਸਾਰਾ ਕੁਛ ਮਖੌਲ ਬਣਿਆ ਪਿਆ, ਸਾਰਾ ਕੁਛ ਤਮਾਸ਼ਾ ਬਣਿਆ ਪਿਆ। ਜਿਹੜੀ ਪੰਜਾਬ ਦੀ ਸੁਸਾਇਟੀ ਦੀ, ਪੰਜਾਬ 'ਚ ਰਹਿੰਦੇ ਪੰਜਾਬੀ ਨੌਜਵਾਨਾਂ ਦੇ ਮਨ ਦੀ, ਡਾਇਆਸਪੋਰਾ 'ਚ ਰਹਿੰਦੇ ਸਿੱਖਾਂ ਦੇ ਮਨ ਦੀ ਵਿਆਖਿਆ ਪੰਜਾਬੀ ਫਿਲਮਾਂ ਰਾਹੀਂ ਸਾਹਮਣੇ ਆਉਂਦੀ ਹੈ, ਉਹ ਮੋਸਟ ਐਬਸਰਡ ਇੰਟਰਪ੍ਰੀਟੇਸ਼ਨ ਹੈ। ਅਤੇ ਸਾਡੇ ਨਾਲ ਘਟੀਆ ਮਜ਼ਾਕ ਹੈ, ਲੋਕਾਂ ਦੇ ਅੰਦਰ ਲਹਿੰਦੇ ਨਹੀਂ, ਉਹ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਦੇ ਨਹੀਂ। ਮੈਂ ਇੱਕ ਬਿਜ਼ਨਸ ਹੈ, ਜੋ ਜੋ ਮਰਜ਼ੀ ਲਿਖੀ, ਚਲੋ ਹੁਣ ਜਿੰਦੇ ਸਗੇਰ ਫਿਲਮ ਬਣਨ ਲੱਗੀ ਅਤੇ ਮੈਂ ਖਬਰ ਪੜ੍ਹੀ, ਮੈਂ ਕਿਹਾ ਲਓ ਜੀ ਆ ਗਿਆ ਟਾਈਮ ਜਿੰਦੇ ਸੁੱਖੇ ਦਾ ਜਲੂਸ ਕੱਢਣ ਦਾ, ਹੁਣ ਜੁਗਰਾਜ ਸਿੰਘ ਤੂਫਾਨ ਦਾ ਜਲੂਸ ਕੱਢਣ ਦਾ ਟਾਈਮ ਆ ਗਿਆ, ਕਿਸੇ ਦੇ ਤਰਸ ਕਰ ਲਓ ਯਾਰ। ਭਾਈ ਜਗਤਾਰ ਸਿੰਘ ਹਵਾਰਾ ਹਜੇ ਜਿਉਂਦਾ, ਬਹੁਤ ਸਾਰੇ ਬੰਦੇ ਜਿਹੜੇ ਉਹਨੂੰ ਮਿਲੇ ਹੋਣਗੇ। ਸਾਡਾ ਇੱਕ ਮਿੱਤਰ ਹਵਾਰੇ ਹੋਣਾ ਨਾਲ ਸੰਬੰਧਿਤ ਕੇਸ 'ਚ ਬੜੈਲ ਜੇਲ੍ਹ ਚਲਾ ਗਿਆ, ਅਤੇ ਮੈਂ ਉਹਦੀ ਮੁਲਾਕਾਤ ਕਰਨ ਗਿਆ, ਅਤੇ ਉੱਥੇ ਹਵਾਰੇ ਦੀ ਮੁਲਾਕਾਤ ਆਈ ਗਈ, ਅਤੇ ਹਵਾਰੇ ਨੇ ਜੀ ਸਾਨੂੰ ਵੇਖਿਆ ਅਤੇ ਉਹ ਹੱਥ ਜੋੜ ਕੇ ਅਤੇ ਝੁੱਕ ਕੇ ਖੜਾ ਹੋ ਗਿਆ, ਅਤੇ ਸਾਨੂੰ ਸ਼ਰਮ ਆਵੇ ਵੀ ਯਾਰ ਐਡਾ ਵੱਡਾ ਬੰਦਾ ਅਸੀਂ ਕੀ ਹਾਂ, ਇੰਨੀ ਨਿਮਰਤਾ, ਅਤੇ ਉਹ ਇੰਨੀ ਹੌਲੀ ਬੋਲਦਾ ਬਈ ਤੁਹਾਨੂੰ ਥੋੜ੍ਹਾ ਜਿਹਾ ਧਿਆਨ ਦੇ ਕੇ ਉਹਦੀ ਗੱਲ ਸੁਣਨੀ ਪੈਂਦੀ ਹੈ, ਇੰਨੀ ਨਿਮਰਤਾ
ਤੇ ਗੱਲ ਦਾ ਸਟਾਈਲ ਜਿਹੜਾ ਬਹੁਤ ਰਿਫਾਈਨਡ ਤੇ ਹੌਲੀ। ਫਿਲਮ ਦੇ ਵਿੱਚ ਇੱਕ ਕੁੜੀ ਰਿਸਰਚ ਕਰਨ ਜਾਂਦੀ ਹੈ ਤੇ ਉਹ ਬਹੁਤ ਜਿਹੜਾ ਕਰੈਕਟਰ ਬਣਾਇਆ ਮੂਵੀ ਦੇ ਵਿੱਚ ਹਵਾਲੇ ਤੇ ਬੇਸਡ, ਉਹ ਉੱਚੀ ਉੱਚੀ ਅਬਸਰਡ ਲੈਂਗੁਏਜ ਤੇ ਅਬਸਰਡ ਟੋਨ ਦੇ ਵਿੱਚ ਉਹ ਰਿਸਰਚਰ ਕੁੜੀ ਨੂੰ ਮਿਹਣੇ ਮਾਰੀ ਜਾਂਦਾ ਵੀ ਤੁਸੀਂ ਇੱਕ ਜਿਉਂਦੇ ਬੰਦੇ ਤੇ ਫਿਲਮ ਬਣਾਉਣੀ ਹੈ, ਥੋੜ੍ਹਾ ਜਿਹਾ ਹੋਮਵਰਕ ਕਰ ਲਓ, ਉਹਨੂੰ ਇੱਕ ਵਾਰੀ ਮਿਲ ਕੇ ਵੇਖ ਲਓ ਉਹਦੀ ਪਰਸਨੈਲਿਟੀ ਕਿਹੋ ਜਿਹੀ ਹੈ, ਉਹਨੂੰ ਉਹਦੇ ਜਲੂਸ ਕਿਉਂ ਕੱਢਦੇ ਆ, ਉਹ ਜਿਹੜੀ ਉਹਨਾਂ ਬੰਦਿਆਂ ਦੇ ਵਿੱਚ ਮਤਲਬ ਜੋ ਉਹਨਾਂ ਨੇ ਕਮਾਇਆ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਚਿਹਰੇ ਤੋਂ ਉਹਨਾਂ ਦੀ ਬੋਡੀ ਲੈਂਗੁਏਜ ਤੋਂ ਰਿਫਲੈਕਟ ਹੁੰਦਾ, ਪਰ ਮੂਵੀ ਉਹ ਤੋਂ ਉਲਟਾ। ਸੋ ਪੰਜਾਬੀ ਦੇ ਵਿੱਚ ਜੋ ਕੁਛ ਲਿਖਿਆ ਜਾ ਰਿਹਾ ਸਾਡੇ ਬੰਦਿਆਂ ਵੱਲੋਂ, ਕਾਮਰੇਡਾਂ ਵੱਲੋਂ, ਹਿੰਦੂਆਂ ਵੱਲੋਂ, ਜਿਹਦੋਂ ਮਰਜ਼ੀ, ਉਹਦੀ ਲਿਟਰੇਚਰ ਦੀ ਕੁਆਲਿਟੀ ਕਾਫੀ ਹਲਕੀ ਹੈ, ਚੰਗੀ ਨਹੀਂ। ਫਿਲਮ ਜਿਹੜੀ ਹੈ ਉਹਦਾ ਆਮ ਲੋਕਾਂ ਨਾਲ ਸਿੱਧਾ ਵਾਹ ਹੈ, ਉਹਦੀ ਮਤਲਬ ਕੁਆਲਿਟੀ ਉਦੋਂ ਹੀ ਮਾੜੀ ਹੈ। ਸੋ ਮੇਰਾ ਤਾਂ ਹੁਣ ਆਪਾਂ ਗੱਲ ਸਮਾਪਤ ਕਰਦੇ ਹਾਂ, ਹਾਂ ਆਪਣਾ ਟਾਈਮ ਓਵਰ ਹੋ ਗਿਆ। ਸੋ ਇਹ ਹੈ ਵੀ ਜਿਹੜੀਆਂ ਚੁਣੌਤੀਆਂ ਸਾਡੇ ਸਾਹਮਣੇ ਉਹ ਬਹੁਤ ਵੱਡੀਆਂ, ਪਰ ਉਹ ਇਸ ਤਰ੍ਹਾਂ ਦੀਆਂ ਨੇ ਜਿਹਨਾਂ ਦਾ ਕੋਈ ਹੱਲ ਨੀਗਾ। ਜੇ ਕਿਸੇ ਵੀ ਦਿਸ਼ਾ 'ਚ ਕੰਮ ਸ਼ੁਰੂ ਕਰ ਲਿਆ ਜਾਵੇ ਤਾਂ ਉਹਦੇ ਹੱਲ ਬਹੁਤ ਸੌਖੇ ਹੋ ਜਾਂਦੇ ਆ। ਆਪਾਂ ਬਹੁਤੀ ਉਮਰ ਦਾ ਬਹੁਤਾ ਹਿੱਸਾ ਪੋਲੀਟੀਕਲ ਐਕਟੀਵਿਸਟ ਰਹੇ ਹਾਂ, ਹੁਣ ਹੈ ਨਹੀਂ ਗਏ, ਪਰ ਪੋਲੀਟੀਕਲ ਐਕਟੀਵਿਜ਼ਮ ਨਾਲ ਆਪਣਾ ਕੋਈ ਵਿਰੋਧ ਨਹੀਂ। ਆਪਾਂ ਜਿਹੜੇ ਪੋਲੀਟੀਕਲ ਐਕਟੀਵਿਸਟ ਆ ਉਹਨਾਂ ਨੂੰ ਕੋਈ ਨਾ ਕੋਈ ਸਹਿਯੋਗ ਹੀ ਦੇਣਾ ਚਾਹੁੰਦੇ ਹਾਂ, ਉਹਨਾਂ ਨੂੰ ਕਿਸੇ ਤਰੀਕੇ ਨਾਲ ਨੀਵਾਂ ਨਹੀਂ ਵਿਖਾਉਣਾ ਚਾਹੁੰਦੇ, ਉਹਦੀ ਨਿਖੇਧੀ ਨਹੀਂ ਕਰਨੀ ਚਾਹੁੰਦੇ, ਪਰ ਐਕਟੀਵਿਸਟਾਂ ਨੂੰ ਇਹ ਸਮਝਣ ਦੀ ਲੋੜ ਆ ਵੀ ਉਹ ਹਰ ਚੀਜ਼ ਦੇ ਐਕਸਪਰਟ ਨਹੀਂ ਗੇ, ਉਹ ਉਹਨਾਂ ਨੂੰ ਜਿਹੜੀ ਸਿੱਖਿਆ ਵਿੱਦਿਆ ਉਹਦਾ ਮਹੱਤਵ ਉਹ ਸਮਝਣ ਦੀ ਲੋੜ ਹੈ, ਅਤੇ ਜੇ ਉਹ ਇਸ ਦਿਸ਼ਾ 'ਚ ਮਤਲਬ ਕੁਛ ਕਰ ਨਹੀਂ ਸਕਦੇ ਤਾਂ ਘੱਟੋ ਘੱਟ ਉਹਨਾਂ ਨੂੰ ਨਵੇਂ ਯੂਥ ਦੇ ਮਨ 'ਚ ਇਹ ਗੱਲ ਨਹੀਂ ਬਣਾਉਣੀ ਚਾਹੀਦੀ ਵੀ ਪੜ੍ਹਾਈ ਲਿਖਾਈ ਦੀ ਗੱਲ ਕਰਨੀ ਫਜ਼ੂਲ ਹੈ ਅਤੇ ਇਹਦੇ ਨਾਲ ਸਿੱਖਾਂ ਦਾ ਨੁਕਸਾਨ ਹੋਊਗਾ। ਪੜ੍ਹਾਈ ਲਿਖਾਈ ਅੱਜ ਫੂਡ ਵਾਂਗੂ ਨਹੀਂ, ਇਹ ਪਾਣੀ ਵਾਂਗੂ ਆ ਜਿਹਦੇ ਬਗੈਰ ਅਸੀਂ ਸਰਵਾਈਵ ਨਹੀਂ ਕਰ ਸਕਦੇ। ਸੋ ਪੱਛਮੀ ਵਿੱਦਿਆ ਆਪਸ਼ਨਲ ਨਹੀਂ ਗਈ, ਨਾ ਤਾਂ ਸਾਡੇ ਕੋਲ ਉਸ ਤਰ੍ਹਾਂ ਦੇ ਡੂੰਘੇ ਫਿਲੋਸੋਫਿਕਲ ਵਰਕਸ ਹੈ, ਫਿਲੋਸੋਫਿਕਲ ਕੈਨਨ ਹੈ ਜਿਹਦੇ ਆਧਾਰ 'ਤੇ ਅਸੀਂ ਨਵੀਂ ਯੂਨੀਵਰਸਿਟੀ ਦਾ ਵਿਜ਼ਨ ਦੇਈਏ ਅਤੇ ਨਵੇਂ ਮਾਡਲ ਦੀ ਯੂਨੀਵਰਸਿਟੀ ਤਿਆਰ ਕਰ ਸਕੀਏ, ਨਾ ਅਸੀਂ ਪੱਛਮੀ ਐਜੂਕੇਸ਼ਨ ਤੋਂ ਬਾਹਰ ਹਾਂ। ਜੋ ਕੁਛ ਅਸੀਂ ਚੰਗੇ ਮਾੜੇ ਹਾਂ ਅਸੀਂ ਵੈਸਟਰਨ ਐਜੂਕੇਸ਼ਨ ਦੇ ਪ੍ਰੋਡਕਟ ਹਾਂ, ਸਾਨੂੰ ਇਹਨੇ ਪ੍ਰੋਡਿਊਸ ਕੀਤਾ ਪਿਛਲੇ 150 ਸਾਲਾਂ ਦੇ ਵਿੱਚ। ਸੋ ਜੇ ਇਹ ਮਾੜੀ ਵੀ ਹੈ ਅਸੀਂ ਇਹਨੂੰ ਐਡਰੈਸ ਕਰਨਾ, ਸਾਨੂੰ ਇਹ ਚੱਜ ਨਾਲ ਸਿੱਖਣੀ ਪੈਣੀ ਹੈ, ਇਹਦੇ 'ਚ ਮੁਹਾਰਤ ਬਣਾ ਕੇ ਆਪਣੀ ਬੋਲੀ 'ਚ ਲਿਖਣਾ ਚਾਹੀਦਾ। ਆਪਣੀ ਬੋਲੀ 'ਚ ਲਿਖਾਂਗੇ ਤਾਂ ਸਾਨੂੰ ਸਮਝ ਆਊਗੀ ਵੀ ਵੈਸਟਰਨ ਫਿਲੋਸਫੀ ਦੀ ਜਿਹੜੀ ਡੈਪਥ ਅਤੇ ਹਾਈਟ ਹੈ ਉਹਦੇ ਬਾਰੇ ਬਹੁਤ ਸਾਰੀਆਂ ਮਿੱਥਾਂ ਐਵੇਂ ਬਣੀਆਂ। ਅੰਗਰੇਜ਼ੀ 'ਚ ਲਿਖੋਗੇ ਉਹਨੂੰ ਕ੍ਰਿਟੀਕ ਕਰਨਾ ਮੁਸ਼ਕਲ ਹੋਊਗਾ, ਪੰਜਾਬੀ 'ਚ ਲਿਖੋਗੇ ਇਉਂ ਹੋਊਗਾ ਵੀ ਖਜ਼ਾਨੇ ਤੁਹਾਡੇ ਕੋਲ ਪਏ ਆ ਵਾਧੂ ਸ਼ਬਦਾਂ ਦੇ, ਆਈਡੀਆਜ਼ ਦੇ, ਅਤੇ ਤੁਸੀਂ ਉਹਨਾਂ ਆਪਣੇ ਵਿਰਾਸਤੀ ਖਜ਼ਾਨਿਆਂ 'ਚੋਂ ਉਹਦੇ ਪੈਰਲਲ ਨਵੀਂ ਜਿਹੜੀ ਮੋਡਸ ਆਫ ਫਿਲੋਸਫਾਈਜ਼ਿੰਗ ਉਹ ਤੁਸੀਂ ਇੰਟਰੋਡਿਊਸ ਕਰਾ ਸਕਦੇ ਹਾਂ। ਸੋ ਵੈਸਟਰਨ ਐਜੂਕੇਸ਼ਨ ਸਿੱਖਣੀ ਵੀ ਚਾਹੀਦੀ ਆ, ਵੈਸਟਰਨ ਐਜੂਕੇਸ਼ਨ ਨੂੰ ਸਟਰੋਂਗਲੀ ਕ੍ਰਿਟੀਕ ਕਰਨਾ ਚਾਹੀਦਾ ਹੈ। ਮਡਰਨਿਟੀ ਬਹੁਤ ਵੱਡੀ ਸਮੱਸਿਆ ਹੈ, ਮਡਰਨਿਟੀ ਜ਼ਹਿਰ ਹੈ ਜਿਹੜੀ ਅਸੀਂ ਪਹਿਲਾਂ ਹੀ ਪੀ ਚੁੱਕੇ ਹਾਂ, ਹੁਣ ਨਹੀਂ ਇਹ ਗੱਲ ਵੀ ਇਹ ਪੀਣੀ ਹੈ ਕਿ ਨਹੀਂ ਪੀਣੀ, ਉਹ ਪੀਤੀ ਗਈ, ਹੁਣ ਤਾਂ ਉਹਦਾ ਇਲਾਜ ਕਰਨਾ ਹੈ, ਉਹਨੂੰ ਡਾਇਗਨੋਸ ਕਰਕੇ ਆਈਡੈਂਟੀਫਾਈ ਕਰਕੇ ਉਹਨੂੰ ਬਾਹਰ ਕੱਢਣਾ। ਸੋ ਤੁਹਾਡੇ ਸਾਰਿਆਂ ਦੀ ਇੱਥੇ ਹਾਜ਼ਰੀ ਭਰਨ ਲਈ ਬਹੁਤ ਮਿਹਰਬਾਨੀ, ਇੰਨੇ ਸਬਰ ਨਾਲ ਤੁਸੀਂ ਸੁਣਿਆ ਅਤੇ ਇੰਨੀ ਸੋਹਣੀ ਜਿਹੜੀ ਵਿਚਾਰ ਚਰਚਾ ਹੈ ਉਹਦੇ ਲਈ ਮੌਕਾ ਮੁਹੱਈਆ ਕਰਵਾਇਆ, ਉਹਦੇ ਲਈ ਬਹੁਤ ਮਿਹਰਬਾਨੀ। ਅਤੇ ਆਸ ਕਰਦੇ ਹਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਵਿਚਾਰ ਚਰਚਾ ਦੀਆਂ ਸੁਭਾਵਾਂ ਉਹ ਲਗਾਤਾਰ ਕਿਸੇ ਨਾ ਕਿਸੇ ਰੂਪ 'ਚ ਸਾਡੀਆਂ ਜੁੜਦੀਆਂ ਰਹਿਣੀਆਂ ਚਾਹੀਦੀਆਂ।
बोलते हैं कोई भुल चुक हो गई होवे ओदे लई कैमरा जा चुका है फतेह प्रवान करो वाहेगुरु जी का खालसा वाहेगुरु जी की फतेह बेनती करनी है जी वाहेगुरु जी का खालसा वाहेगुरु जी की फतेह जेड़ा चा ते पकौड़ियां दा लंगर ते इहदा तैयार है सो सारे जणे जिन्नू छक के जायो दूजा जेड़ा असीं एक अपना करदे हां डिस्कशन ग्रुप ऑर्गेनाइज सो ओदियां मीटिंग्स हुंदियां जे तुसीं ऑलरेडी ओ लिस्ट दा पार्ट नहीं तां तुसीं आपदा नाम ते नंबर जेड़ा ओ इत्थे लिख सकदे हो बहुत बहुत मेहरबानी जी हाँ जी आज 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 आज